ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੰਦਵਤ ਬੰਦਨ ਅਨੁਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾ ਲੋ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾ ਲੋ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲੇਖੇ 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 ਲੇਖੇ ਵਿੱਚ ਲਾ ਲੋ ਜਨਮ ਤੁਮਾਰੇ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲੇਖੇ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹੋਂ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਬੋਲ ਬਹੁਤ ਜਨਮ ਵਿਛੜੇ ਥੇ ਮਾਧੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਿਆ ਦਰਸ਼ਨ ਦੇਖੇ ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾ ਲੋ ਜਨਮ ਤੁਮਾਰੇ ਲੇਖੇ ਜੀ ਜਨਮ ਤੁਮਾਰੇ ਲੇਖੇ
तुम्हारे लेके जन्म तुम्हारे लेके जन्म तुम्हारे लेके जन्म तुम्हारे लेके लेके बिच लालो जन्म तुम्हारे लेके बिच लालो जी जन्म तुम्हारे लेके ਸਤਨਾਮ ਗੁਰੂ ਮਹਾਰਾਜ ਜੀ ਅਪਾਰ ਕਿਰਪਾ ਦੇ ਸਦਕੇ ਕਾਰੋਬਾਰ ਸੰਕੋਚਦੇ ਹੋਏ ਆਪ ਗੁਰੂ ਦਰਬਾਰ 'ਚ ਪਹੁੰਚੇ ਹੋ। ਇਸ ਕਲਯੁੱਗ ਦੇ ਅੰਦਰ ਦੋ ਵਸਤੂਆਂ ਦੁਰਲੱਭ ਨੇ, ਜੇ ਅਲੱਭ ਕਹੀਏ ਤਾਂ ਵੀ ਬਹੁਤ ਨੇੜੇ ਪਹੁੰਚ ਜਾਂਦੇ ਹਾਂ, ਕਿਉਂਕਿ ਸਮਾਂ ਐਸਾ ਚੱਲ ਰਿਹਾ, ਆਦਮੀ ਨਾਮ ਜਪ ਰਿਹਾ, ਬਾਣੀ ਪੜ੍ਹ ਰਿਹਾ, ਰਸ ਆ ਰਿਹਾ, ਬਿਰਤੀ ਇਕਾਗਰ ਹੋ ਰਹੀ ਹੈ, ਗੁਰੂ ਨਾਲ ਪਿਆਰ ਪੈ ਰਿਹਾ। ਅਚਾਨਕ ਹੈਰਾਨ ਹੋ ਜਾਂਦਾ ਦੂਸਰੇ ਦਿਨ ਵੀ ਅੱਜ ਮੈਨੂੰ ਕੀ ਹੋ ਗਿਆ, ਨਾ ਮੇਰਾ ਮਨ ਲੱਗਦਾ, ਨਾ ਜੀ ਕਰਦਾ ਬਾਣੀ ਪੜ੍ਹਨ ਨੂੰ, ਨਾ ਕੋਈ ਰਸ ਆ ਰਿਹਾ, ਇਹ ਹੋ ਕੀ ਗਿਆ? ਇੰਨਾ ਚਿਰ ਤੋਂ ਮੈਂ ਲੱਗਿਆ ਹੋਇਆ। ਫਿਰ ਖੁਸ਼ਕੀ ਸ਼ੁਰੂ ਹੋ ਜਾਂਦੀ ਹੈ, ਅੰਦਰ ਨਾਸਤਿਕਤਾ ਆ ਗਈ, ਉਤਸ਼ਾਹ ਘਟ ਗਿਆ, ਸਤਸੰਗ ਜਾਣ ਨੂੰ ਜੀ ਨਾ ਕਰਿਆ। ਕਾਰਨ ਇਸ ਦਾ ਕੀ ਹੈ? ਬਹੁਤ ਮਹਾਂਪੁਰਸ਼ ਸੋਚਦੇ ਨੇ ਇਸ ਗੱਲ ਨੂੰ ਵੀ ਹੁੰਦਾ ਕੀ ਹੈ, ਆਦਮੀ ਨੂੰ ਅਚਾਨਕ ਨਾਮ ਜਪਦਾ ਜਪਦਾ ਖੁਸ਼ਕੀ ਚਲਿਆ ਜਾਂਦਾ, ਨਾਸਤਿਕਤਾ ਚਲਿਆ ਜਾਂਦਾ, ਅੰਦਰੋਂ ਜਿਹੜੇ ਸੰਸਕਾਰ ਬਣੇ ਹੋਏ ਨੇ ਉਹ ਟੁੱਟ ਜਾਂਦੇ ਨੇ। ਅਤੇ ਮਹਾਂਪੁਰਸ਼ਾਂ ਨੇ ਇਸ ਚੀਜ਼ ਨੂੰ ਪਰਮੇ ਆਦਮੀ ਦੇ ਕਰਮਾਂ ਦੇ ਨਾਲ ਜੋੜ ਦਿੱਤਾ। ਗੁਰੂ ਮਹਾਰਾਜ ਨੇ ਵੀ ਕਰਮਾਂ ਨਾਲ ਜੋੜਤਾ। ਉਹ ਕਹਿੰਦੇ ਦੋ ਚੀਜ਼ਾਂ ਸੰਸਾਰ ਦੇ ਅੰਦਰ ਦੁਰਲੱਭ ਨੇ, ਵਾਹਿਗੁਰੂ ਦੀ ਮਿਹਰ ਹੋ ਜਾਵੇ ਤਾਂ ਮਿਲ ਜਾਂਦੀ ਹੈ, ਉਹ ਭਾਗ ਬਣ ਜਾਵੇ ਤਾਂ ਮਿਲ ਜਾਂਦੀ ਹੈ, ਦਿਆ ਦ੍ਰਿਸ਼ਟੀ ਹੋ ਜਾਵੇ, ਭਾਗ ਖੁੱਲ੍ਹ ਜਾਵੇ। ਕਲਯੁੱਗ ਦੇ ਅੰਦਰ ਜੋ ਨਾਮ ਪ੍ਰਾਪਤ ਹੋਣ ਵਾਲੀ ਚੀਜ਼ ਹੈ, ਸੰਸਾਰ ਸਾਰਾ ਹੀ ਫਿਰਦਾ ਹੈ, ਅਰਬਾਂ ਦੀ ਆਬਾਦੀ ਹੈ, ਪਰ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੁ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣ। ਹੁਣ ਇੱਕ ਸੱਚਾਈ ਹੈ, ਇਹ ਜ਼ਬਰਦਸਤ ਸਿਧਾਂਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਬਈ ਸੰਗਤ ਤਾਂ ਮਿਲਦੀ ਹੈ ਜੇ ਕੋਈ ਲੇਖ ਪੁੰਨ ਕਰਮ ਜਾਗ ਪਵੇ ਅਤੇ ਪਿਛਲੇ ਕਰਮਾਂ ਦਾ ਸ਼ੁਭ ਕਰਮ ਫਲ ਦੇਣ ਵਾਸਤੇ ਤਿਆਰ ਹੋ ਜਾਵੇ। ਪੂਰਵ ਕਰਮ ਅੰਕਰ ਜਾ ਪ੍ਰਗਟਿਓ, ਜਿਸ ਵਕਤ ਇਹ ਅੰਕਰ ਫੁੱਟਣ ਦੇ ਨੇੜੇ ਆ ਜਾਂਦਾ ਹੈ ਉਸ ਵੇਲੇ ਨਿਸ਼ਾਨੀ ਕੀ ਹੁੰਦੀ ਹੈ? ਪੇਟਿਓ ਪੁਰਖ ਰਸ ਪੈਰਾਗੀ। ਕਿਸੇ ਦਾ ਵੀ ਪੂਰਵ ਕਰਮ ਅੰਕਰ ਪ੍ਰਗਟ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਈ ਵਾਰੀ ਜ਼ਿਕਰ ਆਉਂਦਾ ਇੱਕ ਗਨਕਾ ਦਾ, ਉਹਦੇ ਵੀ ਪੂਰਵਲੇ ਕਰਮ ਉਹਦੇ ਹੋਏ ਕਿਉਂਕਿ ਉਹ ਪਾਪਾਂ ਵਿੱਚ ਇੰਨੀ ਗਲਤਾਨ ਸੀ ਕਿ ਉਸਨੂੰ ਪਾਪ ਅਤੇ ਪੁੰਨ ਦੀ ਪਰਿਭਾਸ਼ਾ ਦੇ ਵਿੱਚ ਕੋਈ ਫਰਕ ਨਹੀਂ ਸੀ ਰਿਹਾ। ਪਾਪਾਂ ਨੂੰ ਇਹ ਉਸਨੇ ਪੁੰਨਾਂ ਦੀ ਥਾਂ ਦੇ ਦਿੱਤੀ ਸੀ, ਕੋਈ ਉਹਨੂੰ ਡਰ ਨਹੀਂ ਸੀ ਲੱਗਦਾ ਪਾਪਾਂ ਤੋਂ, ਉਹਦੀ ਜ਼ਮੀਰ ਕੋਈ ਆਵਾਜ਼ ਨਹੀਂ ਸੀ ਦਿੰਦੀ, ਜ਼ਮੀਰ ਆਵਾਜ਼ਾਂ ਦੇ ਦੇ ਕੇ ਮੱਧਮ ਪੈ ਗਈ।
ਇੰਨੀਆਂ ਤਹਿਆਂ ਪਾਪਾਂ ਦੀਆਂ ਵਿੱਚ ਆ ਗਈਆਂ ਕਿ ਉਹਦੀ ਆਵਾਜ਼ ਹੁਣ ਟੁੰਬਦੀ ਨਹੀਂ ਹੈ, ਕੋਈ ਪ੍ਰੇਰਨਾ ਨਹੀਂ ਦਿੰਦੀ। ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ, ਇੰਨੇ ਪਾਪ ਕਰੇ ਕਿ ਮਾਨੋ ਪਾਪਾਂ ਦਾ ਹਾਰ ਏ ਉਹਨੇ ਗਲ ਵਿੱਚ ਪਾ ਲਿਆ। ਇੰਨੇ ਪਾਪੀ ਦੇ ਕੋਲ ਮਹਾਤਮਾ ਕਿਵੇਂ ਪਹੁੰਚ ਗਏ? ਮਹਾਤਮਾ ਤਾਂ ਪੂਰਵਲੇ ਭਾਗ ਜਾਗੇ ਹੁਣ ਤਾਂ ਮਿਲਦਾ, ਉਹਦਾ ਮਿਲਦਾ ਹੀ ਨਹੀਂ ਹੈ। ਮਹਾਰਾਜ ਨੇ ਤਾਂ ਫੈਸਲਾ ਹੀ ਕਰ ਦਿੱਤਾ, ਪੂਰਵ ਕਰਮ ਅੰਕਰ ਜਾ ਪ੍ਰਗਟਿਓ ਪੇਠਿਓ ਪੁਰਖ ਰਸਕ ਵੈਰਾਗੀ। ਰਸਕ ਵੈਰਾਗੀ ਮਹਾਤਮਾ ਜਿਹੜਾ ਹੁੰਦਾ ਹੈ ਉਹ ਖੁਸ਼ਕ ਮਹਾਤਮਾ ਨਹੀਂ ਹੁੰਦਾ, ਨਾ ਉਹਦੇ ਕੋਲ ਖੁਸ਼ਕ ਗਿਆਨ ਹੁੰਦਾ, ਉਹ ਸਾਧਨ ਸੰਪੰਨ ਪੁਰਸ਼ ਹੋਇਆ ਕਰਦਾ। ਕਹਿੰਦੇ ਮਿਲਦਾ ਹੈਗਾ ਪੂਰਵਲੇ ਕਰਮਾਂ ਦੇ ਅੰਕਰ ਨਾਲ। ਪੂਰਵਲਾ ਕੱਲ੍ਹ ਦੇ ਕਰਮ ਨੂੰ ਕੀਤੇ ਹੋਏ ਨੂੰ ਵੀ ਕਹਿ ਸਕਦੇ ਹਾਂ, ਹੁਣ ਤੋਂ ਇੱਕ ਘੰਟਾ ਪਹਿਲਾਂ ਕੀਤੇ ਹੋਇਆਂ ਨੂੰ ਵੀ ਅਸੀਂ ਪੂਰਵਲੇ ਕਰਮ ਕਹਿ ਦਿੰਦੇ ਹਾਂ। ਪਾਸਟ ਟੈਂਸ 'ਚ ਹਰ ਛਿਨ ਪਾਸਟ ਟੈਂਸ ਜਾ ਰਹੀ ਹੈ। ਪ੍ਰੈਜੈਂਟ ਟੈਂਸ ਦੇ ਵਿੱਚ ਕੋਈ ਕਰਮ ਕਰਿਆ ਹੋਵੇ ਹਾਲ ਦੇ ਵਰਤਮਾਨ ਕਾਲ ਦੇ ਅੰਦਰ, ਉਹ ਭੂਤਕਾਲ ਬਣ ਜਾਂਦਾ ਕੱਲ੍ਹ ਨੂੰ। ਉਹ ਕਰਮ ਜੇ ਜ਼ਬਰਦਸਤ ਹੈ ਤਾਂ ਪਰਮੇਸ਼ੁਰ ਵੱਲੋਂ ਉਹਦਾ ਫਲ ਵੀ ਫਟਾਫਟ ਮਿਲਦਾ ਹੈ। ਕਹਿੰਦੇ ਉਹ ਸ਼ੁਭ ਕਰਮ ਦਾ ਫਲ ਮਹਾਤਮਾ ਦੇ ਦਰਸ਼ਨ ਅਤੇ ਹਰੀ ਦਾ ਜਸ, ਦੋ ਚੀਜ਼ਾਂ ਪ੍ਰਾਪਤ ਹੁੰਦੀਆਂ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪ੍ਰੀਜੈ ਜੀ। ਉਹ ਭਾਗਾਂ ਦੀ ਬਾਤ ਹੈ, ਭਾਗਾਂ ਦੇ ਬਗੈਰ ਸਤਿਗੁਰੂ ਦਾ ਮਿਲਾਪ ਨਹੀਂ ਹੁੰਦਾ, ਸਤਿਗੁਰੂ ਦੇ ਬਗੈਰ ਨਾਮ ਨਹੀਂ ਅੰਦਰ ਪ੍ਰਗਟ ਹੁੰਦਾ। ਬਿਨ ਸਤਿਗੁਰ ਨਾਉ ਨਾ ਪਾਈ ਹੈ, ਬੂਝੋ ਕਰ ਵਿਚਾਰ। ਵਿਚਾਰ ਕਰ ਕਰਕੇ ਕਹਿੰਦੇ ਦੇਖ ਲਓ, ਸਤਿਗੁਰੂ ਤੇ ਬਗੈਰ ਨਾਮ ਨਹੀਂ ਮਿਲਦਾ, ਨਾਨਕ ਪੂਰੇ ਭਾਗ ਸਤਿਗੁਰ ਮਿਲੇ। ਜੇ ਤਾਂ ਪੂਰੇ ਭਾਗ ਬਣ ਜਾਣ 100% ਤਾਂ ਸਤਿਗੁਰੂ ਦਾ ਮਿਲਾਪ ਹੁੰਦਾ। ਸੁੱਖ ਪਾਏ ਜੋ ਵਿਚਾਰ। ਸੋ ਇਹ ਚੀਜ਼ਾਂ ਜੋ ਸੰਤ ਕਹਿ ਦਿੰਦੇ ਨੇ ਸਿਖਾਲੇ ਜਿਹੀ, ਵੀ ਭਾਈ ਭਾਗਾਂ ਵਾਲੇ ਪੁਰਸ਼ ਨੇ ਜਿਹੜੇ ਸਤਸੰਗ 'ਚ ਆ ਕੇ ਬੈਠਦੇ ਨੇ, ਉਹਨਾਂ ਨਾਲੋਂ ਭਾਗਾਂ ਵਾਲੇ ਉਹ ਨੇ ਜਿਹੜੇ ਆ ਕੇ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਹਰੀ ਦਾ ਜਸ ਸਰਵਣ ਕਰਦੇ ਨੇ, ਗਾਉਂਦੇ ਨੇ। ਉਹਨਾਂ ਤੋਂ ਉੱਚੇ ਭਾਗਾਂ ਵਾਲੇ ਉਹ ਨੇ ਜਿਹੜੇ ਨਾਲ ਦੀ ਨਾਲ ਵਿਚਾਰ ਕਰਦੇ ਨੇ ਅਤੇ ਹਿਰਦੇ 'ਚ ਧਾਰਨ ਕਰਦੇ ਨੇ। ਉਹਨਾਂ ਦਾ ਥਾਂ ਪੈਂਦਾ ਹਰ ਗਾਵਿਆ ਸੁਣਿਆ ਹਰ ਤਿਨਕਾ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਕਰਮਾਨੀ। ਸਤ ਕਰਕੇ ਮੰਨਣ ਤੋਂ ਬਾਅਦ ਫਿਰ ਇਹਦਾ ਨਿਧਿਆਸਨ ਕਰਨਾ, ਫਿਰ ਪ੍ਰਾਪਤੀ ਕਰਨੀ। ਸੁਣਨ ਅਤੇ ਮੰਨਣ ਦੀ ਜੋ ਅਵਸਥਾ ਹੈ ਗੁਰੂ ਮਹਾਰਾਜ ਨੇ ਜਪਜੀ ਸਾਹਿਬ ਦੇ ਅੰਦਰ ਬਹੁਤ ਹੀ ਵਿਸ਼ੇਸ਼ ਦੱਸੀ ਹੈ, ਚਾਰ ਪੌੜੀਆਂ ਸੁਣਨ ਦੀਆਂ, ਚਾਰ ਮੰਨਣ ਦੀਆਂ। ਜਿਹੜਾ ਮੰਨ ਜਾਂਦਾ ਹੈ ਸਿਧਾਂਤ ਨੂੰ ਮੰਨ ਲੈਂਦਾ, ਮਹਾਰਾਜ ਕਹਿੰਦੇ ਉਹਦੀ ਗਤੀ ਨਹੀਂ ਕਹੀ ਜਾ ਸਕਦੀ। ਜੇ ਕੋਈ ਕਹਿੰਦਾ ਹੈ ਕਹਿੰਦੇ ਪਛਤਾਉਣਾ ਪੈਂਦਾ, ਕਿਉਂਕਿ ਉਹਦੀ ਗਤੀ ਉਹਦੀ ਮਹਿਮਾ ਇੰਨੀ ਉੱਚੀ ਹੈ ਕਿ ਸਾਧਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਿਖਿਆਨੇ। ਸੋ ਗਨਕਾ ਦੇ ਸਾਧੂ ਕਿਵੇਂ ਚੱਲਿਆ ਗਿਆ? ਸਾਰੇ ਮਹਾਂਪੁਰਸ਼ਾਂ ਦਾ ਇੱਕੋ ਹੀ ਮਤ ਹੈ ਕਿ ਉਹ ਕਿਸੇ ਉੱਗਰ ਪਾਪ ਦੇ ਫਲ ਨੂੰ ਦੇਣ ਵਾਸਤੇ ਉਸ ਨੂੰ ਇਹ ਜੀਵਨ ਪ੍ਰਾਪਤ ਹੋਇਆ। ਕੋਈ ਪਹਿਲਾਂ ਕੋਈ ਐਸਾ ਪਾਪ ਹੋ ਗਿਆ ਉਸ 'ਤੇ ਜਿਹਦੇ ਕਰਕੇ ਉਹਦੀ ਜਿਹੜੀ ਬੁੱਧੀ ਸੀ ਭ੍ਰਿਸ਼ਟ ਹੋ ਗਈ ਅਤੇ ਉਸਨੇ ਗਨਕਾ ਦਾ ਪੇਸ਼ਾ ਅਖਤਿਆਰ ਕਰ ਲਿਆ। ਲੇਕਿਨ ਉਹਦੇ ਨਾਲ ਕੋਈ ਐਡਾ ਜ਼ਬਰਦਸਤ ਪੁੰਨ ਕਰਮ ਵੀ ਸੀਗਾ ਜਿਹੜਾ ਫਲ ਦੇਣ ਨੂੰ ਲੋਚਦਾ ਸੀ ਵੀ ਮੈਂ ਇਹਨੂੰ ਫਲ ਦੇਵਾਂ। ਫਲ ਦੇਣ ਦਾ ਸਮਾਂ ਆਇਆ ਤਾਂ ਕੁਦਰਤ ਨੇ ਐਸਾ ਸਮਾਗਮ ਬਣਾ ਦਿੱਤਾ ਕਿ ਮਹਾਂਪੁਰਖ ਅਚਾਨਚਕ ਗਨਕਾ ਵਾਲੇ ਆਏ ਖਲੋਤਾ, ਅਚਾਨਕ ਹੀ ਆ ਗਿਆ, ਕੋਈ ਬੁਲਾਇਆ ਹੋਇਆ ਨਹੀਂ ਆਇਆ, ਕਿਉਂਕਿ ਸਮਾਂ ਬਣ ਗਿਆ। ਮਹਾਂਪੁਰਸ਼ ਹੁਕਮ 'ਚ ਚੱਲਦੇ ਨੇ, ਪਰਮੇਸ਼ੁਰ ਦਾ ਹੁਕਮ ਹੋਇਆ, ਪ੍ਰੇਰਨਾ ਹੋਈ ਉਹ ਸ਼ੁਭ ਕਰਮ ਦੀ, ਮਹਾਤਮਾ ਉੱਥੇ ਹੀ ਆ ਗਿਆ ਉਹਦੇ ਘਰ, ਹੋਰ ਕਿਸੇ ਕਰਕੇ ਉਹਨਾਂ ਗਿਆ ਅਤੇ ਉਹਦਾ ਆਧਾਰ ਕਰ ਦਿੱਤਾ। ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ ਕਿ ਜਦੋਂ ਪੁੰਨ ਕਰਮ ਜਾਗ ਪੈਣ ਕਿਸੇ ਪ੍ਰਾਣੀ ਦੇ ਤਾਂ ਦੋ ਚੀਜ਼ਾਂ ਪ੍ਰਾਪਤ ਹੋਇਆ ਕਰਦੀਆਂ, ਸਾਧੂ ਦਾ ਸੰਗ ਅਤੇ ਹਰੀ ਦਾ ਜਸ।
ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ, ਜਿੱਥੇ ਨਾਮ ਦੀ ਵਿਆਖਿਆ ਹੋਵੇ, ਨਾਮ ਦੀ ਮਹਿਮਾ, ਨਾਮ ਜਪਣ ਵਾਲਿਆਂ ਦੀ ਮਹਿਮਾ, ਨਾਮ ਦੀਆਂ ਪ੍ਰਾਪਤੀਆਂ, ਕਹਿੰਦੇ ਉਹ ਸਤਸੰਗ ਹੋਇਆ ਕਰਦੀ ਹੈ। ਬਾਕੀ ਜਿਸ ਥਾਂ ਦੇ ਉੱਤੇ ਬਿਰਤੀ ਟੁੱਟੇ, ਨਿਸ਼ਾਨੀ ਹਰੇਕ ਨੂੰ ਪਤਾ ਲੱਗ ਜਾਂਦਾ। ਇੱਕ ਤਾਂ ਉਹ ਹੈ ਕਿ ਬਿਰਤੀ ਗਹਿਰੀ ਜਾਂਦੀ ਰਹੇ, ਚੱਲਦੀ ਰਹੇ, ਅੰਦਰ ਨੂੰ ਪੈਨੀਟ੍ਰੇਟ ਹੁੰਦੀ ਰਹੇ, ਚਿੱਤ ਇਕਾਗਰਤਾ ਵੱਲ ਨੂੰ ਵੱਧਦਾ ਹੀ ਤੁਰਿਆ ਜਾਵੇ, ਸੰਸਾਰ ਭੁੱਲ ਜਾਵੇ, ਸ਼ਬਦ ਉਹਦੇ ਸਾਹਮਣੇ, ਵਿਚਾਰ ਉਹਦੇ ਸਾਹਮਣੇ ਰਹਿ ਜਾਵੇ ਅਤੇ ਰਸ ਨਾਲ ਭਰ ਕੇ ਉੱਠੇ, ਉਹਦਾ ਹੁੰਦੀ ਹੈ ਸਤਸੰਗ। ਜਿੱਥੇ ਐਵੇਂ ਹਾਸਾ ਮਖੌਲ ਕਰ ਲਿਆ, ਕਹਾਣੀਆਂ ਸੁਣ ਲਈਆਂ, ਤੱਤ ਦੀ ਬਾਤ ਕੋਈ ਹੋਈ ਨਹੀਂ, ਟਾਈਮ ਵੀ ਵੇਸਟ ਕਰਿਆ, ਉਹ ਭਾਵੇਂ ਐਸੇ ਰੂਪ 'ਚ ਬੈਠੀ ਹੈ ਪਰ ਸਤਸੰਗ ਤੋਂ ਬਹੁਤ ਦੂਰ ਉਹਦਾ ਫਲ ਹੋਇਆ ਕਰਦਾ। ਆਉਣ ਜਾਣ ਦੀ ਭਾਵਨਾ ਦਾ ਫਲ ਤਾਂ ਮਿਲਦਾ, ਲੇਕਿਨ ਜੋ ਸਤਸੰਗ ਦਾ ਫਲ ਹੁੰਦਾ, ਕਈ ਕੋਟਿਕ ਜੱਗ ਫਲਾਂ ਸੁਣ ਗਾਵਣ ਹਾਰੇ ਰਾਮ, ਉਹ ਤੋਂ ਵੰਚਿਤ ਰਹਿ ਜਾਂਦਾ। ਸੋ ਆਪ ਸਾਰੇ ਗੁਰੂ ਮਹਾਰਾਜ ਦੀ ਪ੍ਰੇਰਨਾ ਦੇ ਸਦਕੇ ਇਸ ਕਲਯੁਗ ਦੇ ਸਮੇਂ ਅੰਦਰ ਜਦੋਂ ਅਸੀਂ ਪੈਰ ਪੈਰ 'ਤੇ ਭੁੱਲਦੇ ਹਾਂ, ਉਸ ਵੇਲੇ ਸਾਨੂੰ ਸਤਸੰਗ ਪ੍ਰਾਪਤ ਹੁੰਦੀ ਹੈ। ਸਤਸੰਗ ਪ੍ਰਾਪਤ ਹੋਣ ਨਾਲ ਜਿਹੜੀ ਸਾਡੇ ਅੰਦਰ ਖੁਸ਼ਕੀ ਪੈਂਦੀ ਹੈ ਨਾ, ਇਕੱਲੇ ਰਹਿਣ ਦੀ, ਇਕੱਲੇ ਰਹਿ ਕੇ ਨਾਮ ਜਪਣਾ ਬੜਾ ਔਖਾ। ਪਹਿਲੇ ਸਮਿਆਂ 'ਚ ਲੋਕ ਜੰਗਲਾਂ ਚਲੇ ਜਾਂਦੇ, ਲਗਨਾਂ ਪੱਕੀਆਂ ਹੁੰਦੀਆਂ, ਬਹੁਤ ਤਰਲੇ ਲੈਂਦੇ ਸੀ, ਲੇਕਿਨ ਰਸ ਨਹੀਂ ਸੀ ਆਉਂਦਾ ਛੇਤੀ ਛੇਤੀ, ਰਸ ਤੋਂ ਖਾਲੀ ਰਹਿ ਜਾਂਦੇ ਸੀ, ਤਮੋ ਗੁਣ ਵਧਣਾ ਸ਼ੁਰੂ ਹੋ ਜਾਂਦਾ, ਸ਼ਰਾਬ 'ਤੇ ਬਰ ਲੱਗਣ ਲੱਗ ਜਾਂਦੇ ਸੀ, ਲੇਕਿਨ ਆਤਮਿਕ ਆਨੰਦ ਦੂਰ ਦੀ ਬਾਤ ਰਹਿ ਜਾਂਦੀ ਸੀ, ਸ਼ਕਤੀਆਂ ਆ ਜਾਂਦੀਆਂ ਸੀ, ਰਿਧੀਆਂ ਸਿੱਧੀਆਂ, ਬੜੀਆਂ ਪ੍ਰਾਪਤੀਆਂ, ਲੋਕਾਂ 'ਚ ਮਾਨਤਾ, ਪਰ ਆਦਮੀ ਅੰਦਰੋਂ ਖੁਸ਼ਕ ਪਿਆ, ਕੋਈ ਅੰਮ੍ਰਿਤ ਨਹੀਂ ਸੀ ਝਰਦਾ, ਕੋਈ ਕੌਲ ਉਹਦਾ ਸਿੱਧਾ ਨਹੀਂ ਸੀ ਹੁੰਦਾ। ਇਹ ਤਾਂ ਕੇਵਲ ਸਤਸੰਗ ਹਰੀ ਦਾ ਜਸ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਕਲਯੁਗ ਮੈਂ ਕੀਰਤਨ ਵਰਦਾਨਾ, ਗੁਰਮੁਖ ਜਪੀਆ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ ਦਰਗੇ ਪਰਸਿਓਂ ਜਾਏ ਨਾ। ਨੌ ਤਰ੍ਹਾਂ ਦੀ ਭਗਤੀ ਵਿੱਚੋਂ ਕੀਰਤਨ ਭਗਤੀ ਨੂੰ ਸ਼੍ਰੋਮਣੀ ਭਗਤੀ ਗੁਰੂ ਮਹਾਰਾਜ ਨੇ ਕਿਹਾ ਕਿ ਕਲਯੁਗ ਦੇ ਅੰਦਰ ਭਾਈ ਜੇ ਕੋਈ ਸਿਮਰਨ ਕਰਦਾ ਹੈ, ਉਹਦੀਆਂ ਚਿੱਤ ਬਿਰਤੀਆਂ ਇਕਾਗਰਤਾ ਦੇ ਘਰ ਨਹੀਂ ਆਉਂਦੀਆਂ, ਪਰ ਜਦੋਂ ਹਰੀ ਦਾ ਜਸ ਇਕੱਠੇ ਹੋ ਕੇ ਕਰਦੇ ਹਾਂ, ਉਸ ਵੇਲੇ ਚਿੱਤ ਬਿਰਤੀਆਂ ਨੂੰ ਸਰਪਾਸ ਕਰਕੇ ਜਿਹੜੀ ਸਾਡੀ ਸੁਰਤ ਹੈ ਉਹ ਇਕਾਗਰਤਾ ਦੇ ਘਰ ਵੱਲ ਨੂੰ ਵਧਣਾ ਸ਼ੁਰੂ ਹੋ ਜਾਂਦੀ ਹੈ, ਸਿਰਕਣਾ ਸ਼ੁਰੂ ਹੋ ਜਾਂਦੀ ਹੈ। ਸੋ ਇਹ ਨਾਮ ਦਾ ਰਸ ਆਉਂਦਾ ਹੈ, ਬਾਣੀ ਦਾ ਪਿਆਰ ਆਉਂਦਾ ਹੈ, ਗੱਲ ਸਮਝ 'ਚ ਆਉਂਦੀ ਹੈ, ਬਚਨ ਸੁਣਦੇ ਹਾਂ, ਬਖਸ਼ੀਆਂ ਹੋਈਆਂ ਪ੍ਰਵਾਨ ਰੂਹਾਂ ਦੇ ਬਚਨ ਸੁਣਦੇ ਹਾਂ, ਪ੍ਰਵਾਨ ਰੂਹਾਂ ਦੇ ਜੀਵਨ ਬਾਰੇ ਸਾਨੂੰ ਗਿਆਤ ਹੁੰਦੀ ਹੈ, ਫਿਰ ਚਿੱਤ ਲੱਗਣ ਲੱਗ ਜਾਂਦਾ, ਨਹੀਂ ਖੁਸ਼ਕੀ ਪੈ ਜਾਂਦੀ ਹੈ, ਆਦਮੀ ਹੈਰਾਨ ਹੁੰਦਾ, ਤਰਲੇ ਮਾਰਦਾ ਜਾਗਿਆ ਹੋਇਆ ਵੀ ਹੋ ਕੀ ਗਿਆ, ਰਸੇ ਨਹੀਂ ਰਿਹਾ, ਖੁਸ਼ਕ ਹੋ ਗਿਆ ਕੰਮ, ਬੜਾ ਸੋਹਣਾ ਬੰਦਗੀ ਕਰਦੇ ਸੀ। ਮਹਾਰਾਜ ਕਹਿੰਦੇ ਤਾਂ ਆਏਗਾ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆ, ਜਿਹੜੇ ਵਾਹਿਗੁਰੂ ਦੇ ਪ੍ਰਵਾਨ ਹੋਏ ਹੋਏ ਰੂਹਾਂ ਨੇ, ਬਖਸ਼ੇ ਹੋਏ ਨੇ, ਜਿਹੜੇ ਉਹਨਾਂ ਦੇ ਦਰਸ਼ਨ ਕਰਕੇ ਵਾਹਿਗੁਰੂ ਚਿੱਤ ਆਉਣਾ ਸ਼ੁਰੂ ਹੋ ਜਾਂਦਾ। ਮਾੜੇ ਆਦਮੀ ਵੱਲ ਤੁਸੀਂ ਤੁਰੋ ਜਿਹਦੇ ਨਾਲ ਦੁਸ਼ਮਣੀ ਹੋਵੇ, ਉਹਦੇ ਵੱਲ ਨੂੰ ਪੈਰ ਪੱਟਦੀ ਸਾਰ ਵਾਈਬ੍ਰੇਸ਼ਨ ਹੋਏਗੀ, ਵੇਵਸ ਜਿਹੜੀਆਂ ਨੇ ਆਉਣੀਆਂ ਸ਼ੁਰੂ ਹੋ ਜਾਣਗੀਆਂ, ਕਿਉਂਕਿ ਸਾਡਾ ਕਨੈਕਸ਼ਨ ਕਿਸੇ ਨੰਬਰ ਸਾਡਾ ਗਲਤ ਮਿਲ ਗਿਆ, ਗਲਤ ਥਾਂ 'ਤੇ ਮਿਲ ਗਿਆ, ਅਤੇ ਉਹ ਸਾਰੀਆਂ ਵੇਵਸ ਸਾਡੇ ਵੱਲ ਨੂੰ ਆਉਣੀਆਂ ਸ਼ੁਰੂ ਹੋ ਜਾਣੀਆਂ, ਚਿੱਤ ਵਿੱਚ ਖਿਝ ਆ ਜਾਏਗੀ, ਫਰਸਟ੍ਰੇਸ਼ਨ ਆ ਜਾਏਗੀ, ਗੁੱਸਾ ਪਹਿਲਾਂ ਹੀ ਚੜ੍ਹ ਜਾਏਗਾ। ਮਹਾਂਪੁਰਸ਼ ਦਾ ਜ਼ਿਕਰ ਕਰਦੀ ਸਾਰ, ਉਹਦੇ ਵੱਲ ਧਿਆਨ ਦਿੰਦੀ ਸਾਰ, ਕਨੈਕਸ਼ਨ ਸਹੀ ਥਾਂ 'ਤੇ ਜੁੜ ਗਿਆ, ਉਹਦੇ ਨਾਲ ਨਾਮ ਆਪੇ ਹੀ ਚਿੱਤ ਆ ਜਾਏਗਾ। ਹੱਡਵਰਤੀ ਹੈ ਕਿ ਜਦੋਂ ਅਸੀਂ ਪਟਿਆਲੇ ਹੁੰਦੇ ਸੀ, ਬਹੁਤ ਸਾਰੀ ਸੰਗਤ ਸੀ, ਪ੍ਰੇਮੀ ਸੀ ਬਹੁਤ ਸਾਰੇ, ਮਹਾਰਾਜ ਜੀ ਦਵਲਾਨ ਆ ਗਏ, ਸੰਤ ਮਹਾਰਾਜ ਜੀ ਰਾੜੇ ਵਾਲੇ ਦਵਲਾਨ ਆ ਕੇ, ਉਹਨਾਂ ਨੇ ਬੜੀ ਕੱਲਰ ਜ਼ਮੀਨ ਸੀ ਜਿਸ ਥਾਂ 'ਤੇ ਆ ਕੇ ਆਪਨੇ ਭਾਗ ਲਾਏ, ਪਹਿਲਾਂ ਥੋੜ੍ਹੀ ਦੇਰ ਯਤਨ ਕੀਤਾ ਕਿ ਗੁਪਤ ਰਹੀਏ, ਪਰ ਸਾਧੂ ਕਦੇ ਗੁਪਤ ਨਹੀਂ ਰਹਿ ਸਕਦਾ, ਕਿੱਥੇ ਚਲਿਆ ਜਾਵੇ ਜਿੱਥੇ ਜੀ ਕਰਦਾ, ਕਿੰਨਾ ਹੀ ਉਹ ਪਖੰਡ ਕਰ ਲਏ,
ਪਖੰਡ ਦਾ ਮੇਰਾ ਮਤਲਬ ਇਹ ਹੈ ਵੀ ਉਹ ਦੂਈ ਤਰ੍ਹਾਂ ਨਹੀਂ, ਆਪਣੇ ਆਪ ਨੂੰ ਛੁਪਾਉਣ ਦੇ ਵਾਸਤੇ ਕਿੰਨੇ ਡਰਾਮੇ ਬਣਾ ਲਵੇ, ਲੇਕਿਨ ਉਹਦਾ ਪਤਾ ਲੱਗ ਜਾਂਦਾ ਦੂਸਰਿਆਂ ਨੂੰ। ਉਸ ਟੈਂਪੋ ਤੱਕ ਨਹੀਂ ਉਹ ਪਹੁੰਚ ਸਕਦਾ ਜਿੱਥੇ ਦੂਸਰਾ ਬੰਦਾ ਸਹਿਜ ਸੁਭਾਅ ਪਹੁੰਚਦਾ, ਪਤਾ ਲੱਗ ਜਾਏਗਾ ਵੀ ਇਹਦੇ ਵਿੱਚ ਕਣੀ ਹੈ, ਕੋਈ ਹੈ ਇਹ। ਮੈਂ ਉੱਥੇ ਪਹਿਲੇ ਦਿਨੇ ਕੁਦਰਤ ਐਸੀ ਹੋਈ, ਤੰਬੂ ਲਾਏ, ਜੇਠ ਦਾ ਮਹੀਨਾ ਸੀ, ਇੱਕ ਦਰਖਤ ਥੱਲੇ ਅਸੀਂ ਬੈਠੇ ਸੀ, ਮੈਂ ਅਤੇ ਬੀਬੀ ਜੀ ਦੋਏ, ਸਾਰੀ ਲੋ ਅਸੀਂ ਉਸ ਦਰਖਤ ਥੱਲੇ ਬੈਠ ਕੇ ਗੁਜ਼ਾਰੀ। ਉਹਦੇ ਬਾਅਦ ਖਿਆਲ ਆਇਆ ਵੀ ਆਹ ਕਲਰ ਦੇ ਵਿੱਚ ਕੌਣ ਆ ਗਿਆ, ਅਤੇ ਲੱਗੇ ਜਿਵੇਂ ਪਿਆਰਾ ਪਿਆਰਾ ਹੁੰਦਾ, ਕਿਉਂ ਇੱਕ ਰੱਸੀ ਸੀ ਉਹਦੇ ਉੱਤੇ ਇਸ਼ਨਾਨ ਕਰਕੇ ਵਸਤਰ ਸੁੱਕਣੇ ਪਾਏ ਹੋਏ ਸੀ, ਕਸ਼ਹਿਰੇ ਵਗੈਰਾ। ਉਹਨਾਂ ਨੂੰ ਦੇਖ ਕੇ ਲੱਗੇ ਵੀ ਕੋਈ ਸਾਧੂ ਹੈ, ਮਨ ਦੇ ਅੰਦਰ ਖਿੱਚ ਪੈਦਾ ਹੋਈ ਵੀ ਦੇਖੀਏ ਕੌਣ ਹੈ, ਕੋਈ ਗੁਰਮੁਖ ਪਿਆਰਾ ਵੀ ਲੱਗਦਾ, ਕਿਉਂਕਿ ਆਲੇ ਦੁਆਲੇ ਦਾ ਚਕਿਰਦਾ ਜਿਹੜਾ ਉਹ ਗੁਰਮੁਖਾਂ ਵਾਲਾ ਹੈ, ਮਨਮੁਖਾਂ ਵਾਲਾ ਨਹੀਂ ਹੈ। ਟੈਂਟ ਲੱਗਿਆ ਹੋਇਆ, ਗਿੱਟੇ ਗਿੱਟੇ ਲੰਘਣਾ ਪਿਆ ਸਾਨੂੰ ਸ਼ੋਰੇ ਵਿੱਚ। ਉੱਥੇ ਜਾ ਕੇ ਦੇਖਿਆ ਮੈਂ ਵੀ ਇਹ ਤਾਂ ਕਸ਼ਹਿਰੇ ਪਰਨੇ ਸੁੱਕਣੇ ਪਏ ਹੋਏ ਨੇ, ਕੋਈ ਹੋ ਸਕਦਾ ਮਹਾਤਮਾ ਹੋਵੇ ਇਹਦੇ ਅੰਦਰ। ਉਹ ਥੋੜ੍ਹੀ ਖੁੱਲ੍ਹ ਲਈ, ਚਿਕ ਚੱਕ ਕੇ ਮੈਂ ਦੇਖਿਆ ਤਾਂ ਮਹਾਰਾਜ ਜੀ ਬੈਠੇ, ਕੋਈ ਘਾਹ ਨਹੀਂ, ਕੁਛ ਨਹੀਂ, ਕਲਰ ਉੱਡਦਾ ਬੇਅੰਤ, ਲੋਹ ਚੱਲਦੀ ਹੈ ਬੜੀ ਜ਼ਬਰਦਸਤ। ਉਹ ਵੀ ਹੈਰਾਨ ਹੈ, ਮੈਂ ਵੀ ਹੈਰਾਨ, ਕਹਿਣ ਲੱਗੇ ਤੂੰ ਕਿਵੇਂ ਆ ਗਿਆ, ਸਾਡਾ ਤਾਂ ਇੱਥੇ ਕਿਸੇ ਨੂੰ ਪਤਾ ਹੀ ਨਹੀਂ। ਮੈਂ ਮਹਾਰਾਜ ਮੈਨੂੰ ਤਾਂ ਆਪ ਨਹੀਂ ਪਤਾ, ਆ ਗਿਆ ਮੈਂ। ਉਹਦੇ ਬਾਅਦ ਥੋੜ੍ਹੀ ਦੇਰ ਬਾਅਦ ਪਤਾ ਲੱਗ ਗਿਆ ਸੰਗਤਾਂ ਨੂੰ, ਹੁੰਮ ਹੁਮਾ ਕੇ ਆਉਣ ਲੱਗੇ, ਦੀਵਾਨ ਲੱਗਣ ਲੱਗ ਗਏ। ਪਟਿਆਲੇ ਤੋਂ ਜਦੋਂ ਅਸੀਂ ਚੱਲਦੇ ਸੀ ਰੇਲਵੇ ਸਟੇਸ਼ਨ ਤੱਕ ਆ ਕੇ, ਗੱਲਾਂ ਬਾਤਾਂ ਹੋ ਜਾਂਦੀਆਂ ਸੀ, ਉਸ ਤੋਂ ਬਾਅਦ ਇੱਕ ਦੂਏ ਨੂੰ ਕੋਈ ਨਹੀਂ ਸੀ ਬੁਲਾਉਂਦਾ। ਕਾਰਨ ਕੀ ਸੀ ਕਿ ਮਨ ਦੀ ਸਿਹਤ ਜਿਹੜੀ ਸੂਈ ਸੀ ਉਸ ਪਾਸੇ ਨੂੰ ਹੋ ਗਈ, ਮਹਾਤਮਾ ਵੱਲ ਨੂੰ। ਮਹਾਤਮਾ ਵੱਲ ਨੂੰ ਹੁੰਦੀ ਸਾਰ ਸਾਰਿਆਂ ਦੇ ਅੰਦਰ ਗੁਰਮੰਤਰ ਦਾ ਸਿਮਰਨ ਯਾਦ ਸ਼ੁਰੂ ਹੋ ਜਾਂਦੀ ਸੀ, ਗੁਰਮੰਤਰ ਦਾ ਜਾਪ ਸ਼ੁਰੂ ਹੋ ਜਾਂਦਾ। ਇਕੱਲਾ ਜਾਪ ਨਹੀਂ ਸੀ ਹੁੰਦਾ, ਨਾਲ ਰਸ ਵਜਾਉਣਾ ਸ਼ੁਰੂ ਹੋ ਜਾਂਦਾ। ਤੋ ਮਹਾਰਾਜ ਕਹਿੰਦੇ ਇਹ ਕੁਦਰਤੀ ਹੈ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਬੈਠਿਆ। ਇਸੇ ਤਰ੍ਹਾਂ ਦੇ ਨਾਲ ਜਿਸ ਥਾਂ 'ਤੇ ਰਸ ਵਾਲੇ ਕੀਰਤਨ ਕਰਨ ਵਾਸਤੇ ਇਕੱਠੇ ਹੋਣ, ਨਿਸ਼ਕਾਮ ਕੀਰਤਨ ਹੁੰਦਾ ਹੋਵੇ, ਕੋਈ ਵੀ ਉਹਦੇ ਵਿੱਚ ਗਰਜਣਾ ਹੋਵੇ, ਕਹਿੰਦੇ ਉਸ ਥਾਂ ਨੂੰ ਚੱਲਦੇ ਹੀ ਪਰਮੇਸ਼ੁਰ ਦਾ ਨਾਮ ਯਾਦ ਆਉਣ ਲੱਗ ਜਾਂਦਾ। ਸੋ ਇਹ ਸਤਸੰਗ ਐਸੀ ਚੀਜ਼ ਹੈ ਕਲਯੁਗ ਦੇ ਅੰਦਰ ਜਿਹੜੀ ਪ੍ਰਾਪਤ ਹੁੰਦੀ ਹੈ ਭਾਗਾਂ ਨਾਲ, ਪਰ ਪਰਮੇਸ਼ੁਰ ਵੱਲ ਨੂੰ ਤੋੜਦੀ ਹੈ। ਇਹਦੇ ਵਿੱਚ ਜੋ ਸਭ ਤੋਂ ਵੱਡਾ ਫੈਕਟਰ ਹੈ ਜੋ ਯਾਦ ਰੱਖਣਾ ਚਾਹੀਦਾ ਹੈ, ਉਹ ਇਹ ਕਿ ਸ਼ਰਧਾ ਹੋਣੀ ਚਾਹੀਦੀ ਹੈ। ਸ਼ਰਧਾ ਦੇ ਨਾਲ ਜਦ ਤੋਂ ਘਰੋਂ ਕਦਮ ਪੁੱਟੋਂਗੇ, ਉਸ ਵੇਲੇ ਸ਼ਰਧਾ ਰੂਪੀ ਝੋਲੀ ਦੇ ਵਿੱਚ ਦਾਤਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ। ਇੱਕ ਕਦਮ ਦਾ ਫਲ ਸਮੇਤ ਜਗ ਦੇ ਫਲ ਦਾ ਪ੍ਰਾਪਤ ਹੋਣਾ ਸ਼ੁਰੂ ਹੋ ਜਾਏਗਾ ਉਸੇ ਵੇਲੇ। ਸੋ ਇਹ ਪ੍ਰਤੀਤ ਹੈ, ਫਿਰ ਗੁਰੂ ਦੇ ਉੱਤੇ 100% ਪ੍ਰਤੀਤ ਹੈ। ਜੇ ਪ੍ਰਤੀਤ ਨਹੀਂ ਹੈ ਚਾਹੇ ਗੁਰੂ ਦੇ ਨੇੜੇ ਰਹੀ ਜਾ। ਪ੍ਰਤੀਤ ਤੋਂ ਖਾਲੀ ਹਿਰਦਾ ਜਿਹੜਾ ਹੈ ਨੇੜੇ ਰਹਿ ਕੇ ਵੀ ਬੈਡ ਕੰਡਕਟਰ ਹੋ ਜਾਂਦਾ। ਜਿਵੇਂ ਬਿਜਲੀ ਹੈ, ਬੈਡ ਕੰਡਕਟਰ ਲੱਗਿਆ ਹੋਵੇ ਬਿਜਲੀ ਪਾਸ ਨਹੀਂ ਕਰਦੀ। ਇਸੇ ਤਰ੍ਹਾਂ ਦੇ ਨਾਲ ਜੋ ਬਰਕਤਾਂ ਮਹਾਂਪੁਰਸ਼ਾਂ ਦੇ ਪਿਆਰ ਦੀਆਂ, ਉਹਨਾਂ ਦੇ ਜੀਵਨ ਦੀਆਂ, ਗੁਰੂ ਦੇ ਪਿਆਰ ਦੀਆਂ, ਉਹ ਪਾਸ ਨਹੀਂ ਕਰਿਆ ਕਰਦੀਆਂ, ਉਹ ਰੁਕ ਜਾਂਦੀਆਂ ਨੇ। ਕਾਰਬਨ ਆ ਜਾਵੇ ਕਾਰ ਦੇ ਵਿੱਚ ਡਿਸਟ੍ਰੀਬਿਊਟਰ 'ਚ, ਉਹ ਕਾਰਬਨ ਤਾਂ ਕਰੰਟ ਤਾਂ ਆ ਰਹੀ ਹੈ ਬੈਟਰੀ ਤੋਂ ਡਿਸਟ੍ਰੀਬਿਊਟਰ ਤੱਕ ਪਹੁੰਚ ਰਹੀ ਹੈ, ਲੇਕਿਨ ਜਿਹੜੀਆਂ ਉੱਥੋਂ ਤਾਰਾਂ ਗਾਹਾਂ ਚੱਲਦੀਆਂ ਨੇ, ਇੰਜਣ ਨਾਲ ਜੁੜਦੀਆਂ ਜਾ ਕੇ ਜੁੜਦੀਆਂ ਨੇ, ਪਲੱਗਾਂ ਦੇ ਨਾਲ ਜੁੜਦੀਆਂ, ਉਹਨਾਂ ਦੇ ਵਿੱਚ ਕਰੰਟ ਪਾਸ ਨਹੀਂ ਹੁੰਦੀ, ਕਿਉਂਕਿ ਵਿਚਾਲੇ ਦੋਸ਼ ਪੈ ਗਿਆ। ਪਤਲਾ ਜਿਹਾ ਕਾਗਜ਼ ਰੱਖ ਦਿਉ ਉਹਦੇ 'ਚ, ਕਦੇ ਵੀ ਨਹੀਂ ਕਾਰ ਸਟਾਰਟ ਹੋਏਗੀ ਚਾਹੇ ਅੱਜੇ ਲੈ ਕੇ ਆਇਆ, ਕਿਉਂਕਿ ਉਹਦੇ ਵਿੱਚ ਫਰਕ ਪੈ ਗਿਆ, ਟੁੱਟ ਗਈ ਹੈ ਜਿਹੜਾ ਕਰੰਟ ਦਾ ਸੋਰਸ ਸੀ ਉਹਦੇ ਨਾਲ ਟੁੱਟ ਗਿਆ। ਇਸੇ ਤਰ੍ਹਾਂ ਦੇ ਨਾਲ ਵਾਹਿਗੁਰੂ ਜੋ ਹੈ, ਕੌਸਮਿਕ ਐਨਰਜੀ ਵੀ ਕਹਿੰਦੇ ਨੇ, ਸੁਪਰ ਐਨਰਜੀ ਵੀ ਕਹਿੰਦੇ ਨੇ, ਅਤੇ ਪਰਮੇਸ਼ੁਰ ਓਮਕਾਰ ਦੀ ਐਨਰਜੀ, ਨਾਮ ਦੀ ਐਨਰਜੀ ਵੀ ਕਹਿੰਦੇ ਨੇ।
ਉਹ ਪਾਸ ਨਹੀਂ ਹੁੰਦੀ ਜੇ ਸ਼ਰਧਾ ਨਾ ਹੋਵੇ। ਸ਼ਰਧਾ ਤੋਂ ਬਗੈਰ ਬੇਪ੍ਰਤੀਤੀ ਦੀ ਕਾਰਬਨ ਜੇ ਅੰਦਰ ਜੰਮ ਜਾਵੇ, ਉਹ ਦੇਖਣ ਨੂੰ ਭਾਵੇਂ ਕਿੱਡਾ ਵੱਡਾ ਹੈ, ਉਹ ਖਾਲੀ ਹੋਏਗਾ, ਸੁੱਕਾ ਹੋਏਗਾ, ਉਹਨੂੰ ਫਲ ਨਹੀਂ ਹੁੰਦਾ। ਇਸ ਕਰਕੇ ਗੁਰੂ ਮਹਾਰਾਜ ਇੱਕ ਸਿਧਾਂਤ ਦਿੰਦੇ ਨੇ ਕਿ ਪਿਆਰਿਓ, ਸਭ ਤੋਂ ਜ਼ਿਆਦਾ ਜੇ ਨਾਮ ਤੁਸੀਂ ਜਪਣਾ ਚਾਹੁੰਦੇ ਹੋ ਨਾ, ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਪ੍ਰਤੀਤ, ਭਰੋਸਾ, ਫੇਥ, ਯਕੀਨ, ਸ਼ਰਧਾ। ਇਹਦੇ ਵਿੱਚ ਜਿੰਨੀ ਜ਼ਿਆਦਤੀ ਹੈ ਉਨਾ ਨੇੜੇ ਚੱਲਦਾ, ਜਿੰਨੀ ਘੱਟ ਹੈ ਉਨਾ ਦੂਰ ਰਹਿੰਦਾ ਹੈ। ਸੋ ਇਸ ਕਰਕੇ ਐਸਾ ਫਰਮਾਨ ਹੈ, ਪੜ੍ਹੋ ਪਿਆਰ ਨਾਲ। ਕਰੰਟ ਨਹੀਂ ਹੈ, ਪ੍ਰਤੀਤ ਦੇ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜਿਸ ਦੇ ਮਨ ਵਿੱਚ ਹੈ ਭਾਈ, ਤਿਸ ਜਾਣਾ ਆਵੇ ਹਰ ਪ੍ਰਭ ਜੀ। ਜੇ ਪ੍ਰਤੀਤ ਨਹੀਂ ਹੈ ਤਾਂ ਗੱਲ ਨਹੀਂ ਬਣਿਆ ਕਰਦੀ। ਸਭ ਤੋਂ ਜ਼ਿਆਦਾ ਜੋ ਜ਼ਰੂਰੀ ਚੀਜ਼ ਹੈ ਰੂਹਾਨੀਅਤ 'ਚ ਉਹ ਭਰੋਸਾ ਅਤੇ ਪ੍ਰਤੀਤ ਹੈ। ਸਾਡਾ ਭਰੋਸਾ ਪੈਰ ਪੈਰ ਦੇ ਉੱਤੇ ਟੁੱਟਦਾ। ਭਰੋਸੇ ਦੀ ਮਿਸਾਲ ਮਹਾਂਪੁਰਸ਼ ਦਿੰਦੇ ਹੋਏ ਕੈਸੀ ਮਿਸਾਲ ਦਿੰਦੇ ਨੇ ਕਿ ਇੱਕ ਨਗਰ ਦੇ ਅੰਦਰ ਕਥਾ ਹੁੰਦੀ ਰੋਜ਼, ਬਹੁਤ ਦੁਨੀਆ ਆਉਂਦੀ ਸੀ ਅਤੇ ਬਹੁਤ ਜ਼ਿਆਦਾ ਸਾਰੇ ਬੰਦੇ ਆ ਕੇ ਸੁਣਿਆ ਕਰਦੇ ਸੀ।
ਇੱਕ ਵਾਰੀ ਐਸਾ ਹੋਇਆ ਕਿ ਘੋੜ ਸਵਾਰ ਆਉਂਦਾ ਹੈ, ਕਿਸੇ ਨੇ ਕਿਹਾ ਕਿ ਦੇਖ ਤੂੰ ਕਿਸਮਤ ਨਾਲ ਇੱਥੋਂ ਲੰਘ ਰਿਹਾ ਹੈ, ਬੜੇ ਵੱਡੇ ਵਿਦਵਾਨ ਆਏ ਹੋਏ ਨੇ ਅਤੇ ਕਥਾ ਕਰ ਰਹੇ ਨੇ, ਸਾਰੇ ਨਗਰ ਦੇ ਜੋ ਜਗਿਆਸੂ ਲੋਕ ਨੇ ਉਹ ਵੀ ਇੱਥੇ ਪਹੁੰਚ ਕੇ ਸੁਣ ਰਹੇ ਨੇ, ਤੂੰ ਵੀ ਥੋੜ੍ਹਾ ਚਿਰ ਘੋੜਾ ਇੱਥੇ ਬੰਨ ਦੇ, ਚਾਰਾ ਪਾ ਦੇ, ਇਸ ਨੂੰ ਖਾ ਲਏਗਾ ਅਤੇ ਦਮ ਲੈ ਲਏਗਾ ਅਤੇ ਉਹਨਾਂ ਚਿਰ ਤੂੰ ਕਥਾ ਸੁਣ ਲੈ। ਉੱਥੇ ਜਦ ਜਾ ਕੇ ਸੰਗਤ 'ਚ ਬੈਠਿਆ, ਉਸ ਥਾਂ ਦੇ ਉੱਤੇ ਵਾਕ ਆ ਰਹੇ ਸੀ, ਭਈ ਪ੍ਰਾਪਤ ਮਾਨੁੱਖ ਦੇਹੋਰੀਆ, ਗੋਬਿੰਦ ਮਿਲਣ ਕੀਏ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾ, ਕਿ ਪਿਆਰਿਆ ਤੇਰੀ ਵਾਰੀ ਆ ਗਈ ਪਰਮੇਸ਼ਰ ਨੂੰ ਮਿਲਣ ਦੀ। ਬਾਕੀ ਜਿੰਨੇ ਹੋਰ ਕਰਮ ਨੇ ਉਹ ਕਿਸੇ ਲੇਖੇ ਵਿੱਚ ਨਹੀਂ ਹੈਗੇ, ਨਾ ਧਨ ਕਮਾਉਣਾ ਲੇਖੇ ਦੇ ਅੰਦਰ, ਬੜੇ ਬੜੇ ਧਨੀ ਹੋਏ ਨੇ ਇੱਥੇ ਸੰਸਾਰ 'ਤੇ ਜਿਨ੍ਹਾਂ ਦੀ ਗਿਣਤੀ ਗਿਣੀ ਨਹੀਂ ਜਾਂਦੀ, ਬੇਅੰਤ ਲੁਟੇਰੇ ਹੋਏ ਨੇ ਜਿਨ੍ਹਾਂ ਕੋਲ ਹੱਦ ਤੋਂ ਜ਼ਿਆਦਾ ਧਨ ਸੀਗਾ, ਜਿਹਦੀ ਗਿਣਤੀ ਕਰਨੀ ਮੁਸ਼ਕਲ ਸੀ। ਐਸਾ ਇੱਕ ਇਤਿਹਾਸਕ ਵਾਕਾ ਆਉਂਦਾ ਹੈ ਹਿਸਟਰੀ ਦੇ ਅੰਦਰ ਕਿ ਮਹਿਮੂਦ ਗਜ਼ਨਵੀ, ਉਸ ਵੇਲੇ ਉਹਦੇ ਕੋਲ ਇੰਨਾ ਰਾਜ ਇਲਾਕਾ ਸੀ, ਬਹੁਤ ਵੱਡਾ, ਤਾਸ਼ਕੰਦ ਅਤੇ ਇਧਰਲੇ ਪਾਸੇ ਟਰਕੀ ਅਤੇ ਉੱਤੇ ਕੈਸਪੀਨ, ਹੇਲੇ ਪਾਸੇ ਆ ਸਾਰਾ ਅਫਗਾਨਿਸਤਾਨ ਵਗੈਰਾ, ਅਤੇ ਗੰਗਾ ਤੱਕ ਉਹਦੀ ਰਾਜ ਦਾ ਸ਼ਾਸਨ ਸੀ। ਉਸਨੇ ਇੰਨਾ ਧਨ ਲੁੱਟਿਆ ਕਿਸੇ ਦਾ ਹਿਸਾਬ ਕਿਤਾਬ ਨਹੀਂ ਸੀ। ਇਕੱਲੇ ਸੋਮਨਾਥ ਮੰਦਿਰ ਦੇ ਜੋ ਹੀਰੇ ਲੁੱਟੇ ਗਏ ਉਸ ਵੇਲੇ ਦੀ ਵੈਲਿਊ 4 ਅਰਬ ਸੀ, ਅੱਜ ਦੀ ਵੈਲਿਊ ਤੁਸੀਂ ਇਹਨੂੰ ਜਲ ਦੇ ਲਓ, ਸੋਨਾ ਦੇ ਲਓ, ਚਾਹੇ ਜ਼ਿਆਦਾ ਦੇ ਲਓ। ਉਹ ਜਦੋਂ ਜਿਸ ਵਕਤ ਬਿਮਾਰ ਹੋਇਆ, ਹਕੀਮਾਂ ਨੇ ਕਿਹਾ ਵੀ ਹੁਣ ਤੂੰ ਬਚ ਨਹੀਂ ਸਕਦਾ, ਹੁਣ ਤਾਂ ਤੇਰੇ ਥੋੜ੍ਹੇ ਹੀ ਦਿਨ ਰਹਿੰਦੇ ਨੇ, ਸਭ ਦਵਾਈਆਂ ਅਸੀਂ ਦੇ ਕੇ ਦੇਖ ਲਈਆਂ, ਹੁਣ ਨਹੀਂ। ਉਸ ਵੇਲੇ ਉਹਨੇ ਇੱਕ ਗੱਲ ਮਨ ਦੇ ਅੰਦਰ ਸੀ, ਉਹ ਕਹਿਣ ਲੱਗਿਆ ਕਿ ਮੈਂ ਇੱਕ ਵਾਰੀ ਆਪਣੀ ਫੌਜ ਦੇਖਣੀ ਚਾਹੁੰਦਾ, ਜਰਨੈਲ ਦੇਖਣੇ ਚਾਹੁੰਦਾ, ਜਿਹੜੇ ਮੇਰੇ ਨਾਲ ਦੂਰ ਦੂਰ ਮੁਹਿੰਮਾਂ 'ਤੇ ਗਏ ਉਹਨਾਂ ਨੂੰ ਮੈਂ ਅੱਖਾਂ ਨਾਲ ਦੇਖਣਾ ਚਾਹੁੰਦਾ। ਉਹਦੀ ਫੌਜ ਦੇ ਵਿੱਚ ਉਸ ਵੇਲੇ ਦੇ ਹਿਸਾਬ ਨਾਲ 1 ਲੱਖ ਪੈਦਲ ਸੀ ਅਤੇ 50,000 ਉਹਦੇ ਕੋਲ ਘੋੜ ਸਵਾਰ ਸੀਗੇ, 13,000 ਉਹਦੇ ਕੋਲ ਦੂਸਰੀ ਫੌਜ ਸੀ, ਬਹੁਤ ਵੱਡੀ ਆਰਮੀ ਸੀ। ਉਹਦੇ ਮੁਕਾਬਲੇ ਹਿੰਦੁਸਤਾਨ ਦੇ ਛੋਟੇ ਛੋਟੇ ਰਾਜੇ ਹੋਇਆ ਕਰਦੇ ਸੀ, ਵੱਡੇ ਰਾਜੇ ਨਹੀਂ ਸੀ, ਇਸੇ ਕਰਕੇ ਹਮਲਾ ਬਰਾ ਕੇ ਇਹਦੇ ਉੱਤੇ ਕਾਮਯਾਬ ਹੋ ਜਾਂਦੇ ਸੀ, ਨਿੱਕੇ ਨਿੱਕੇ ਰਾਜੇ ਸੀ। ਉਹ ਸਾਰੇ ਰਾਜਿਆਂ ਨੂੰ ਜਿੱਤਦਾ, ਬਹੁਤ ਵੱਡੀ ਉਹਨੇ ਆਪਣੀ ਸਲਤਨਤ ਕਾਇਮ ਕਰ ਲਈ। ਅਤੇ ਉਸ ਵੇਲੇ ਫੌਜ ਦਾ 1 ਲੱਖ ਬੰਦਾ ਉਹਦੇ ਅੱਗੇ ਦੀ ਲੰਘਾਇਆ ਗਿਆ, ਫਿਰ ਜਿਹੜੇ ਘੋੜ ਸਵਾਰ ਸੀ ਉਹ ਲੰਘੇ, ਫਿਰ ਉਹ ਤੀਰਾਂ ਵਾਲੇ, ਅਤੇ ਦੂਜੇ ਤੋਪਾਂ ਵੀ ਬਣ ਚੁੱਕੀਆਂ ਸੀ ਉਸ ਵੇਲੇ ਖਾਲੀ ਗੋਲੇ ਦੀਆਂ, ਅਤੇ ਉਹ ਲੰਘੇ। ਅਤੇ ਉਹਦੇ ਬਾਅਦ ਜਦ ਸਾਰੇ ਲੰਘ ਗਏ, ਫਿਰ ਜਿਹੜੇ ਸਿਵਲ ਦੇ ਕਰਮਚਾਰੀ ਸੀ ਉਹ ਲੰਘਾਏ, ਜਦ ਸਾਰੇ ਲੰਘ ਗਏ ਰੋਣ ਲੱਗ ਗਿਆ, ਬਰਾਇਆ ਨਾ ਕਿਸੇ ਦਾ ਵੀਰੇ, ਕਹਿਣ ਲੱਗੇ ਬਾਦਸ਼ਾਹ ਤੂੰ ਰੋਨਾ ਕਿਉਂ ਹੈ? ਕਹਿਣ ਲੱਗਿਆ ਮੈਂ ਤਾਂ ਰੋਨਾ, ਬੜੇ ਬੜੇ ਜੰਗ ਕਰੇ, ਬੜੇ ਬੜੇ ਬਹਾਦਰ ਰਾਜਿਆਂ ਦੇ ਨਾਲ, ਸੂਰਮਿਆਂ ਦਾ ਨਾਲ ਸਾਡਾ ਵਾਹ ਪਿਆ, ਪਰ ਇਹਨਾਂ ਨੇ ਮੇਰੀ ਉੱਥੇ ਡਟ ਕੇ ਸਹਾਇਤਾ ਕੀਤੀ, ਅੱਜ ਮੈਂ ਸੰਸਾਰ ਤੋਂ ਜਾ ਰਿਹਾ। ਅੱਜ ਇਹਨਾਂ ਸਾਰਿਆਂ ਦੇ ਵਿੱਚ ਕੋਈ ਐਸਾ ਨਹੀਂ ਜਿਹੜਾ ਮੈਨੂੰ ਜਾਣ ਤੋਂ ਰੋਕ ਲਵੇ, ਅਤੇ ਜਿੱਥੇ ਮੈਂ ਜਾਣਾ ਹੈ ਉੱਥੇ ਮੇਰੀ ਕੋਈ ਸਹਾਇਤਾ ਕਰੇ। ਕਿਉਂਕਿ ਉਸ ਨੂੰ ਪਤਾ ਨਹੀਂ ਸੀਗਾ ਧਨ ਨੇ ਤਾਂ ਸਹਾਇਤਾ ਕਰਨੀ ਨਹੀਂ ਹੈ, ਧਨ ਤਾਂ ਪਿਆ ਹੀ ਰਹਿ ਜਾਂਦਾ, ਜਿਹੜੇ ਬਾਲ ਬੱਚੇ ਨੇ, ਰਿਸ਼ਤੇਦਾਰ ਨੇ, ਇਹ ਜ਼ਿਆਦਾ ਤੋਂ ਜ਼ਿਆਦਾ ਕਬਰਸਤਾਨ ਤੱਕ ਜਾਣਗੇ। ਇਹਦੋਂ ਗਾਹਾਂ ਤਾਂ ਜਿਹੜੀ ਸਹਾਇਤਾ ਕਰਨੀ ਹੈ, ਅਤੇ ਜਿਹੜੀ ਜਿਹੜਾ ਵੈਰ ਕਰਨਾ, ਦੁੱਖ ਦੇਣਾ, ਮਾੜੇ ਕਰਮਾਂ ਨੇ ਤਾਂ ਦੁੱਖ ਦੇਣਾ, ਜਿਹੜੇ ਸ਼ੁਭ ਕਰਮ ਨੇ ਉਹਨਾਂ ਨੇ ਇਹਦੀ ਸਹਾਇਤਾ ਕਰਨੀ ਹੈ। ਸਾਰਿਆਂ ਤੋਂ ਵੱਧ ਜੇ ਕੋਈ ਸਹਾਇਤਾ ਕਰ ਸਕਦਾ ਹੈ ਉਹ ਆ ਸਤਸੰਗ ਦੇ ਵਿੱਚ ਬੀਤੀਆਂ ਹੋਈਆਂ ਘੜੀਆਂ ਨੇ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇੱਕ ਚਿੱਤ ਇੱਕ ਮਨ ਹੋ ਕੇ ਜਪਿਆ ਹੋਇਆ ਨਾਮ ਹੈ,
ਗੁਰੂ ਮਹਾਰਾਜ ਦਾ ਐਸਾ ਫਰਮਾਨ ਹੈ, ਪੜੋ ਪਿਆਰ ਨਾਲ। ਪਿਆਰੇ ਜੀ ਜਿੱਥੇ ਨਾ ਕੋਈ ਮਾਤ ਪਿਤਾ, ਪਿਆਰਿਆ ਜਿੱਥੇ ਨਾ ਕੋਈ ਮਾਤ ਪਿਤਾ, ਸੁਤਮੀਤ ਨਾ ਭਾਈ ਮਾਨੁਹਾ ਨਾਮ ਤੇਰੇ ਸੰਗ ਸੁਹਾਈ, ਜੈ ਮਹਾ ਭਿਆਨ ਦੂਤ ਜਮ ਜਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ, ਜੈ ਮੁਸ਼ਕਲ ਹੋਵੇ ਹੱਥ ਪਾਰੀ ਹਰ ਕੋ ਨਾਮ ਖਿਨ ਮਹਿ ਦੈ। ਸਾਰਾ ਜੀਵਨ ਲੁੱਟਾਂ ਮਾਰਾਂ 'ਚ ਗੁਜ਼ਾਰਿਆ ਸੀ, ਫੌਜਾਂ ਮਾਰਦੀਆਂ ਰਹੀਆਂ, ਬੇਤਹਾਸ਼ਾ ਜ਼ੁਲਮ ਕੀਤੇ, ਰੋਂਦਾ ਹੈ ਕਹਿੰਦਾ ਹੁਣ ਮੇਰੀ ਸਹਾਇਤਾ ਕਰਨ ਵਾਲਾ ਕੋਈ ਨਹੀਂ, ਪਤਾ ਨਹੀਂ ਮੈਨੂੰ ਅੱਗੇ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ, ਪ੍ਰਕਾਸ਼ ਨਹੀਂ ਦਿਸਦਾ, ਮੇਰੇ ਪਾਪ ਸ਼ਕਲਾਂ ਬਣਾ ਕੇ ਖੜ੍ਹੇ ਨੇ ਅਤੇ ਮੈਨੂੰ ਤਾਂ ਇਹਨਾਂ ਦਾ ਫਲ ਮਿਲੇਗਾ, ਬਹੁਤ ਮੈਨੂੰ ਔਖਾ ਹੋ ਜਾਏਗਾ। ਜਿੰਦੇ ਰੋਵੇਗੀ ਤੇ ਰੋ ਰੋ ਪੱਛੋ ਤਾਵੇਗੀ, ਫੇਰ ਤੇਰਾ ਕੋਈ ਨਾ ਬਣੇ, ਰੋਵੇਗੀ ਤੇ ਰੋ ਰੋ ਪੱਛੋ ਤਾਵੇਗੀ, ਫੇਰ ਤੇਰਾ ਕੋਈ ਨਾ ਬਣੇ। Thank you.
ਕੱਚੇ ਨਾਲ ਪਰਾਈਆਂ ਲੁਕੇ ਅੰਦਰ ਠਾਣੀ ਸੰਨੀ ਉਹਦੇ ਨਬ ਖੰਮ ਥਾਏ ਸੰਨੀ ਦੇ ਨਬ ਖੰਮ ਥਾਏ ਮਿੱਠੇ ਮਦਮਾਣੀ ਕਰਨੀ ਆਪੋ ਆਪਣੀ ਅਦਰਾਈਲ ਪ੍ਰੇਸਾ ਅਦਰਾਈਲ ਪ੍ਰੇਸਾ ਤਿਲ ਪੀੜੇ ਖਾਣੀ ਅਦਰਾਈਲ ਪ੍ਰੇਸਾ ਸੋ ਸਹਾਇਤਾ ਕਰਨ ਵਾਸਤੇ ਨਾਮ ਸਹਾਇਤਾ ਕਰਦਾ, ਬਾਕੀ ਚੀਜ਼ਾਂ ਨੇ ਉਹ ਦੁੱਖ ਦਿੰਦੀਆਂ। ਪਾਪੀ ਕਰਮ ਕਵਾਮ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਦਾਣੀ ਆ ਤਿਉਂ ਮੱਥਾ ਹੈ ਧਰਮ ਦਾ। ਰੋਂਦਾ ਹੈ ਕਿ ਹੁਣ ਫੌਜ ਦੇ ਵਿੱਚੋਂ ਕੋਈ ਨਹੀਂ ਹੈ ਜੋ ਮੇਰੀ ਸਹਾਇਤਾ ਕਰੇ। ਬੇਬਸ ਹੋਇਆ ਦੇਖ ਰਿਹਾ ਸਾਰਿਆਂ ਦੇ ਵੱਲ, ਹਮਦਰਦੀ ਕਰਦੇ ਨੇ ਲੇਕਿਨ ਮਦਦ ਤਾਂ ਕੋਈ ਵੀ ਨਹੀਂ ਕਰ ਸਕਦਾ। ਦਰਗਾਹ 'ਚ ਕੌਣ ਹੈ? ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਏ ਪੁਕਾਰ। ਉੱਥੇ ਫਿਰ ਬੇਲੀ ਕੌਣ ਹੁੰਦਾ? ਉੱਥੇ ਸਤਿਗੁਰ ਬੇਲੀ ਹੋਵੇ, ਕੱਢ ਲਏ ਅੰਤੀ ਵਾਰ। ਗੁਰੂ ਦੇ ਬਗੈਰ ਕਿਸੇ 'ਚ ਸਮਰੱਥਾ ਨਹੀਂ ਹੈ ਕਿ ਡੁੱਬਦੇ ਨੂੰ ਕੱਢ ਲਵੇ। ਜੇ ਗੁਰੂ ਵਾਲਾ ਹੈ ਤਾਂ ਉੱਥੇ ਜਾਂਦਾ ਹੀ ਨਹੀਂ ਹੈ, ਜੇ ਗੁਰੂ ਦੇ ਹੁਕਮ ਦੇ ਮੁਤਾਬਕ ਜੀਵਨ ਬਤੀਤ ਕਰਿਆ। ਰੋਂਦਾ ਰਿਹਾ ਸਾਰੇਗਾ, ਕਹਿਣ ਲੱਗਿਆ ਜਿੰਨਾ ਮੈਂ ਦੁਨੀਆ 'ਚੋਂ ਧਨ ਇਕੱਠਾ ਕਰਿਆ ਹੈ ਉਹ ਲਿਖ ਕੇ ਫੱਟੇ ਲਾ ਕੇ ਢੇਰ ਲਾ ਦਿਉ। ਮੀਲਾਂ ਦੇ ਵਿੱਚ ਢੇਰ ਲੱਗ ਗਏ ਉਹਦੀ ਦੌਲਤ ਦੇ, ਹੀਰੇ ਜਵਾਹਰਾਤ ਸੋਨੇ ਹੋਰ ਅਨੇਕਾਂ ਹੀ ਚੀਜ਼ਾਂ ਸਾਰੀਆਂ ਦੇਖਦਾ, ਵੀਲ ਚੇਅਰ ਦੇ ਉੱਤੇ ਘੁਮਾ ਰਹੇ ਨੇ ਬਿਠਾ ਕੇ ਅਤੇ ਰੋਂਦਾ ਹੀ ਜਾਂਦਾ, ਹੌਕੇ ਲੈਂਦਾ। ਅਖੀਰ ਜਦ ਸਭ ਕੁਝ ਦੇਖ ਹਟਿਆ, ਕਹਿਣ ਲੱਗਿਆ ਮੇਰਾ ਪੰਧਨਾਵਾ ਲਿਖੋ। ਲਿਖਾਉਣ ਲੱਗ ਗਿਆ ਕਿ ਮੈਂ ਜ਼ਿੰਦਗੀ ਬਿਲਕੁਲ ਬਰਬਾਦ ਕਰ ਦਿੱਤੀ, ਇੱਕ ਕੌਡੀ ਦੇ ਲੇਖੇ 'ਚ ਨਹੀਂ ਪਈ ਹੈ, ਐਡੀ ਬਾਦਸ਼ਾਹੀ ਮੇਰੀ ਅਤੇ ਇੰਨਾ ਮੇਰੇ ਕੋਲ ਤਨ, ਇੰਨੀਆਂ ਫੌਜਾਂ ਦਾ ਮਾਲਕ ਕਿ ਸਾਰੇ ਸੰਸਾਰ 'ਚ ਕਿਸੇ ਕੋਲ ਇੰਨੀ ਫੌਜ ਨਹੀਂ ਜਿੰਨੀ ਮੇਰੇ ਕੋਲ ਜ਼ਬਰਦਸਤ ਫੌਜ ਹੈ, ਪਰ ਮੈਂ ਜਨਮ ਬਰਬਾਦ ਕਰ ਦਿੱਤਾ, ਮੈਂ ਅੱਲਾਹ ਦੀ ਇਬਾਦਤ ਨਾ ਕਰੀ, ਮੈਂ ਕੋਈ ਨੇਕੀ ਨਹੀਂ ਕਰੀ, ਕੋਈ ਰਹਿਮ ਦੀ ਬਾਤ ਨਹੀਂ ਕਰੀ, ਕੋਈ ਦਇਆ ਦਾ ਮੈਂ ਕੰਮ ਨਹੀਂ ਕਰਿਆ, ਪਰ ਲੁੱਟਦਾ ਹੀ ਰਿਹਾ ਬੇਸਮਝ ਹੋ ਕੇ ਵੀ ਇਹ ਕੀ ਹੋਇਆ, ਮੇਰੇ ਲੇਖੇ ਕਿਸੇ ਨਹੀਂ ਹੈ, ਇਹ ਤਾਂ ਢੇਰਾਂ ਦੇ ਢੇਰ ਇੱਥੇ ਹੀ ਲੱਗੇ ਪਏ ਨੇ, ਕੌਣ ਸਾਂਭੂਗਾ ਮੇਰੇ ਬਾਅਦ, ਕਿਹਨੇ ਲੁੱਟਣਾ? ਔਲਾਦ ਮੇਰੀ ਜੋ ਹੈ ਨਲਾਇਕ ਹੈ, ਇਹਨਾਂ ਤੋਂ ਤਾਂ ਸਾਂਭਿਆ ਨਹੀਂ ਜਾਣਾ, ਇਹਨਾਂ ਦੀ ਜਾਨ ਦਾ ਮੈਂ ਖੌਫ ਪੈਦਾ ਕਰ ਦਿੱਤਾ ਅਤੇ ਹੁਣ ਮੇਰੇ ਕੋਲ ਕੋਈ ਚਾਰਾ ਨਹੀਂ। ਮੈਂ ਇੱਕ ਦੁਨੀਆ ਨੂੰ ਨਸੀਹਤ ਦੇਣੀ ਚਾਹੁੰਦਾ ਕਿ ਜਦੋਂ ਮੇਰਾ ਜਨਾਜ਼ਾ ਜਾਂਦਾ ਹੋਵੇ ਤਾਂ ਉਸ ਵੇਲੇ ਫੱਟੀ ਲਿਖ ਕੇ ਲਾਈ ਹੋਵੇ ਮੇਰੇ ਪਿੱਛੇ, ਹੱਥ ਮੇਰੇ ਬਾਹਰ ਕੱਢ ਦਿਉ ਕਫਨ ਤੋਂ, ਪੈਰ ਮੇਰੇ ਬਾਹਰ ਕੱਢ ਦਿਉ, ਦੁਨੀਆ ਨੂੰ ਦੱਸਦੇ ਜਾਓ ਕਿ ਖਰਬਾਂ ਖਰਬਾਂ ਦਾ ਮਾਲਕ ਮਹਿਮੂਦ ਸਾਰੀ ਜ਼ਿੰਦਗੀ ਬਰਬਾਦ ਕਰਕੇ ਖਾਲੀ ਹੱਥ ਅਤੇ ਨੰਗੇ ਪੈਰੀਂ ਸੰਸਾਰ ਤੋਂ ਜਾ ਰਹੇ। ਕਬੀਰ ਹੈ ਤਨ ਜਾਏਗਾ ਸਕੋ ਤੋ ਲਿਹੋ ਬੋਰ, ਨਾਂਗੇ ਪਾਵੋ ਤੇ ਗਏ ਜਿਨਕੇ ਲਾਗ ਕਰੋ। ਇੰਨੇ ਧਨ ਦੇ ਬਾਵਜੂਦ ਵੀ ਖਾਲੀ ਹੱਥ ਜਾ ਰਿਹਾ। ਮਹਾਰਾਜ ਕਹਿੰਦੇ ਹੁਣ ਤੂੰ ਸੋਚ ਭਈ ਪ੍ਰਾਪਤ ਮਾਨੁੱਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕੰਮ। ਕੀ ਕਰ ਲਿਆ ਉਹਨੇ? ਰੋਂਦਾ ਗਿਆ ਸੰਸਾਰ ਤੋਂ, ਫਰਸਟ੍ਰੇਸ਼ਨ ਪੱਲੇ ਪਈ। ਇੱਥੇ ਹੀ ਨਹੀਂ, ਜੇ ਕਿਤੇ ਸੁਰਤ ਰਹਿ ਜਾਵੇ ਅੰਤਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਹੋਏ ਬਲ ਬਲ ਉਤਰੈ। ਉਹ ਮਿੱਤਰ ਜਿਹੜਾ ਧਨ ਸੀ ਉਹਨੇ ਸੱਪ ਬਣਾ ਤਾ,
ਜੇ ਕੋਈ ਪ੍ਰੋਪਰਟੀਆਂ ਬਣਾਉਂਦਾ ਹੈ, ਵੱਡੀਆਂ ਜਾਇਦਾਦਾਂ ਬਣਾਉਂਦਾ ਹੈ, ਤਾਂ ਅੱਗੇ ਜਾ ਕੇ ਆਪ ਫਰਮਾਨ ਕਰਦੇ ਨੇ ਕਿ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵੱਲ ਵਰੋ ਤਰਾ, ਇੱਥੇ ਹੀ ਪ੍ਰੇਤ ਹੋ ਕੇ ਤੁਰਿਆ ਫਿਰਦਾ। ਸੋ ਸ੍ਰੇਸ਼ਟ ਚੀਜ਼ ਕੀ ਹੈ? ਕਹਿੰਦੇ ਅੰਤਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦਰ ਤਰਲੋਚਨ ਤੇ ਨਰ ਮੁਕਤਾ ਪਿਤੰਬਰ ਵਾ ਕੇ ਰਿਹਦੇ ਬਸ। ਕਿਉਂ ਅਵਰਕਾਸ਼ ਤਾਂ ਕਿਸੇ ਕੰਮ ਆਏ ਨੇ ਨਾ ਸਾਧਸੰਗ ਜੀ, ਬਥੇਰਾ ਜ਼ਿੰਦਗੀ ਦੇਖ ਲਈ ਗੁਆ ਕੇ, ਨਾਮ ਦਾ ਰਸ ਨਹੀਂ ਆਇਆ, ਨਾਮ ਦਾ ਰੰਗ ਨਹੀਂ ਚੜਿਆ, ਨਾਮ ਦੇ ਅਨੁਭਵ ਨਹੀਂ ਹੋਏ, ਉਸ ਮੰਡਲ 'ਚ ਨਹੀਂ ਗਏ ਜਿੱਥੇ ਨਾਮ ਦਾ ਮੰਡਲ ਕਹਾਉਂਦਾ ਹੈ। ਇਹ ਸਰੀਰ ਦੇ ਅੰਦਰ ਨਾ ਉਹਨੇ ਦਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨੰਤ ਤੈਨਾਤ ਕਹਿ ਨਾ ਜਾਈਏ ਚਰਜ ਵਿਸਮਾਧ। ਐਸਾ ਆਨੰਦ ਜਿਹਦੇ ਬਾਰੇ ਮਹਾਰਾਜ ਕਹਿੰਦੇ ਕਿਹਾ ਹੀ ਨਹੀਂ ਜਾ ਸਕਦਾ, ਇੰਨਾ ਵਿਸਮਾਦ, ਇੰਨਾ ਆਨੰਦ, ਇੰਨਾ ਹੁਲਾਰਾ ਕਿ ਚਾਹੇ ਉਹਨੂੰ ਕੋਈ ਚੀਜ਼ ਵੀ ਪ੍ਰਾਪਤ ਨਾ ਹੋਵੇ, ਰਾਜਾ ਸਗਲੀ ਸ੍ਰਿਸ਼ਟ ਕਾ ਹਰਨਾਮ ਮਨ ਪੈਂਦਾ। ਸੋ ਐਸੇ ਬਚਨ ਉਸ ਰਾਹਗੀਰ ਨੇ, ਮੁਸਾਫਰ ਨੇ ਸੁਣੇ, ਸੁਣ ਕੇ ਮੰਨ ਲਏ, ਸ਼ਰਧਾ 'ਚ ਆ ਗਿਆ। ਇੱਕ ਇੱਕ ਬਚਨ ਹਿਰਦੇ 'ਚ ਵਸਾਉਂਦਾ। ਉਸੇ ਵੇਲੇ ਜਿਹੜਾ ਪ੍ਰੇਮੀ ਲੈ ਕੇ ਗਿਆ ਸੀ ਸੰਗਤ 'ਚ, ਕਹਿਣ ਲੱਗਿਆ ਵੀ ਮੈਂ ਘੋੜਾ ਇੱਥੇ ਹੀ ਛੱਡਣਾ ਚਾਹੁੰਦਾ। ਕਹਿੰਦਾ ਮਹਾਤਮਾ ਨੂੰ ਇਹਨੂੰ ਦੇ ਦੇ, ਪੰਡਿਤ ਜੀ ਜਿਹੜੇ ਕਥਾ ਕਰਦੇ ਨੇ। ਬੇਨਤੀ ਕਰਕੇ ਘੋੜਾ ਦੇ ਦਿੱਤਾ ਅਤੇ ਆਪ ਪੁੱਛਿਆ, ਕਹਿੰਦੇ ਦੇਖ ਭਾਈ ਮੈਂ ਤਾਂ ਹੈਗਾ ਵਿਦਵਾਨ, ਹੈ ਮੇਰੇ 'ਚ ਤਾਂ ਇਹ ਸ਼ਕਤੀ ਨਹੀਂ ਜੀ ਦਾਨ ਦੇਣ ਦੀ। ਜੀ ਦਾਨ ਦੇਣ ਦੀ ਸ਼ਕਤੀ ਮਹਾਂਪੁਰਸ਼ ਕਮਾਈ ਵਾਲਿਆਂ 'ਚ ਹੁੰਦੀ ਹੈ। ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਹਰਸੋਂ ਲੈਣ ਮਿਲੈ। ਪਰ ਮੈਂ ਤੈਨੂੰ ਦੱਸ ਦਿੰਦਾ, ਐਸੇ ਜੰਗਲ ਦੇ ਅੰਦਰ ਐਸੇ ਬੀਤਰਾਗ ਮਹਾਂਪੁਰਸ਼ ਰਹਿੰਦੇ ਨੇ ਉੱਚ ਕੋਟੀ ਦੇ, ਉਹਨਾਂ ਤੋਂ ਜਾ ਕੇ ਤੂੰ ਰਾਹ ਪੁੱਛ ਲੈ ਅਤੇ ਕਮਾਈ ਕਰ। ਘੋੜਾ ਦੇ ਦਿੱਤਾ ਅਤੇ ਆਪ ਜੰਗਲ ਨੂੰ ਚਲਿਆ ਗਿਆ। 14 ਸਾਲ ਪੂਰੇ ਦਿਲ ਨਾਲ ਕਮਾਈ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ, ਅਨੁਭਵ ਖੁੱਲ੍ਹ ਗਿਆ, ਅੰਦਰ ਪ੍ਰਕਾਸ਼ ਹੋ ਗਿਆ, ਭਰਮ ਮਿਟ ਗਏ, ਹਨੇਰੇ ਦਾ ਖਾਤਮਾ ਹੋ ਗਿਆ ਅਤੇ ਵਾਪਸ ਆਇਆ। ਉਸੇ ਥਾਂ ਆਇਆ, ਉਸੇ ਨਗਰ ਦੇ ਅੰਦਰ ਵੀ, ਉੱਥੇ ਜਾ ਕੇ ਦੇਖੀਏ ਉਸੇ ਥਾਂ ਵੀ ਹੁਣ ਕੀ ਹੁੰਦਾ। ਉੱਥੇ ਆਇਆ ਤਾਂ ਉਹੀ ਮਹਾਤਮਾ, ਉਸ ਵੇਲੇ ਕਾਲੇ ਵਾਲ ਸੀ ਅਤੇ ਹੁਣ ਸਫੈਦ ਦਾੜਾ ਹੋਇਆ ਹੋਇਆ, ਇੱਕ ਦੋ ਪਛਾਣ ਵੀ ਲਏ ਉਹਨੇ। ਕਹਿਣ ਲੱਗਾ ਵੀ ਇਹ ਕਥਾ ਇਵੇਂ ਜਿਵੇਂ ਹੁੰਦੀ ਹੈ, ਕਹਿੰਦੇ ਜੀ ਬੜੀ ਕਿਰਪਾ ਇਹਨਾਂ ਦੀ, ਵਿਦਵਾਨ ਪੁਰਸ਼ ਨੇ, ਕਥਾ ਕਰਦੇ ਨੇ, ਸਾਲਾਂ ਦੇ ਸਾਲ ਲੰਘ ਗਏ। ਕਹਿੰਦਾ ਇਹ ਸਾਰੇ ਉਵੇਂ ਜਿਵੇਂ ਹੀ ਬੈਠੇ ਨੇ, ਕੋਈ ਫਰਕ ਨਹੀਂ ਕਿਸੇ ਦੇ ਵਿੱਚ ਪਿਆ। ਥੋੜ੍ਹਾ ਫਰਕ ਪੈਂਦਾ ਸਾਧ ਸੰਗਤ ਜੀ, ਜਿੰਨਾ ਚਿਰ ਆਪ ਸੁਚੇਤ ਨਾ ਹੋਵੇ। ਇਹ ਬਿਲਕੁਲ ਸੁਚੇਤ ਹੋਣ ਦੀ ਬਾਤ ਹੈ, ਸਾਵਧਾਨ ਹੋਣ ਦੀ ਬਾਤ ਹੈ। ਜੇ ਸਾਵਧਾਨ ਨਹੀਂ ਹੁੰਦਾ ਸਤਸੰਗ ਕਰਦਾ, ਆਪਣੀ ਪੜਚੋਲ ਨਹੀਂ ਕਰਦਾ, ਆਪਣੀ ਐਨਾਲਾਈਜ਼ ਨਹੀਂ ਕਰਦਾ, ਤਰੱਕੀ ਨਹੀਂ ਹੋਇਆ ਕਰਦੀ। ਉਹੀ ਕ੍ਰੋਧ ਰਹਿ ਜਾਂਦਾ, ਉਹੀ ਲੋਭ ਰਹਿ ਜਾਂਦਾ, ਉਹੀ ਮੋਹ ਰਹਿ ਜਾਂਦਾ, ਉਹੀ ਹੰਕਾਰ ਰਹਿ ਜਾਂਦਾ, ਉਹਦਾ ਵੀ ਸਮਾਂ ਵੇਸਟ ਹੁੰਦਾ, ਤਰੱਕੀ ਤਾਂ ਉਹਨੇ ਕਰੀ ਨਾ। ਕਹਿਣ ਲੱਗੇ ਸੁਣਦੇ ਹੈ, ਵਿਦਵਾਨ ਤਾਂ ਹੋ ਗਏ ਬਹੁਤ ਸਾਰੇ, ਪਰ ਜਿਹੜੀ ਤੂੰ ਗੱਲ ਕਹਿਣਾ ਉਹ ਤਾਂ ਕਿਸੇ ਵਿੱਚ ਵੀ ਨਹੀਂ ਆਈ, ਕਿਸੇ ਦੇ ਮਨ ਦਾ ਹਨੇਰਾ ਨਹੀਂ ਹਟਿਆ। ਗੱਲਾਂ ਅਸੀਂ ਬਹੁਤ ਜਾਣ ਲੱਗੇ, ਗੱਲੀਆਂ ਸੁਹਾਗਣ ਪੈਣੇ, ਕੰਤ ਨਾ ਕਹੂ ਮੈਂ ਮਿਲਿਆ, ਗੱਲਾਂ ਦੀਆਂ ਸੁਹਾਗਣਾ ਅਸੀਂ। ਸੋ ਇਹ ਇੱਕ ਮਹਾਂਪੁਰਸ਼ ਦੱਸਿਆ ਕਰਦੇ ਨੇ ਕਿ ਪਿਆਰਿਓ ਆਦਮੀ ਦੇ ਨਾਲ ਆਹ ਰੋਜ਼ ਇਹ ਵਰਤਦਾ, ਸੁਣਦੇ ਨੇ ਲੇਕਿਨ ਅਸਰ ਨਹੀਂ ਹੁੰਦਾ, ਥੋੜ੍ਹਾ ਚੱਲਦੇ ਨੇ ਫਿਰ ਰੁਕ ਜਾਂਦੇ ਨੇ, ਥੋੜ੍ਹਾ ਚੱਲਦੇ ਨੇ ਰੁਕ ਜਾਂਦੇ ਆ। ਕਾਰਨ ਕੀ ਹੈ ਕਿ ਮਨ ਦੇ ਅੰਦਰ ਪ੍ਰਤੀਤ ਦੀ ਘਾਟ ਹੈ, ਪ੍ਰਤੀਤ ਨਹੀਂ ਹੈ। ਪ੍ਰਤੀਤ ਹੋਵੇ ਫਿਰ ਸਾਰਾ ਕੁਛ ਇਹ ਹੋ ਜਾਂਦਾ। ਸੋ ਪ੍ਰਤੀਤ ਜ਼ਰੂਰੀ ਹੋਇਆ ਕਰਦੀ ਹੈ, ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਜੀ। ਗੁਰੂ ਦੀ ਪ੍ਰਤੀਤ ਹੋਣੀ ਚਾਹੀਦੀ ਹੈ। ਬੇਅੰਤ ਮਸਾਲਾ ਨੇ ਪ੍ਰਤੀਤ ਦੀਆਂ, ਅਤੇ ਗੁਰੂ ਦੇ ਬਾਰੇ, ਗੁਰੂ ਦੇ ਉੱਤੇ ਪੂਰਾ ਨਿਸ਼ਚਾ ਹੋਣਾ ਚਾਹੀਦਾ। ਗੁਰੂ ਬਾਰੇ ਐਸਾ ਫਰਮਾਨ ਹੈ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ ਜੀ,
ਨਿਰਾਲਾ ਜੀ, ਨਿਰਵੈਰ ਨਿਰਾਲਾ ਜੀ, ਸਤਿਗੁਰ ਪੁਰਖ ਨਾਮ ਹੈ, ਸਤਿਗੁਰ ਪੁਰਖ ਨਾਮ ਹੈ, ਸਤਿਗੁਰ ਪੁਰਖ ਨਾਮ ਹੈ, ਸਤਿਗੁਰ ਪੁਰਖ ਨਾਮ ਹੈ, ਨਿਰਵੈਰ ਨਿਰਾਲਾ ਜੀ, ਨਿਰਵੈਰ ਨਿਰਾਲਾ ਜੀ, ਸਤਿਗੁਰ ਪੁਰਖ ਅਗੰਮ ਹੈ, ਅਗੰਮ ਹੈ, ਹੈ ਨਿਰਵੈਰ ਨਿਰਾਲਾ, ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ, ਕੰਮ ਹੈ ਕੰਮ ਹੈ ਕੰਮ ਹੈ ਨਿਰਵੈਰ ਨਿਰਾਲਾ, ਸਤਿਗੁਰ ਪੁਰਖ ਕੰਮ ਹੈ ਨਿਰਵੈਰ ਨਿਰਾਲਾ, ਜਾਣੋ ਇਹ ਧਰਤੀ ਧਰਮ ਦੀ, ਧਰਮ ਦੀ ਉਹ ਧਰਮ ਸੱਚੀ ਧਰਮਸ਼ਾਲਾ, ਜਾਣੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ, ਜੈ ਤੂੰ ਸੁਣੈ ਹੋ ਤੂੰ ਸੁਣੈ ਤੂੰ ਫਲ ਕਰਮ ਸਮਾਲਾ, ਦਿਹਾ ਦੀ ਜੈ ਤੂੰ ਸੁਣੈ ਫਲ ਕਰਮ ਸਮਾਲਾ, ਜੈ ਸੁਣੈ ਫਲ ਕਰਮ ਸੁਮਾਲਾ, ਜਿਉਂ ਕਰ ਨਿਰਮਲ ਆਰਤੀ, ਆਰਤੀ ਉਹ ਆਰਤੀ ਜਗ ਵੇਖਣ ਵਾਲਾ, ਜਿਉਂ ਕਰ ਨਿਰਮਲ ਆਰਤੀ ਜਗ ਵੇਖਣ ਵਾਲਾ, ਪਾਲੀਏ ਹੂ ਪਾਲੀਏ ਪਾਲੀਏ ਤੇ ਹੂ ਵੇਖਾਲਾ, ਜੇ ਆਮ ਕਰ ਪਾਲੀਏ ਤੇ ਹੂ ਵੇਖਾਲਾ, ਸੇਵਕ ਦਰਗੇ ਸੁਰਪੁਰੂ 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 ਦੇ ਮੁਖ ਮੁਕਾਲਾ, ਸੇਵਕ ਦਰਗੇ ਸੁਰਪੁਰੂ ਦੇ ਮੁਖ ਮੁਕਾਲਾ, ਸਤਿਗੁਰ ਪੁਰਖ ਅਗੰਮ ਹੈ ਅਗੰਮ ਹੈ ਅਗੰਮ ਹੈ ਨਿਰਵੈਰ ਨਿਰਾਲਾ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ, ਪੂਰਾ ਸਤਿਗੁਰੂ ਜੇ ਮਿਲਦਾ ਹੈ ਉਹਦੇ ਲੱਛਣ ਲਿਖੇ ਹੋਏ ਨੇ ਕਿ ਉਹ ਨਿਰਵੈਰ ਨਿਰਾਲਾ ਹੁੰਦਾ ਹੈ, ਧਰਮ ਦੀ ਮੂਰਤੀ ਹੁੰਦੀ ਹੈ, ਧਰਤੀ ਹੁੰਦੀ ਹੈ, ਜਿਹਾ ਜਿਹਾ ਉਹਦੇ 'ਚ ਬੀਜ ਦਾ ਫਲ ਮਿਲਦਾ ਹੈ, ਜਿੰਨੀ ਸ਼ਰਧਾ ਹੁੰਦੀ ਹੈ ਓਨਾ ਹੀ ਉਹ ਤੋਂ ਪ੍ਰਾਪਤੀ ਹੋਇਆ ਕਰਦੀ। ਗੁਰੂ ਅੰਗਦ ਸਾਹਿਬ ਮਹਾਰਾਜ ਕਹਿਣ ਲੱਗੇ ਕਿਉਂ ਭਾਈ ਬਾਲਾ ਤੁਸੀਂ
ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸਾਰੇ ਖੰਡਾਂ ਦੀਪਾਂ ਦੇ ਵਿੱਚ ਜਿੱਥੇ ਤੱਕ ਧਰਤੀ ਸੀ ਉੱਥੇ ਤੱਕ ਆਪ ਨਾਲ ਰਹੇ। ਕਿਉਂਕਿ ਇਹ ਗੱਲ ਨੂੰ ਕੋਈ ਸਮਝਦਾ ਨਹੀਂ, ਭਾਈ ਗੁਰਦਾਸ ਜੀ ਕੋਈ ਅਣਜਾਣ ਨਹੀਂ ਸੀ, ਉਹ ਸਾਡੇ ਨਾਲੋਂ ਕਿਤੇ ਜ਼ਿਆਦਾ ਵਿਦਵਾਨ ਸੀਗੇ। ਜਿਹੜੇ ਹੁਣ PhD ਕਰਦੇ ਨੇ ਉਹ ਤਾਂ ਉਹਨਾਂ ਦੀ ਬਾਣੀ ਨੂੰ ਵੀ ਸਮਝਣ ਦੀ ਸਮਰੱਥਾ ਨਹੀਂ ਰੱਖਦੇ। ਇੱਧਰਲੀਆਂ ਉਧਰਲੀਆਂ 40-50 ਕਿਤਾਬਾਂ ਲਈਆਂ, ਫਲਾਣਾ ਇਹ ਲਿਖਦਾ, ਫਲਾਣਾ ਇਹ ਲਿਖਦਾ, ਫਲਾਣਾ ਇਹ ਲਿਖਦਾ, ਆਪ ਕੁਛ ਦੱਸਦੇ ਹੀ ਨਹੀਂ ਵੀ ਅਸੀਂ ਕੀ ਕਹਿੰਦੇ ਹਾਂ ਇਹਦੇ ਬਾਰੇ। ਉਹ ਇੱਕ ਤਤਕਰਾ ਜਿਹਾ ਬਣਾ ਦਿੰਦੇ ਨੇ, ਇਸੇ ਕਰਕੇ ਕੋਈ ਤਰੱਕੀ ਨਹੀਂ ਹੋ ਰਹੀ। ਰੂਹਾਨੀ ਪੁਸਤਕਾਂ ਭਾਵੇਂ ਬਾਣੀ ਦਾ ਅਧਿਐਨ ਲਿਖਦੇ ਨੇ ਪਰ ਉਹਦੇ ਵਿੱਚ ਪ੍ਰੇਰਨਾ ਸ਼ਕਤੀ ਨਹੀਂ ਹੈ ਕਿਸੇ ਦੀ। ਉਹ ਇੱਕ ਨੌਲੇਜ ਹੈ ਉਹਨੂੰ ਵਿਸ਼ਾਲ ਕਰੀ ਜਾਂਦੇ ਨੇ, ਲੇਕਿਨ ਜੋ ਉਚਿਆਈਆਂ ਨੇ ਅਸਲੀ, ਭਾਈ ਵੀਰ ਸਿੰਘ ਜੀ ਨੇ ਸੰਕੇਤ ਦਿੱਤਾ ਕਿ ਜਿਨ੍ਹਾਂ ਉਚਿਆਈਆਂ ਉੱਤੇ ਬੁੱਧੀ ਫੰਗ ਸਾੜ ਚੁੱਕੀ, ਜਿੱਥੇ ਬੁੱਧੀ ਦੇ ਫੰਗ ਸੜ ਗਏ, ਕਹਿੰਦੇ ਉਹਨਾਂ ਉਚਿਆਈਆਂ ਉੱਤੇ ਲੱਗ ਗਈਆਂ ਯਾਰੀਆਂ। ਗਿਆਨੀ ਸਾਨੂੰ ਹੋੜਦਾ ਹੈ, ਵਹਿਮੀ ਟੋਲਾ ਆਖਦਾ ਹੈ, ਮਾਰੇ ਗਏ ਜਿਨ੍ਹਾਂ ਬੁੱਧੀ ਪਾਰ ਲਏ ਆ ਯਾਰੀਆਂ। ਅਤੇ ਆਪ ਜਵਾਬ ਦਿੰਦੇ ਨੇ, ਬੈਠ ਪਏ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਬਲਬਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰ। ਅਸੀਂ ਤਾਂ ਬਲਬਲੇ ਦੇ ਦੇਸ਼, ਪਿਆਰ ਦੇ ਦੇਸ਼ ਵਿੱਚ ਪਹੁੰਚ ਗਏ। ਸੋ ਭਾਈ ਗੁਰਦਾਸ ਜੀ ਜੋ ਵੀ ਫਰਮਾਨ ਕਰਦੇ ਨੇ ਗੁਰੂ ਸਾਹਿਬ ਤੋਂ ਬਿਲਕੁਲ ਨੇੜੇ ਹੋਏ ਨੇ, ਕੋਈ ਗਲਤ ਗੱਲਾਂ ਨਹੀਂ ਉਹਦੇ 'ਚ। ਹੁਣ ਆ ਕੇ 500 ਸਾਲ ਬਾਅਦ ਨਹੀਂ ਆ ਨਹੀਂ ਜੀ ਠੀਕ, ਉਹ ਨਹੀਂ ਜੀ ਠੀਕ, ਐਵੇਂ ਹੀ ਕਰੀ ਜਾਂਦੇ, ਨਾ ਦੇਖਿਆ ਨਾ ਸੁਣਿਆ, ਕਿਤਾਬਾਂ ਪੜ੍ਹ ਲਈਆਂ, 50-60 ਲਿਖਣਾ ਸ਼ੁਰੂ ਕਰਤਾ ਅਨੁਭਵ ਦੀ ਬਾਤ। ਭਾਈ ਗੁਰਦਾਸ ਜੀ ਨੇ ਲਿਖਿਆ ਵੀ ਜਿੱਥੇ ਤੱਕ ਸ੍ਰਿਸ਼ਟੀ ਸੀ ਗੁਰੂ ਨਾਨਕ ਨੇ ਸਾਰੀ ਦੇਖੀ ਹੈ। ਫਿਰ ਉਹ ਕਹਿੰਦੇ ਜੀ ਇਹ ਗੁਰੂ ਨਾਨਕ ਸਾਹਿਬ ਬੋਲਦੇ ਕਿਵੇਂ ਸੀ, ਉੱਥੇ ਬੋਲੀ ਕਿਵੇਂ ਸਮਝਦੇ ਸੀ, ਕਿਉਂਕਿ ਅਲਪੱਗ ਜਦੋਂ ਕਲਮ ਚੁੱਕ ਲਵੇ ਨਾ ਵਹਿਮ ਪਾਉਂਦਾ, ਸੰਸੇ ਪਾਉਂਦਾ, ਉਹਨੂੰ ਪਾਪ ਵੀ ਲੱਗਦਾ ਬਹੁਤ ਵੱਡਾ, ਕਿਉਂਕਿ ਉਹਨੇ ਬੇਅੰਤ ਦੁਨੀਆਂ ਦੀ ਜਿਹੜੀ ਤਰੱਕੀ ਸੀ ਰੋਕ ਦਿੱਤੀ। ਗੁਰੂ ਨਾਨਕ ਕੋਲ ਉਹ ਵਿੱਦਿਆ ਸੀ ਜਿਸ ਨੂੰ ਸਰਵ ਵਿੱਦਿਆ ਯੋਗ ਕਹਿੰਦੇ ਨੇ। ਸਵਾਮੀ ਜੀ ਆਪਣੀ ਪੁਸਤਕ 'ਚ ਲਿਖਦੇ ਆ ਕਿ ਸਿਰਫ 10 ਇਸ ਵੇਲੇ 10 ਐਸੇ ਪੁਰਸ਼ ਨੇ ਜਿਹਨਾਂ ਕੋਲ ਇਹ ਵਿੱਦਿਆ, ਉਹ ਸਾਰੀ ਦੁਨੀਆਂ ਦੀ ਬੋਲੀ ਇੱਕ ਹਫ਼ਤੇ 'ਚ ਸਮਝ ਕੇ ਬੋਲਣ ਲੱਗ ਜਾਂਦੇ। ਜਿੱਥੇ ਜਾਣਗੇ ਉੱਥੇ ਉਹਦੀ ਬੋਲੀ ਬੋਲ ਲੈਣਗੇ। ਇੱਥੇ ਡਾਕਟਰ ਵੇਦ ਭਾਰਤੀ ਆਏ ਸੀ, ਉਹਨਾਂ ਨੇ ਆਪ ਉੱਥੇ ਜਦ ਬੋਲ ਰਹੇ ਸੀ ਰਤਵਾੜਾ ਸਾਹਿਬ, ਕਹਿਣ ਲੱਗੇ ਹਾਲੈਂਡ ਦੇ ਵਿੱਚ ਮੈਂ PhD ਕਰਨੀ ਸੀ। ਉਹ ਡੱਚ ਕਹਿਣ ਲੱਗੇ ਵੀ ਤੈਨੂੰ ਬੋਲੀ ਤਾਂ ਆਉਂਦੀ ਨਹੀਂ ਹੈ। ਉਹ ਪ੍ਰਿੰਸੀਪਲ ਕਹਿਣ ਲੱਗੇ PhD ਕਿਵੇਂ ਕਰ ਲਏਗਾ, ਕਹਿੰਦਾ ਵੀ ਬੋਲੀ ਦਾ ਸਾਡੇ ਯੋਗੀਆਂ ਦੇ ਕੋਲ ਕੋਈ ਪ੍ਰੋਬਲਮ ਨਹੀਂ ਹੁੰਦਾ, ਅਸੀਂ ਚਾਰੇ ਬੋਲੀਆਂ ਜਾਣਦੇ ਹਾਂ। ਪਹਿਲੀ ਤਾਂ ਵੈਖਰੀ ਹੈ ਜਿਹੜੀ ਮੈਂ ਬੋਲਦਾ, ਦੂਸਰੀ ਮਧਮ ਹੈ, ਤੀਸਰੀ ਪਸੰਤੀ ਜਿਹੜੀ ਬੋਲੀ ਹੁੰਦੀ ਹੈ ਉਹ ਭਾਵਨਾ ਦੀ ਬੋਲੀ ਹੁੰਦੀ ਹੈ, ਇਹਨੂੰ ਟੈਲੀਪੈਥੀ ਕਹਿੰਦੇ ਨੇ। ਉਹ ਟੈਲੀਪੈਥੀ ਕਨਵਰਟ ਕਰ ਲੈਂਦੇ ਨੇ ਉਹ। ਦੂਜਾ ਸਾਨੂੰ ਬੋਲੀ ਦਾ ਵੈਸੇ ਗਿਆਨ ਹੋ ਜਾਂਦਾ। ਕਹਿੰਦੇ ਮੈਂ ਹਫ਼ਤਾ ਉੱਥੇ ਰਿਹਾ, ਹਫ਼ਤੇ ਬਾਅਦ ਜਾਂ ਮੈਂ ਫਿਰ ਦੁਬਾਰਾ ਬੋਲਿਆ ਉਹਨਾਂ ਦੀ ਬੋਲੀ, ਗੱਲਾਂ ਬਾਤਾਂ ਕਰੀਆਂ, ਉਹ ਕਹਿੰਦੇ ਤੂੰ ਤਾਂ ਬਿਲਕੁਲ ਹੀ ਜਾਣ ਗਿਆ ਸਭ ਕੁਛ। ਸੋ ਬੋਲੀ ਦਾ ਪ੍ਰੋਬਲਮ ਨਹੀਂ ਹੈ। ਜੇ ਕਹਿਣ ਗੁਰੂ ਨਾਨਕ ਅੰਗਰੇਜ਼ੀ ਕਿਵੇਂ ਬੋਲਦਾ ਸੀ, ਅਫਰੀਕਾ ਜਾ ਕੇ ਕਿਵੇਂ ਬੋਲਿਆ, ਬੋਲਿਆ ਹਰੇਕ ਦੇ ਨਾਲ, ਹਰੇਕ ਨੂੰ ਸਮਝਾਇਆ। ਲੰਕਾ 'ਚ ਰਾਜੇ ਸ਼ਿਵਨਾਮ ਕੋਲ 9 ਮਹੀਨੇ ਰਹੇ, ਉਹਨੂੰ ਪਹਿਲੇ ਦਿਨ ਇਹ ਸਮਝਾਇਆ ਸੀ ਜਿਹੜੇ ਸ਼ਬਦ ਨੇ ਉਹ ਤਾਂ ਮਹਾਰਾਜ ਜੀ ਨੇ ਕਿਰਪਾ ਕਰਕੇ ਸਾਨੂੰ ਸਾਡੀ ਲੈਂਗੁਏਜ ਦੇ ਵਿੱਚ ਦੇ ਤੇ ਤਾਂ ਕਿ ਇਹ ਸਮਝ ਜਾਣ। ਬਾਹਰਲੀ ਬੋਲੀਆਂ ਦੇ ਕਿਤੇ ਕਿਤੇ ਸ਼ਬਦ ਵਰਤੇ ਨੇ ਲੇਕਿਨ ਉਹਨਾਂ ਬੋਲੀਆਂ 'ਚ ਨਹੀਂ ਦਿੱਤੇ। ਸੋ ਇਸ ਤਰ੍ਹਾਂ ਦੇ ਨਾਲ ਸਾਰੀ ਬੋਲੀ ਸਮਝ ਆ ਜਾਇਆ ਕਰਦੀ। ਸੋ ਇਹ ਪ੍ਰੋਬਲਮ ਨਹੀਂ ਹੁੰਦਾ। ਗੁਰੂ ਨਾਨਕ ਪਾਤਸ਼ਾਹ ਸਾਰੇ ਸੰਸਾਰ ਦੇ ਵਿੱਚ ਗਏ, ਕਹਿਣ ਲੱਗੇ ਕਿਉਂ ਭਾਈ ਬੱਲਾ, ਤੈਂ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਸਾਰੇ ਕੌਤਕ ਦੇਖੇ ਨੇ, ਤੂੰ ਗੁਰੂ ਨਾਨਕ ਨੂੰ ਕੀ ਕਰਕੇ ਜਾਣਿਆ? ਕਹਿਣ ਲੱਗਿਆ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਪੂਰਨ ਸੰਤ ਸਨ। ਕਹਿੰਦੇ ਤੂੰ ਸੰਤ ਹੋਇਆ ਭਾਈ, ਕਿਉਂ ਬਾਬਾ ਬੁੱਢਾ ਜੀ ਤੁਸੀਂ ਗੁਰੂ ਨਾਨਕ ਨੂੰ ਕੀ ਕਰਕੇ ਜਾਣਿਆ? ਕਹਿੰਦੇ ਪਾਤਸ਼ਾਹ ਗੁਰੂ ਨਾਨਕ ਤਾਂ ਪੂਰਨ ਬ੍ਰਹਮ ਗਿਆਨੀ ਸਨ। ਮਹਾਰਾਜ ਕਹਿੰਦੇ ਠੀਕ ਹੈ, ਤੁਸੀਂ ਬ੍ਰਹਮ ਗਿਆਨੀ ਹੋਏ। ਦੂਸਰਿਆਂ ਸਾਰਿਆਂ ਨੂੰ ਪੁੱਛਿਆ ਵੀ ਤੁਸੀਂ ਕੀ ਜਾਣਿਆ? ਆਪਣੇ ਆਪਣੀ ਭਾਵਨਾ ਦੱਸਦੇ ਨੇ। ਅਤੇ ਜਿਸ ਵਾਰ ਸਾਰਿਆਂ ਨੇ ਇਕੱਠੇ ਹੋ ਕੇ ਗੁਰੂ ਅੰਗਦ ਸਾਹਿਬ ਨੂੰ ਪੁੱਛਿਆ
ਕਿ ਮਹਾਰਾਜ ਤੁਸੀਂ ਗੁਰੂ ਨਾਨਕ ਨੂੰ ਕੀ ਕਰਕੇ ਜਾਣਿਆ? ਉਸ ਵੇਲੇ ਆਪ ਖਾਮੋਸ਼ ਹੋ ਗਏ, ਬੋਲੇ ਨਹੀਂ, ਹੈ ਚੁੱਪ ਕਰਕੇ ਨੇਤਰ ਬੰਦ ਕਰ ਲਏ ਅਤੇ ਖਾਮੋਸ਼ ਹੋ ਗਏ। ਸਾਰੇ ਦੇਖ ਰਹੇ ਨੇ ਵੀ ਕੀ ਜਵਾਬ ਦੇਣਗੇ। ਥੋੜ੍ਹੀ ਦੇਰ ਤੋਂ ਬਾਅਦ ਕੋਇਆਂ ਕੋਲ ਅੱਖਾਂ 'ਚੋਂ ਜਲ ਸਰਕਿਆ, ਕਹਿਣ ਲੱਗੇ, ਪਿਆਰਿਓ, ਗੁਰੂ ਨਾਨਕ ਤਾਂ ਆਪ ਪਰਬ੍ਰਹਮ ਪਰਮੇਸ਼ਰ ਗੁਰੂ ਮੂਰਤ ਹੋ ਕੇ ਸੰਸਾਰ 'ਤੇ ਪ੍ਰਗਟ ਹੋਏ ਸੀ। ਅਨੰਤ ਕਲਾ ਲੈ ਠਾਕਰ ਚੜ੍ਹਿਆ, ਉਹ ਤਾਂ ਸਾਰੀਆਂ ਸ਼ਕਤੀਆਂ ਲੈ ਕੇ ਸੰਸਾਰ ਦੇ ਵਾਸਤੇ ਆਏ ਸੀ। ਸੋ ਚਾਰ ਕਿਸਮ ਦਾ ਭਰੋਸਾ ਹੋਇਆ ਕਰਦਾ ਗੁਰੂ 'ਤੇ। ਪਹਿਲਾ ਹੁੰਦਾ ਹੈ ਵੀ ਮੇਰਾ ਗੁਰੂ ਸੰਤ ਹੈ, ਦੂਜਾ ਹੁੰਦਾ ਹੈ ਕਿ ਸਾਰੇ ਸੰਤਾਂ ਤੋਂ ਵੱਡਾ ਸੰਤ ਹੈ, ਤੀਸਰਾ ਹੁੰਦਾ ਵੀ ਇਹ ਪਰਮੇਸ਼ਰ ਵਰਗਾ ਹੀ ਹੈ, ਚੌਥਾ ਜੋ ਭਰੋਸਾ ਹੈ ਉਹਦੇ ਬਾਰੇ ਗੁਰੂ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਤੇਜ ਨਾਮ ਆਏ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਤੇਜ ਨਾਮ ਆਏ, ਬਸਤ ਅਨੂਪ ਦਿਖਾਈ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਸੋ ਜੋ ਸੁਪਰੀਮ ਨਿਸ਼ਚਾ ਹੈ ਗੁਰੂ ਦੇ ਉੱਤੇ, ਗੁਰੂ ਅਤੇ ਪਰਮੇਸ਼ਰ ਨੂੰ ਜੋ ਦੋ ਜਾਣਦੇ ਨੇ, ਉਹਨਾਂ ਦਾ ਕੰਮ ਨਹੀਂ ਕਦੇ ਵੀ ਬਣਿਆ ਕਰਦਾ। ਜਿਹੜੇ ਗੁਰੂ ਅਤੇ ਪਰਮੇਸ਼ਰ ਨੂੰ ਇੱਕ ਜਾਣਦੇ ਨੇ ਹਮੇਸ਼ਾ ਉਹੀ ਪਾਰ ਲੰਘਦੇ, ਜਿਹੜਾ ਗੁਰੂ ਨੂੰ ਮਨੁੱਖ ਜਾਣਦਾ ਉਹਦਾ ਵੀ ਕੁਛ ਨਹੀਂ ਹੋਇਆ ਕਰਦਾ। ਕਿਉਂਕਿ ਮੈਂ ਇਹ ਬੇਨਤੀਆਂ ਤਾਂ ਕਰਦਾ ਕਿ ਜੋ ਪੁਸਤਕਾਂ ਅੱਜ ਕੱਲ੍ਹ ਛਪ ਰਹੀਆਂ ਨੇ, ਬੜੇ ਬੜੇ ਇਨਾਮ ਮਿਲਦੇ ਨੇ, ਪ੍ਰਵਾਨ ਕੀਤੀਆਂ ਜਾ ਰਹੀਆਂ ਨੇ, ਉਹ ਗੁਰੂਆਂ ਨੂੰ ਮਨੁੱਖ ਦੀ ਮਨੁੱਖ ਦਾ ਦਰਜਾ ਦਿੰਦੇ। ਪਤਾ ਨਹੀਂ ਹੈ ਉਹਨਾਂ ਨੂੰ, ਸਰੀਰ ਜ਼ਰੂਰ ਮਨੁੱਖ ਦਾ ਹੈ ਪਰ ਉਹਦੇ ਵਿੱਚ ਕੌਣ ਵੱਸਦਾ? ਸਾਕਸ਼ਾਤ ਪਰਬ੍ਰਹਮ ਪਰਮੇਸ਼ਰ ਵੱਸਦਾ। ਸੋ ਜੇ ਤਾਂ ਇੰਨਾ ਨਿਸ਼ਚਾ ਗੁਰੂ ਦੇ ਉੱਤੇ ਹੋਵੇ ਤਾਂ ਪਾਰ ਲੰਘਦਾ, ਨਹੀਂ ਵਿਚਾਲੇ ਰਹਿ ਜਾਂਦੇ। ਗੁਰੂ ਨੌਵੇਂ ਪਾਤਸ਼ਾਹ ਜਿਸ ਵਕਤ ਚਾਂਦਨੀ ਚੌਕ ਜਾ ਕੇ ਆਪਣਾ ਬਲੀਦਾਨ ਦੇ ਚੁੱਕੇ, ਉਸ ਵੇਲੇ ਕਈ ਕਿਸਮ ਦੇ ਖਿਆਲ ਪੈਦਾ ਹੋਏ।
ਕਿਉਂਕਿ ਖਿਆਲ ਕਿਉਂ ਪੈਦਾ ਹੋਏ ਕਿ ਗੁਰੂ ਸੱਤਵੇਂ ਪਾਤਸ਼ਾਹ ਤੋਂ ਬਾਅਦ ਇਹ ਜਿੰਨੇ ਵੀ ਮੁਖੀ ਸੀ ਸਿੱਖ ਧਰਮ ਦੇ, ਇਹ ਅੱਜੇ ਨਹੀਂ ਹੈ ਵੀ ਅੱਜੇ ਹੋਈਆਂ ਗੱਲਾਂ, ਪਹਿਲਾਂ ਵੀ ਚੱਲਦੀਆਂ ਆਈਆਂ ਨੇ। ਗੁਰੂ ਪੰਜਵੇਂ ਪਾਤਸ਼ਾਹ ਤੋਂ ਹੀ ਸ਼ੁਰੂ ਹੋ ਗਿਆ ਸੀ ਕਿ ਜਿਹੜੇ ਅੱਗੇ ਫਿਰਨ ਵਾਲੇ ਬੰਦੇ ਸੀ ਉਹਨਾਂ ਨੇ ਧੜੇ ਬਣਾ ਲਏ ਸੀ ਅਤੇ ਉਹਨਾਂ ਦੇ ਵਿੱਚ ਇੱਕ ਹਉਮੈ ਬੜੀ ਜ਼ਬਰਦਸਤ ਕੰਮ ਕਰਦੀ ਸੀ ਕਿ ਅਸੀਂ ਗੁਰੂ ਨੂੰ ਗੁਰੂ ਬਣਾਉਂਦੇ ਹਾਂ, ਕਿਉਂਕਿ ਮਸੰਦ ਥਾਪਣ ਕਰਕੇ ਸਾਰੇ ਇਲਾਕਿਆਂ ਦੇ ਵਿੱਚ ਥਾਂ ਥਾਂ 'ਤੇ ਉਹਨਾਂ ਦੀ ਪੂਜਾ ਅਤੇ ਪ੍ਰਤਿਸ਼ਠਾ ਹੁੰਦੀ। ਜਿਹੜੇ ਸੰਗਤਾਂ ਨੂੰ ਉਹ ਗੁਰੂ ਦੇ ਚਰਨਾਂ 'ਚ ਲਿਆਉਂਦੇ ਸੀ ਉਹ ਪਹਿਲਾਂ ਆਪਣੀ ਮਾਨਤਾ ਉਹਨਾਂ ਦੇ ਵਿੱਚ ਕਰਾਉਂਦੇ ਸੀ, ਆਪਣੇ ਆਪ ਨੂੰ ਰੱਖਦੇ ਸੀ ਵੀ ਅਸੀਂ ਹੋਈਆਂ, ਅਸੀਂ ਗੁਰੂ ਕੋਲ ਲੈ ਕੇ ਜਾਂਦੇ ਹਾਂ। ਗੁਰੂ ਦੇ ਬਹੁਤਾ ਨੇੜੇ ਨਹੀਂ ਸੀ ਆਉਣ ਦਿੰਦੇ, ਇਹ ਤਾਂ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੈ ਕਿ ਸਭ ਸੰਗਤ ਕੀਨੀ ਖਾਲਸਾ ਮਨਮੁਖੀ ਦੇਹਲਾ, ਸਾਰੀ ਸੰਗਤ ਸਾਰੀ ਸਿੱਖੀ ਨੂੰ ਖਾਸ ਗੁਰੂ ਦੀ ਸਿੱਖੀ ਬਣਾਇਆ। ਪਹਿਲਾਂ ਮਸੰਦਾਂ ਦੀ ਸਿੱਖੀ ਹੋਰ ਹੁੰਦੀ ਸੀ, ਗੁਰੂ ਦੀ ਸਿੱਖੀ ਹੋਰ ਦਰਜੇ ਦੀ। ਗੁਰੂ ਦੀ ਸਿੱਖੀ ਉੱਥੇ ਸੀ ਜਿੱਥੇ ਗੁਰੂ ਡਾਇਰੈਕਟ ਆਪ ਚਰਨਾ ਮਿੱਤ ਦਿਆ ਕਰਦੇ, ਜਿੱਥੇ ਮਸੰਦਾਂ ਨੂੰ ਅਥਾਰਟੀ ਸੀ ਵੀ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ, ਉੱਥੇ ਉਹਨਾਂ ਦੀ ਸਿੱਖੀ ਹੋਇਆ ਕਰਦੀ ਸੀ। ਉਹਨਾਂ ਦੀ ਕੁਦਰਤੀ ਤੌਰ ਦੇ ਉੱਤੇ ਜੋ ਸਤਿਕਾਰ ਸੀ ਮਾਨਤਾ ਸੀ ਉਹ ਬੈਠੇ ਜਾਂਦੀ ਸੀ ਜਿਨ੍ਹਾਂ ਨੂੰ ਉਹ ਗੁਰੂ ਘਰ 'ਚ ਲਿਆਉਂਦੇ ਸੀ। ਸੋ ਇੱਕ ਬੜੀ ਕਮਜ਼ੋਰੀ ਆ ਰਹੀ ਸੀ ਗੁਰੂ ਪੰਜਵੇਂ ਪਾਤਸ਼ਾਹ ਵੇਲੇ, ਇਹ ਕਾਫੀ ਉੱਭਰ ਕੇ ਅੱਗੇ ਆ ਗਈ ਅਤੇ ਕੁਛ ਤਾਂ ਪਿਰਥੀ ਚੰਦ ਵੱਲ ਨੂੰ ਰੁੱਖ ਕਰ ਗਏ, ਬਾਕੀ ਜਿਹੜੇ ਸੋਝੀ ਵਾਲੇ ਸੀ ਉਹ ਗੁਰੂ ਪੰਜਵਾਂ ਪਾਤਸ਼ਾਹ ਵੱਲ ਨੂੰ ਰਹੇ। ਅਤੇ ਉਹਦੇ ਬਾਅਦ ਗੁਰੂ ਛੇਵੇਂ ਪਾਤਸ਼ਾਹ ਵੇਲੇ ਮਿਹਰਬਾਨ ਅਤੇ ਹਰਜੀ ਉਹਨਾਂ ਦੇ ਲੜਕੇ ਸੀ ਉੱਧਰਲੇ ਪਾਸੇ ਹੋ ਗਏ, ਥੋਥੇ ਹੋ ਗਏ ਬਿਲਕੁਲ, ਪੂਜਾ ਦਾ ਤਾਨ ਖਾ ਖਾ ਕੇ ਮੱਤ ਮਾਰੀ ਗਈ। ਇੱਧਰ ਕਿਉਂਕਿ ਕੁਠਾਲੀ 'ਚ ਪਾਏ ਹੋਏ ਸੀਗੇ ਅਤੇ ਇੱਧਰ ਕੁਛ ਗੁਰੂ ਛੇਵੇਂ ਪਾਤਸ਼ਾਹ ਵੇਲੇ ਸਿੱਖੀ ਚੱਲਦੀ ਰਹੀ। ਗੁਰੂ ਸੱਤਵੇਂ ਪਾਤਸ਼ਾਹ ਵੇਲੇ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਗੁਰੂ ਨਾਨਕ ਦੇ ਜਹਾਜ਼ ਦੇ ਵਿੱਚ ਤੇੜ ਆ ਗਈ, ਪਾੜ ਪੈ ਗਿਆ, ਡਾਵਾਂਡੋਲ ਹੋ ਗਿਆ ਜਹਾਜ਼। ਗੁਰੂ ਅੱਠਵੇਂ ਪਾਤਸ਼ਾਹ ਤੋਂ ਬਾਅਦ ਜਿਹਨੂੰ ਫੇਥ ਕਹਿੰਦੇ ਨੇ ਉਹ ਬਿਲਕੁਲ ਹਟ ਗਿਆ। ਟਾਵੇਂ ਟਾਵੇਂ ਗੁਰਸਿੱਖਾਂ ਵਿੱਚ ਤਾਂ ਪੂਰਾ ਫੇਥ ਸੀਗਾ, ਲੇਕਿਨ ਜਿਹੜੇ ਆਗੂ ਸੀ ਉਹਨਾਂ 'ਚ ਨਹੀਂ ਸੀਗਾ। ਉਹਨਾਂ ਨੇ ਧੜੇ ਬਣਾ ਲਏ, 22 ਧੜੇ ਬਣ ਗਏ। 22 ਗੁਰੂ ਜਿਹੜੇ ਸੀਗੇ ਉਹਨਾਂ ਨੇ ਕਨਸੈਸ਼ਨ ਦੇ ਤੇ ਮਸੰਦਾਂ ਨੂੰ ਵੀ ਤੁਹਾਡਾ ਅੱਧੋ ਅੱਧ ਜਿੰਨਾ ਚੜਾਵਾ ਲਿਆਓਗੇ, ਕਿਸੇ ਨੇ ਕਿਹਾ ਚੌਥਾ ਹਿੱਸਾ, ਬਟਾਈ ਕਰ ਲਈ। ਉਹ ਕਰਨ ਦੇ ਨਾਲ ਉਹ ਬਿਲਕੁਲ ਇੱਕ ਤਰ੍ਹਾਂ ਨਾਲ ਨਾਸਤਕ ਜੇ ਹੁੰਦੇ, ਅਰਧ ਨਾਸਤਕ ਹੋ ਗਏ। ਗੁਰੂ ਨੌਵੇਂ ਪਾਤਸ਼ਾਹ ਦਾ ਸਮਾਂ ਬਾਹਰ ਲੰਘਿਆ ਬਹੁਤਾ, ਜਦ ਉਹਨਾਂ ਦੀ ਸ਼ਹਾਦਤ ਹੋਈ ਉਸ ਵੇਲੇ ਜੋ ਵਿਚਾਰ ਸੀ ਉਹ ਬਹੁਤ ਸਾਰੇ ਜਿਹੜੇ ਗੁਰੂ ਘਰ ਦੇ ਵੀ ਸੀ ਉਹਨਾਂ ਦੇ ਮਨਾਂ 'ਚ ਆ ਗਿਆ ਵੀ ਜੇ ਗੁਰੂ 'ਚ ਸ਼ਕਤੀ ਹੁੰਦੀ ਤਾਂ ਉਹਨਾਂ ਦੀ ਕੀ ਤਾਕਤ ਸੀ ਵੀ ਤਲਵਾਰ ਚਲਾਉਣ ਦੇ, ਸ਼ਹੀਦ ਕਰ ਦਿੰਦੇ। ਗੱਲ ਨਹੀਂ ਸਮਝ ਰਹੇ, ਗੁਰੂ ਦਸਵੇਂ ਪਾਤਸ਼ਾਹ ਸਮਝਾਉਂਦੇ ਨੇ, ਨਾਟਕ ਚੇਟ ਕੀਏ ਕੁਗਾਜਾ ਪ੍ਰਭ ਲੋਕਨ ਕੋ ਆਵਤ ਲਾਜਾ, ਪਰ ਉਹ ਇਸ ਗੱਲ 'ਤੇ ਨਹੀਂ ਸੀ ਆਉਂਦੇ। ਗੁਰੂ ਦਸਵੇਂ ਪਾਤਸ਼ਾਹ ਛੋਟੀ ਆਯੂ ਸੀ ਸਰੀਰ ਦੀ, ਉਹਦੇ ਵਿੱਚ ਜਦੋਂ ਆਪ ਤਖ਼ਤ 'ਤੇ ਬੈਠੇ ਉਸ ਵੇਲੇ ਆਪ ਨੇ ਜੋ ਕਿਰਿਆ ਸੀ ਉਹਦੇ ਵਿੱਚ ਸ਼ਸਤਰਾਂ ਦਾ ਅਭਿਆਸ, ਘੋੜਿਆਂ ਦੀ ਸਵਾਰੀ, ਅਤੇ ਜ਼ਿਆਦਾ ਇੱਧਰ ਧਿਆਨ ਦੇਖ ਕੇ ਉਹਨਾਂ ਨੇ ਕਿਹਾ ਵੀ ਦੇਖੋ ਔਰੰਗਜ਼ੇਬ ਦੇ ਨਾਲ ਪਹਿਲਾਂ ਹੀ ਵਿਗੜੀ ਹੋਈ ਹੈ, ਅਤੇ ਇਹ ਗੁਰੂ ਜੇ ਐਵੇਂ ਜਿਵੇਂ ਰਿਹਾ ਤਾਂ ਬਹੁਤ ਛੇਤੀ ਇਹਨਾਂ ਨੂੰ ਵੀ ਲੈ ਜਾਣਗੇ, ਅਤੇ ਫਿਰ ਗਲਤ ਹੋ ਗਿਆ ਕੰਮ। ਜਿਹੜੇ ਭਰੋਸੇ ਵਾਲੇ ਸੀ ਉਹ ਸਮਝਾਉਂਦੇ ਸੀ ਕਿ ਪਿਆਰਿਓ ਗੁਰੂ ਦਾ ਸਰੀਰ ਨਹੀਂ ਦੇਖੀਦਾ, ਗੁਰੂ ਜੋਤ ਹੋਇਆ ਕਰਦੀ ਹੈ ਪਰਬ੍ਰਹਮ ਪਰਮੇਸ਼ਰ ਦੀ, ਗੁਰੂ ਨਾਨਕ ਦੇ, ਗੁਰੂ ਨਾਨਕ ਦੀ ਜੋਤ ਗੁਰੂ ਅੰਗਦ 'ਚ ਪ੍ਰਵੇਸ਼ ਕੀਤੀ, ਉਹੀ ਜੋਤ ਗੁਰੂ ਦਸਵੇਂ ਪਾਤਸ਼ਾਹ 'ਚ ਪ੍ਰਵੇਸ਼ ਕੀਤੀ, ਅਤੇ ਤੁਹਾਨੂੰ ਇਹ ਸ਼ੱਕ ਅਤੇ ਗੁੰਜਾਇਸ਼ ਸ਼ੱਕ ਕਿਉਂ ਆ ਗਏ? ਉਹ ਸ਼ੱਕ ਆਉਣੇ ਸ਼ੁਰੂ ਹੋ ਗਏ ਕਿਉਂਕਿ ਪੂਜਾ ਦਾ ਜੋ ਧਾਨ ਹੈ, ਭਾਈ ਗੁਰਦਾਸ ਜੀ ਲਿਖਦੇ ਹੈ ਕਿ ਤਿਉਂ ਧਰਮਸ਼ਾਲਾ ਦੀ ਚਾਕ ਹੈ ਵਿਉਹ ਖੰਡੂ ਪਾਜੇ, ਜਿਵੇਂ ਵਿਉਹ ਕੈਪਸੂਲ ਖੰਡ ਦੇ ਲਾ ਕੇ ਉਹਦੇ ਵਿੱਚ ਵਿਉਹ ਦੇ ਦਿੱਤੀ ਜਾਵੇ, ਇਹ ਪੂਜਾ ਦਾ ਧਾਨ ਹੀ ਅਸਰ ਕਰਦਾ। ਉਹ ਕੰਮ ਕੀ ਕਰਦਾ? ਧਰਮਸ਼ਾਲਾ ਦੀਆਂ ਰੋਟੀਆਂ ਤਿੰਨ ਕੰਮ ਕਰੇਣ, ਮੱਤ ਮਾਰਨ, ਹੱਡ ਗਾਲਣ, ਭਜਨ ਕਰਨ, ਅਤੇ
ਜਿਹੜੇ ਕੰਮ ਕਰਦੇ ਨੇ, ਜਿਹੜੇ ਪਰਮੇਸ਼ ਗੁਰੂ ਦੇ ਦੁਆਰੇ ਪ੍ਰਸ਼ਾਦੇ ਛਕਦੇ ਨੇ, ਉਹ ਗੁਰੂ ਦੀ ਮਿਹਰ ਸਮਝ ਕੇ, ਕਿਰਪਾ ਸਮਝ ਕੇ ਨਿਰਵਾ ਮਾਤਰ ਲੈਂਦੇ ਨੇ। ਉਹ ਤਾਂ ਨਹੀਂ ਕਰਦਾ, ਉਹ ਤਾਂ ਉਹਨੇ ਸਰੀਰ ਤਨ ਮਨ ਧਨ ਦਿੱਤਾ ਹੋਇਆ, ਆਪਣਾ ਲਾਲਚ ਨਹੀਂ, ਕੁਛ ਨਹੀਂ ਹੈ। ਉਹ ਤਾਂ ਗੁਰੂ ਦੇ ਅਰਪਣ ਹੋ ਗਏ, ਗੁਰੂ ਦਾ ਸਰੀਰ ਹੈ, ਗੁਰੂ ਦੇ ਸਰੀਰ ਨੂੰ ਕੰਮ 'ਚ ਲਾਉਣਾ। ਇੱਕ ਉਹਨੇ ਜਿਹੜੇ ਨਿੱਜ ਦੇ ਵਿੱਚ ਲਿਆਉਂਦੇ ਨੇ, ਦਾਨ ਪੂਜਾ ਦਾ ਦੇ ਤਾ 10,000 ਰੁਪਈਆ ਘਰ ਵਿੱਚ ਲਿਆ ਕੇ ਜਮ੍ਹਾਂ ਕਰ ਲਿਆ, ਬਾਲ ਬੱਚਿਆਂ ਵਾਸਤੇ ਕੋਠੀਆਂ ਪਾ ਲਈਆਂ, ਜ਼ਮੀਨਾਂ ਖਰੀਦ ਲਈਆਂ, ਨਿੱਜ ਦੇ ਵਿੱਚ ਲਿਆਉਂਦੇ ਨੇ। ਆਹ ਕਲਯੁੱਗ ਦਾ ਇੰਨਾ ਜ਼ੋਰ ਹੋ ਗਿਆ, 1 ਘੰਟੇ ਦੇ ਕੀਰਤਨ ਦੇ 10-10 ਹਜ਼ਾਰ ਮੈਨੂੰ ਦੱਸਿਆ, ਕਹਿੰਦੇ ਸਮਾਗਮ ਕਰਾਇਆ। ਲਖਮੀਰ ਸਿੰਘ ਦਾ ਟੈਲੀਫੋਨ ਆਇਆ ਸੀ, ਕਹਿੰਦਾ ਉਹ ਕਹਿੰਦੇ ਨੇ ਜੀ 5 ਘੰਟੇ ਦਾ ਸਮਾਗਮ ਅਤੇ ਸਾਡਾ 1,25,000 ਰੁਪਈਆ ਖਰਚ ਆਇਆ। ਕਈ ਰਾਗੀਆਂ ਨੇ 10-10 ਹਜ਼ਾਰ, ਕਈਆਂ ਨੇ ਕਹਿੰਦਾ 15,000 ਵੀ ਲੈ ਲਿਆ 1 ਘੰਟਾ ਕੀਰਤਨ ਕਰਨਾ। ਉਹ ਜਿਹੜਾ ਧਾਨ ਹੈ ਉਹ ਤਾਂ ਪਰਮੇਸ਼ੁਰ ਤੋਂ ਬੇਮੁੱਖ ਕਰਦਾ, ਉਹ ਤਾਂ ਆਰਟਿਸਟ ਹੁੰਦੇ ਨੇ, ਉਹਨਾਂ ਦਾ ਲੈਣਾ ਦੇਣਾ ਰੱਬ ਨਾਲ, ਬਾਣੀ ਨਾਲ ਕੋਈ ਨਹੀਂ ਹੋਇਆ ਕਰਦਾ। ਪਰ ਇਹ ਅਸਰ ਕਰਦਾ ਹੈ ਜੇ ਸਾਵਧਾਨਤਾ ਨਾ ਰਹੇ, ਇਹਨਾਂ ਮਸੰਦਾਂ ਦੇ ਉੱਤੇ ਅਸਰ ਕਰ ਦਿੱਤਾ। ਸਭ ਤੋਂ ਵੱਡਾ ਅਸਰ ਇਹ ਕਰਿਆ ਕਿ ਇਹਨਾਂ ਨੂੰ ਗੁਰੂ ਦੀ ਸਮਰੱਥਾ ਦੇ ਉੱਤੇ ਸ਼ੱਕ ਪੈ ਗਿਆ, ਬਈ ਗੁਰੂ ਸਮਰੱਥਾ ਨਹੀਂ ਹੈ, ਇਹ ਤਾਂ ਅਸੀਂ ਇਕੱਠੇ ਹੋ ਕੇ ਬਿਠਾ ਦਿੰਦੇ ਹਾਂ ਗੱਦੀ 'ਤੇ, ਸੰਗਤਾਂ ਨੂੰ ਲਿਆਉਂਦੇ ਹਾਂ, ਮੱਥੇ ਟਿਕਾਈ ਜਾਂਦੇ ਹਾਂ, ਗੁਰੂ 'ਚ ਕੋਈ ਕਲਾ ਨਹੀਂ ਹੈ। ਇੱਕ ਦਲੱਚਾ ਨਾਮ ਦਾ ਮਸੰਦ ਸੀ, ਮੁਖੀਆਂ ਦੇ ਵਿੱਚ ਗਿਣਿਆ ਜਾਂਦਾ ਸੀ, ਅਤੇ ਉਹ ਦਲੱਚਾ ਭਾਈ ਗੁਰਦਿੱਤਾ ਜੀ ਜੋ ਬਾਬਾ ਬੁੱਢਾ ਜੀ ਦੇ ਵੰਸ਼ ਵਿੱਚੋਂ ਸਨ, ਉਹਨਾਂ ਨੂੰ ਕਹਿਣ ਲੱਗਿਆ ਭਾਈ ਗੁਰਦਿੱਤਾ ਜੀ ਤਾਂ ਗੁਰੂ ਨਵੇਂ ਪਾਤਸ਼ਾਹ ਜਦ ਸ਼ਹੀਦ ਹੋਏ ਉਸ ਵੇਲੇ ਕੈਦ ਵਿੱਚੋਂ ਛੱਡ ਦਿੱਤੇ ਸੀ, ਅਤੇ ਆਪ ਜਮਨਾ ਪਾਰ ਜਾ ਕੇ ਜਿੱਥੇ ਬਾਬਾ ਬੁੱਢਾ ਜੀ ਨੇ ਗੁਰੂ 6ਵੇਂ ਪਾਤਸ਼ਾਹ ਦੇ ਘੋੜੇ ਰੱਖੇ ਸੀ, ਉਸ ਥਾਂ ਜਾ ਕੇ ਸਮਾਧੀ ਸਥਿਤ ਹੋ ਕੇ ਉਹ ਤਾਂ ਗੁਰੂ ਦਾ ਵਿਛੋੜਾ ਨਾ ਸਹਿ ਸਕੇ, ਜਿਸ ਪਿਆਰੇ ਸੇ ਉਹਨੇ ਹੁਣ ਤਿਰ ਸਕੇ ਮਰ ਚੱਲੀ ਹੈ, ਤਿਰਗ ਜੀਵਨ ਸੰਸਾਰ ਤਾਂ ਕਿ ਪਾਤਸ਼ਾਹ ਜੀ। ਉਹ ਤਾਂ ਗੁਰੂ ਜੋਤ ਨਾਲ ਜਾ ਰਲੇ, ਉਹਨਾਂ ਦੇ ਜਿਹੜੇ ਛੋਟੇ ਭਰਾਤਾ ਸੀ ਬਾਬਾ ਹਰਜਿੱਤਾ ਜੀ, ਉਹਦੇ ਨਾਲ ਗੱਲ ਕਰਦਾ ਵੀ ਦੇਖੋ ਗੁਰੂ ਗਲਤ ਰਸਤੇ 'ਤੇ ਪੈ ਗਿਆ, ਸ਼ਸਤਰ ਧਾਰਦਾ, ਦੂਜਿਆਂ ਨੂੰ ਸ਼ਸਤਰਾਂ ਵਾਸਤੇ ਕਹਿੰਦਾ, ਘੋੜਿਆਂ 'ਤੇ ਚੜ੍ਹਦਾ, ਹੈ ਤਾਂ ਬੱਚਾ ਹੀ ਨਾ, ਬੱਚਿਆਂ ਵਾਲੀ ਗੱਲ ਕਰਦਾ, ਤੁਸੀਂ ਵੀ ਸਿਆਣੇ ਹੋ, ਮੈਂ ਵੀ ਸਿਆਣਾ, ਆਪਾਂ ਹੋਰ ਸਿਆਣੇ ਇਕੱਠੇ ਹੋ ਕੇ ਗੁਰੂ ਦੇ ਕੋਲ ਚੱਲੀਏ, ਅਤੇ ਇਹਨਾਂ ਨੂੰ ਸਮਝਾਈਏ ਵੀ ਇਹ ਰਸਤਾ ਖਤਰਨਾਕ ਹੈ, ਇਹ ਨਾ ਕਰੋ, ਤੁਸੀਂ ਸੰਘਰਸ਼ ਦਾ ਰਸਤਾ ਹੈ, ਕਨਫਰੰਟੇਸ਼ਨ ਦਾ ਰਸਤਾ ਹੈ, ਵੀ ਤੁਸੀਂ ਤਾਂ ਹੋਰੇ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਗਏ। ਭਾਈ ਹਰਦਿੱਤਾ ਜੀ ਕਹਿੰਦੇ ਪਿਆਰਿਆ ਤੂੰ ਗੁਰੂ ਨੂੰ ਕੀ ਜਾਣਦਾ, ਗੁਰੂ ਕੋਈ ਅਰਪੱਗ ਹੁੰਦਾ, ਗੁਰੂ ਤਾਂ ਸਮਰੱਥ ਜੋਤ ਹੁੰਦੀ ਹੈ, ਦੇਖ ਗੁਰੂ 8ਵੇਂ ਪਾਤਸ਼ਾਹ ਜਦੋਂ ਜਾਂਦੇ ਨੇ ਪੰਜੋਖਰੇ, ਤੇਰੇ ਸਾਹਮਣੇ ਹੀ ਹੋਈਆਂ ਗੱਲਾਂ, ਉੱਥੇ ਇੱਕ ਮਹਾਂਮੂਰਖ ਨੂੰ, ਗੂੰਗੇ ਨੂੰ ਅਤੇ ਬਹਿਰੇ ਨੂੰ ਲੈ ਕੇ ਆਉਂਦੇ ਨੇ, ਨਾਲ ਮੂਰਖ ਵੀ ਆ, ਅਤੇ ਪੰਡਿਤ ਲਾਲ ਚੰਦ ਇਨਸਿਸਟ ਕਰਦਾ ਹੈ ਕਿ ਜੇ ਤੁਹਾਡਾ ਨਾਂ ਹਰਕ੍ਰਿਸ਼ਨ ਹੈ, ਦੁਆਪਰ ਯੁੱਗ ਦੇ ਅੰਦਰ ਤਾਂ ਕ੍ਰਿਸ਼ਨ ਹੋਏ ਨੇ, ਤੁਸੀਂ ਹਰ ਵੀ ਨਾਲ ਲਾ ਲਿਆ, ਤਾਂ ਫਿਰ ਐਂ ਕਰੋ ਉਸ ਗੀਤਾ ਦੇ ਸ਼ਲੋਕ ਦੀ ਕੋਈ ਕਥਾ ਹੀ ਸੁਣਾ ਦਿਉ। ਮਹਾਰਾਜ ਦੇ ਪਾਸ ਗੁਰਸਿੱਖਾਂ ਨੇ ਕਿਹਾ ਕਿ ਮਹਾਰਾਜ ਇੱਕ ਤਰਕਸ਼ੀਲ ਪੰਡਿਤ ਖੜ੍ਹਾ ਹੈ, ਵਿਦਵਾਨ, ਤਪਿਆ ਪਿਆ ਵਿਦਿਆ ਦੇ ਨਾਲ, ਲਾਟਾਂ ਨਿਕਲਦੀਆਂ ਕਹਿੰਦੇ ਇਹਦੇ ਬੋਲ ਵਿੱਚੋਂ ਵੀ, ਇਹਦੇ ਨੇਤਰਾਂ ਵਿੱਚੋਂ ਵੀ, ਆਹ ਵਚਨ ਕਰਦਾ ਮਹਾਰਾਜ, ਕਹਿੰਦੇ ਐਂ ਕਰੋ ਸ਼ਾਂਤੀ 'ਚ ਰਹੋ, ਤੁਸੀਂ ਕੁਛ ਨਹੀਂ ਕਹਿਣਾ, ਇਹਨੂੰ ਕਹੋ ਵੀ ਆ ਗੀਤਾ ਦੇ ਅਰਥ ਕੀ ਨੇ, ਜਾਂ ਕਿਸੇ ਕਮਲੇ ਤੋਂ ਕਮਲੇ ਬੰਦੇ ਨੂੰ ਲੈ ਆਓ ਅਤੇ ਕਰਾ ਦਾਂਗੇ। ਉਹ ਪੰਜੋਖਰੇ ਵਿੱਚ ਜਾਂਦਾ ਅਤੇ ਇੱਕ ਮਹਾਂਮੂਰਖ ਗਿਣਿਆ ਗਿਆ ਸੀ, ਉਹ ਬੋਲਾ ਵੀ ਸੀ ਅਤੇ ਗੂੰਗਾ ਵੀ ਸੀ ਅਤੇ ਮੱਤ ਵੀ ਨਹੀਂ ਸੀ ਉਹਨੂੰ, ਉਹ ਲਿਆ ਕੇ ਬਿਠਾ ਲਿਆ ਡਮੀ। ਉਹ ਬ੍ਰਾਹਮਣ ਨੂੰ ਇਹ ਸੀ ਕਿ ਮੈਂ ਜਦੋਂ ਅਰਥ ਨਾ ਹੋਏ ਤਾਂ ਮੈਂ ਬੋਲਾਂਗਾ, ਵੀ ਤੁਸੀਂ ਲੋ ਲਕੀਰ ਦੇ ਫਕੀਰ ਹੋ ਕੇ ਇੱਕ ਬੱਚੇ ਨੂੰ ਮੱਥਾ ਟੇਕੀ ਜਾਂਦੇ। ਉਹ ਜਿਸ ਵਕਤ ਲਿਆਇਆ ਕਹਿੰਦੇ ਲੈ ਬਈ, ਆਹ ਤਾਂ ਤੂੰ ਵਿਦਵਾਨ ਪੁਰਸ਼ ਲੈ ਆਇਆ, ਮਹਾਰਾਜ ਦੇ ਕਹਿਣ ਦੀ ਦੇਰ ਸੀ, ਕਪਾਟ ਖੁੱਲ੍ਹ ਕੇ ਜਵਾਨ ਚੱਲ ਪਈ, ਕੰਨ ਸੁਣਨ ਲੱਗ ਗਏ, ਕਹਿੰਦੇ ਕਰ ਤੂੰ ਬਚਨ। ਉਸ ਵਿੱਦਿਆ 'ਚ ਪਹੁੰਚਾਤਾ ਜਿਹਨੂੰ ਸਰਵ ਵਿੱਦਿਆ ਆਖਦੇ ਨੇ। ਜਿਸ ਵਕਤ ਉਹਨੇ ਸ਼ਲੋਕ ਪੜ੍ਹਿਆ
ਤਾਂ ਉਹ ਛੱਜੂ ਉਸੇ ਵੇਲੇ ਬੋਲ ਕੇ ਦੇਖਿਆ, ਕਹਿੰਦਾ ਪੰਡਿਤ ਜੀ ਤੈਂ ਵਿਆਹ ਕਰਨ ਤੌਰ ਦੇ ਉੱਤੇ ਸ਼ੁੱਧ ਨਹੀਂ ਬੋਲਿਆ, ਗਲਤ ਬੋਲਿਆ। ਇਹ ਜੇ ਮੈਂ ਗਲਤ ਦੇ ਅਰਥ ਕਰਾਂ ਤਾਂ ਸਿਧਾਂਤ ਤੋਂ ਉਲਟ ਹੋ ਜਾਣਗੇ। ਸ਼ੁੱਧ ਜੋ ਅਰਥ ਹੈ, ਸ਼ੁੱਧ ਉਚਾਰਨ ਆਹ ਹੈ, ਇਸ ਦਾ ਕਰਕੇ ਦੱਸਿਆ। ਉਹਦੇ ਬਾਅਦ ਜਦ ਅਰਥ ਕਰਿਆ, ਪੰਡਿਤ ਨੂੰ ਰਾਹ ਨਹੀਂ ਮਿਲਦਾ ਵੀ ਹੈ ਇਹ ਕੀ ਗੱਲ ਹੋ ਗਈ। ਉਹ ਕਹਿੰਦੇ ਤੈਨੂੰ ਤਾਂ ਅਸੀਂ ਕਿਹਾ ਸੀ ਮਹਾਂਮੂਰਖ ਨੂੰ ਲੈ ਕੇ ਆਇਆ, ਤੂੰ ਤਾਂ ਇੱਕ ਵਿਦਵਾਨ ਨੂੰ ਲਿਆਇਆ। ਛਟੀ ਉਹਦੇ ਸਿਰ 'ਤੇ ਰੱਖੀ ਹੋਈ ਹੈ ਅਤੇ ਮਹਾਂ ਵਿਦਵਾਨ ਪੰਡਿਤ ਹਾਰ ਗਿਆ, ਚਰਨ ਫੜ ਲਏ, ਸਾਰੀਆਂ ਪੁਸਤਕਾਂ ਸਿੱਟ ਦਿੱਤੀਆਂ ਵੀ ਇਹ ਨਹੀਂ ਕਿਸੇ ਕੰਮ ਦੀਆਂ, ਕੋਈ ਵਿੱਦਿਆ ਹੈ ਇਸ ਥਾਂ ਦੇ ਉੱਤੇ, ਗੁਰੂ ਦੇ ਚਰਨ ਫੜ ਲਏ। ਉਸ ਵੇਲੇ ਗੁਰੂ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕੀਤੀ, ਕਿਰਪਾ ਦ੍ਰਿਸ਼ਟੀ ਕਰਕੇ ਉਸ ਨੂੰ ਅੱਖਾਂ ਦੇ ਨਾਲ ਸਾਰੇ ਅਰਥ ਸਾਰੀਆਂ ਅਵਸਥਾਵਾਂ ਦਿਖਾ ਦਿੱਤੀਆਂ, ਅੰਦਰਲੇ ਨੇਤਰ ਖੋਲ੍ਹ ਤੇ, ਮੁੜ ਉਹ ਨਹੀਂ ਗਿਆ, ਗੁਰਸਿੱਖੀ ਵਿੱਚ ਆ ਗਿਆ। ਕਹਿੰਦੇ ਉਹ ਭਾਈ ਦਲੱਚੇ, ਉਹ ਤਾਂ ਇਹਨਾਂ ਨਾਲੋਂ ਵੀ ਛੋਟੀ ਉਮਰ ਦੇ ਸੀ ਅਤੇ ਤੂੰ ਇਹ ਐਸਾ ਫੋਕਟ ਨਿਸ਼ਚਾ ਸੰਸਾ ਆਪਣੇ ਅੰਦਰ ਲਈ ਬੈਠਾ। ਗੁਰੂ ਦੀ ਵੀ ਕਦੇ ਉਮਰ ਹੋਇਆ ਕਰਦੀ ਆ। ਜਿਹੜੇ ਮਹਾਂਪੁਰਸ਼ ਸੰਸਾਰ 'ਤੇ ਆਉਂਦੇ ਨੇ, ਕੁਛ ਕਰਨਾ ਹੁੰਦਾ ਜਿਨ੍ਹਾਂ ਨੇ ਸੰਸਾਰ 'ਤੇ, ਉਹ ਉਮਰਾਂ ਨਹੀਂ ਹੋਇਆ ਕਰਦੀਆਂ। ਪ੍ਰਹਲਾਦ ਦੀ ਕਿੰਨੀ ਕੁ ਉਮਰ ਸੀ, ਕਬੀਰ ਨੂੰ ਜਦ ਲੱਗਣ ਲੱਗੀ ਆ ਕਿੰਨੀ ਕੁ ਉਮਰ ਸੀ ਉਹਨਾਂ ਦੀ। ਇਹ ਤਾਂ ਧੁਰ ਤੋਂ ਆਏ ਹੋਏ ਨੇ, ਤੈਨੂੰ ਇਹ ਸ਼ੱਕ ਕਿਉਂ ਪੈ ਗਿਆ? ਫਿਰ ਜੇ ਤੇਰਾ ਸ਼ੰਕਾ ਅਸੀਂ ਨਿਵਿਰਤ ਕਰਨ ਵਾਸਤੇ ਦੱਸਦੇ ਹਾਂ ਕਿ ਮਹਾਰਾਜ ਜੀ ਤੋਂ ਜਲ ਮੰਗਿਆ। ਕਹਿੰਦੇ ਮਹਾਰਾਜ ਨੇ ਛੋਟੀ ਬਾਲ ਬਰੇਸ ਹੈ ਅਤੇ ਵਰਸ਼ਾ ਲਿਆ, 3 ਵਰਸ਼ੇ ਮਾਰੇ, ਕਹਿੰਦੇ ਉੱਥੇ ਪਾਣੀ ਉਹ ਪਾਣੀ ਚੱਲ ਰਿਹਾ ਗੁਰੂ ਕੀ ਲਾਹੌਰ, ਅਜੇ ਵੀ ਤੇਰੇ ਮਨ ਵਿੱਚ ਸ਼ੱਕ ਰਹਿ ਗਿਆ, ਪੱਥਰਾਂ 'ਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ, ਉਬਲ ਬਣ ਗਈ। ਕਹਿੰਦੇ ਫਿਰ ਦੇਖ, ਇੱਥੇ ਇੱਕ ਬੰਦਾ ਆਇਆ ਸੀ ਇਸ ਦਰਬਾਰ ਦੇ ਵਿੱਚ, ਚੋਰੀ ਹੋ ਗਈ ਉਹਦੇ ਘਰ ਦੀ, ਪੈਸਿਆਂ ਵਾਲੀ ਥੈਲੀ ਚੱਕ ਲਈ ਕਿਸੇ ਨੇ। ਉਹ ਜਦ ਗੁਰਦੁਆਰ 'ਚ ਆਇਆ ਅਤੇ ਮਹਾਰਾਜ ਜੀ ਦੇ ਚਰਨੀ ਨਮਸਕਾਰ ਕਰਕੇ ਬੇਨਤੀ ਕਰੀ, ਤਾਂ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਲੈ ਭਾਈ ਇਹਦੇ ਨਾਲ 5 ਸਿੰਘ ਜਾਓ ਫਲਾਣੇ ਘਰ ਦੇ ਵਿੱਚ, ਫਲਾਣੇ ਥਾਂ ਦੇ ਉੱਤੇ ਇਹਨੇ ਚੋਰੀ ਦਾ ਮਾਲ ਲੁਕੋਇਆ ਹੋਇਆ, ਜਾਓ ਲੈ ਕੇ ਆਓ ਸਾਡੇ ਪਾਸ। ਕਹਿੰਦੇ ਤੂੰ ਵੀ ਦੇਖਦਾ ਸੀ ਅਤੇ ਮੈਂ ਵੀ ਦੇਖਦਾ ਸੀ, ਅਤੇ ਉਹ ਫਿਰ ਹੋਇਆ ਨਾ। ਇਹ ਤਾਂ ਗੱਲਾਂ ਕਹਿੰਦੇ ਮਾਮੂਲੀ ਨੇ, ਵੱਡੀ ਬਾਤ ਤਾਂ ਹੁੰਦੀ ਹੈ ਕਿਸੇ ਦਾ ਜੀਵਨ ਬਦਲ ਦੇਣਾ, ਉਹਨੂੰ ਹਨੇਰੇ ਵਿੱਚੋਂ ਕੱਢ ਕੇ ਪ੍ਰਕਾਸ਼ 'ਚ ਲੈ ਜਾਣਾ, ਨਾਮ ਦੇ ਮੰਡਲ 'ਚ ਪਜਾ ਦੇਣਾ, ਸਭ ਤੋਂ ਔਖੀ ਬਾਤ ਹੈ। ਕਹਿੰਦੇ ਵੈਰਾਗੀ ਸਾਧੂ ਆਇਆ, ਯਾਦ ਹੈ ਨਾ ਤੇਰੇ? ਕਹਿੰਦਾ ਹਾਂ। ਕਹਿੰਦੇ ਫਿਰ ਉਹਨੇ ਆ ਕੇ ਕੀ ਕਿਹਾ ਸੀ? ਉਹਨੇ ਕਿਹਾ, ਮਹਾਰਾਜ ਮੈਂ ਸਾਰੇ ਜਪ ਤਪ ਵਰਤ ਪ੍ਰਾਣਾਯਾਮ ਹੱਠ ਸਾਧਨ ਸਭ ਕਰਕੇ ਦੇਖ ਲਏ, ਲੇਕਿਨ ਜੋ ਨਾਮ ਦਾ ਰਸ ਮੈਂ ਸੁਣਦਾ ਹੋਣਾ, ਉਹ ਮੈਨੂੰ ਨਹੀਂ ਪ੍ਰਾਪਤ ਹੋਇਆ ਹੈ, ਉਹਦੇ ਤੋਂ ਮੈਂ ਬਿਲਕੁਲ ਖਾਲੀ ਹਾਂ, ਕਿਰਪਾ ਕਰੋ ਮੇਰਾ ਨਾਮ ਜੋ ਹੈ ਉਹ ਚਲਾ ਦਿਓ। ਉਸ ਵੇਲੇ ਉਸਨੇ ਇਸ ਤਰ੍ਹਾਂ ਦੇ ਨਾਲ ਬੇਨਤੀ ਕਰੀ, ਚੜੀ ਰਹੇ ਦਿਨ ਰਾਤ ਨਾਮ ਖਵਾਰੀ, ਨਾਮ ਖਵਾਰੀ, ਚੜੀ ਰਹੇ ਦਿਨ ਰਾਤ ਨਾਮ ਖਵਾਰੀ, ਨਾਮ ਖਵਾਰੀ, ਨਾਮ ਕੁਮਾਰੀ ਨਾਮ
कुमारे चली रहे धन रात नाम कुमारे नाम कुमारे मद अफीम भंग उतर जाए बर्बाद नाम खमारी नानका चढ़ी रहे दिन रात। कह लग्या सच्चे पातशाह मेरी बहुती जिंदगी बीच दी तप कर दे दी जप कर दे दी जंगलों में बैठ के बड़ियां बड़ियां समाधियां लाउण दी, पर मैं जो नाम दे बारे आप दे आप संगत विच आ के सुनदा कि नाम दे विच रस है, नाम दे अंदर ऐसी खमारी है कि अपने आप झूमणियां आउंदियां ने। पाशा मैनू तां ये प्राप्त नहीं हुई, मेरे ते कृपा करो, मैं तां सुखा खूह हाँ, कोई रस नहीं मेरी जिंदगी दे अंदर, फ्रस्ट्रेशन है, मैनू चंझलाहट आउंदी है, खिझ आउंदी है, कोई मैनू चंगा नहीं लगता, मेरा जी करदा शराफ दे दा। ताकतां मेरे च आ गईआं पातशाह, पर नाम दा रस नहीं आया। महाराज कहिंदे प्यारिया रिद्ध सिद्ध सब मोह है, नाम न वसे मन है। ऐ ताकतां ही रुकावट ने, तिरक सिद्धि ते करामात। कहण लग्या महाराज मेरे ते कृपा करो। कहिंद लच्या तू भी बैठा सी संगत च, मैं भी बैठा सी, उस वेले की कला वरताई गुरु ने, सामने बिठा लिया, सिर दे उते हाथ रखता, हाथ रखण दी देर सी, उहदा रूप रंग ही होर हो गया। ते महाराज कहण लगे देख साडे वल, कहो वाहेगुरु कहो वाहेगुरु। कहिंदे बोल के उहदा की हाल होया सी, मस्ताना हो गया, वह करंट सह ना होई उस ते जो गुरु ने उसनूं नाम दी दित्ती। इन्नी गल अखां नाल देख के फिर भी तेरा नेचा नहीं आया। कहिंदे प्यारिया तेरे अंदर परछावां है नास्तिकता दा, इहनूं दूर कर, तूं गुरु दा मोतबर है, मसंद है, तैनूं गद्दी दित्ती होई है छोटी मसंद। मसंद जो मसंद दा अधिकारी हुंदा उहनूं छोटा अखर करके मसंद कहण लग गए। मसनतदार हुंदा गद्दीदार, इलाके दा उहनूं प्रमुख बनाया हुंदा, उह नाम दी दात भी दिंदा सी आप। गुरु कोल संगतां लियाया करदा, सिखी दूर दराज फैलाउंदे सी, गुरु दी मेहर होया करदी सी, संगतां जद आउंदियां सी कहण लग्या एड्डी जिम्मेवारी ते हो के तूं तां खाली पिया, देख भरोसे च आ जा, गुरु सर्वकला समर्थ हुंदा है, कोई बाल ना गुरु ना रखी कितें धोखा खा जाए। तूं मन्निया दन्निया मसंद है सारे गुरसिखां च, मुरले दर्जे ते है, तेरी गल मनी जाती है, ध्यान नाल सुनी जाती है। प्यारिया गुस्सा ना करी, पर तेरे अंदर प्रतीत की घाट है, ये प्रतीत की घाट है, एक दिन उगड़ जाती है, ये पखंड नाल नहीं चलिया करती। समा बीत गया, किसी प्रेमी ने कार्ज उन्हां दा सफल होया, गुरु ने महाराज ने किया, उस वेले उन्हें महाराज नूं महाराज दे दर्शन करने सी, गद्दी नशीनी ते आउणा सी, पर घरवाली बीमार हो गई आ ना सकिया, ते उसने 50 मोहरां ते एक जोड़ी कड़ियां दी जड़ाऊ, एक खंजर जड़ाऊ, एक पोशाक रेशम दी महाराज वास्ते, दो पोशाकां पट दियां माइयां वास्ते मातावां वास्ते भेज के नाल बेनती की। कहिंदे श्रीमान जी मैं गुरु दे दर्शन नहीं कर सकता, जाण वास्ते मैं तैयार होया, ना मैं शहीदी वेले जा सकिया, ना अज गुरगद्दी वेले मैं जा सकिया, मुल्तान दे रहण वाला सी। कहन लग्या भी आ मेरी वालों जद भेटा करेंगा उस वेले जे तेरे नेत्रां च जल भी ना आवे तां कह दी कि महाराज ये इस प्रेमी ने अखां भरिया हुई ना हंझू सिट देने
ਆਹ ਭੇਟ ਆਪਦੇ ਵਾਸਤੇ ਭੇਜੀ ਹੈ, ਆਹ ਪ੍ਰਵਾਨ ਕਰੋ, ਮੈਨੂੰ ਤਸੱਲੀ ਦੇਵੋ ਵੀ ਤੁਸੀਂ ਮੇਰੀ ਇਹ ਬੇਨਤੀ ਗੁਰੂ ਮਹਾਰਾਜ ਕੋ ਕਰ ਦੋਗੇ। ਕਹਿੰਦਾ ਹਾਂ ਜ਼ਰੂਰ, ਭੇਟਾਂ ਮਾਂ ਲੈ ਲਈਆਂ। ਉਸ ਵੇਲੇ ਥੋੜ੍ਹੀਆਂ ਜਿਹੀਆਂ ਗੁਰੂ ਦੇ ਅਰਪਣ ਕਰਕੇ ਜੋ ਜੜਾਊ ਕੰਗਣ ਸੀ ਉਹ ਭੇਟਾ ਕਰਨ ਜਾਂਦੇ ਜਾਂਦੇ ਦੇ ਮਨ 'ਚ ਬੇਈਮਾਨੀ ਹੋ ਗਈ, ਦਸਤਾਰ ਵੱਡੀ ਬੰਨਦਾ ਸੀ ਉਹਦੇ ਲੜਦੇ ਥੱਲੇ ਦਬਲੀਆਂ। ਪੰਜਾਹ ਦੇ ਵਿੱਚੋਂ 21 ਤਾਂ ਦੇ ਦਿੱਤੀਆਂ, 29 ਆਪ ਰੱਖ ਲਈਆਂ, ਖੰਜਰ ਰੱਖ ਲਿਆ ਅਤੇ ਬਾਕੀ ਵਸਤਰ ਜਿਹੜੇ ਸੀ ਉਹ ਦੇਤੇ। ਅਰਦਾਸ ਸਿੱਖ ਦੀ ਨਹੀਂ ਕੀਤੀ ਅਤੇ ਜਦੋਂ ਇਹਨੇ ਭੇਟਾ ਕਰੇ, ਮਹਾਰਾਜ ਕਹਿੰਦੇ ਦਲਚਿਆ ਦੋਏ ਮਹਾਂ ਮਹਾਰਾਜ ਨੇ ਉੱਪਰ ਕਰਤੀਆਂ, 10-10.5 ਸਾਲ ਦੀ ਉਮਰ ਹੈ। ਕਹਿੰਦੇ ਵੀ ਮੇਰੇ ਪਹਿਨਣ ਵਾਸਤੇ ਨਹੀਂ ਕੁਛ ਲਿਆਇਆ, ਦਿੱਤੇ ਤਾਂ ਨਹੀਂ ਹੈ, ਅਦੇਖ ਮੇਰੇ ਹੱਥ ਖਾਲੀ, ਬਾਹਾਂ ਖਾਲੀ ਨੇ, ਕੜੇ ਨਹੀਂ ਲੈ ਕੇ ਆਇਆ। ਉਸ ਵੇਲੇ ਮੂੰਹ ਪੀਲਾ ਹੋਣ ਲੱਗਿਆ ਵੀ ਇਹ ਤਾਂ ਗੱਲ ਗਲਤ ਹੋ ਗਈ, ਤਾਂ ਸੱਚਮੁੱਚ ਸ਼ਕਤੀਆਂ ਵਾਲੇ ਜਾਣਨ ਵਾਲੇ, ਮੈਂ ਤਾਂ ਕਹਿੰਦਾ ਸੀ ਕੁਛ ਨਹੀਂ ਇਹਨਾਂ ਨੂੰ ਪਤਾ। ਕਹਿੰਦਾ ਨਾ ਸੱਚੇ ਪਾਤਸ਼ਾਹ, ਅਸੀਂ ਤਾਂ ਇੱਕ ਧੇਲਾ ਵੀ ਨਹੀਂ ਰੱਖਦੇ, ਜੋ ਕੁਛ ਲਿਆਉਂਦੇ ਹਾਂ ਤੁਹਾਡੇ ਭੇਟਾ ਕਰ ਦਿੰਦੇ। ਸੱਚੇ ਪਾਤਸ਼ਾਹ ਦੂਰ ਦਰਾਜ ਤੋਂ ਲਿਆਉਂਦੇ ਹਾਂ, ਐਸਾ ਨਾ ਕਰੋ ਸੰਗਤ ਦੇ ਵਿੱਚ ਬਦਨਾਮੀ ਹੋ ਜੂਗੀ, ਤੁਸੀਂ ਤਾਂ ਬਾਲ ਕੌਤਕ ਹੀ ਕਰ ਰਹੇ ਹੋ, ਕਿਸ਼ੋਰ ਕੌਤਕ, 10-15 ਸਾਲ ਦੀ ਉਮਰ ਤੱਕ ਕਿਸ਼ੋਰ ਅਵਸਥਾ ਕਹਿੰਦੇ ਹੁੰਦੇ ਨੇ, ਉਦੋਂ ਪਹਿਲਾਂ ਬਾਲ ਅਵਸਥਾ ਹੋਇਆ ਕਰਦੀ ਹੈ। ਕਹਿਣ ਲੱਗੇ ਮਹਾਰਾਜ ਕੋਈ ਕਿਸ਼ੋਰ ਕੌਤਕ ਨਾ ਕਰੋ, ਬਦਨਾਮ ਹੋ ਜੂੰਗਾ, ਤੁਸੀਂ ਇਹ ਗੱਲ ਨਾ ਕਹੋ, ਅਸੀਂ ਤਾਂ ਜੋ ਭੇਟਾ ਲਿਆਉਂਦੇ ਹਾਂ ਇੱਕ ਇੱਕ ਪੈਸਾ ਕਰਦੇ ਹਾਂ, ਦੇਖੋ ਤੁਸੀਂ ਕਿੱਡੀ ਦੂਰੋਂ ਅਸੀਂ ਲੈ ਕੇ ਆਉਂਦੇ ਹਾਂ, ਮੈਂ ਮੁਲਤਾਨ ਤੋਂ ਚੱਲਦਾ ਪਹਿਲਾਂ ਇਕੱਠੀਆਂ ਕਰਦਾ ਫਿਰ ਤੁਹਾਡੇ ਭੇਟਾ ਕਰਦਾ, ਆਹ ਸਾਰੇ ਭਲੇ ਪੁਰਸ਼ ਬੈਠੇ ਨੇ, ਇਹ ਸਾਰੇ ਕਹਿਣਗੇ ਵੀ ਇਹਨੇ ਰੱਖ ਲਿਆ। ਮਹਾਰਾਜ ਕਹਿੰਦੇ ਨਹੀਂ, ਅਸੀਂ ਤਾਂ ਕਹਿੰਦੇ ਹਾਂ ਵੀ ਆਹ ਸਾਡੇ ਬਾਹਾਂ ਦੇ ਵਿੱਚ ਪਾਉਣ ਨੂੰ ਨਹੀਂ ਕੁਛ ਲਿਆ ਘੜੇ। ਫਿਰ ਹੈਰਾਨ ਹੋ ਕੇ ਤਕੜਾ ਹੋ ਕੇ ਬੋਲਦਾ, ਕਹਿੰਦਾ ਇਹਨਾਂ ਨੂੰ ਸ਼ੱਕ ਪਾ ਰਹੇ ਹੋ ਵੀ ਮੈਂ ਲਿਆ ਆ ਅਤੇ ਤੁਹਾਡੀ ਭੇਟਾ ਨਹੀਂ ਕਰੇ। ਇਹਨਾਂ ਨੂੰ ਮਹਾਰਾਜ ਤਖ਼ਤ 'ਤੇ ਖੜ੍ਹੇ ਹੋ ਗਏ, ਹੱਸਦਿਆਂ ਹੱਸਦਿਆਂ ਨੇ ਐਂ ਹੱਥ ਕਰਦੇ ਕਰਦੇ ਉਹਦੀ ਪਗੜੀ ਨੂੰ ਹੱਥ ਜ਼ੋਰ ਨਾਲ ਮਹਾਰਾਜ ਨੇ ਸਿੱਟਦਾ। ਉਹ ਸਿੱਟਣ ਦੀ ਦੇਰ ਸੀ, ਉਸੇ ਵੇਲੇ ਕੰਗਣ ਵਿੱਚੋਂ ਨਿਕਲਿਆ। ਕਹਿੰਦੇ ਕਿਉਂ ਬਈ, ਤੂੰ ਤਾਂ ਐਂ ਕਹਿੰਦਾ ਸੀਗਾ, ਸਾਨੂੰ ਕੰਗਣਾਂ ਦਾ ਲੋਭ ਨਹੀਂ, ਉਹ ਪਿਆਰੇ ਨੇ ਦੇ ਜਿਹਦੇ ਕੰਗਣ ਨੇ ਉਹਦੀ ਆਵਾਜ਼ ਸਾਡੇ ਕੋਲ ਪਹੁੰਚ ਰਹੀ ਹੈ, ਉਹਦਾ ਦਿਲ ਤੋੜ ਰਿਹਾ ਤੂੰ। ਸ਼ਰਮਿੰਦਾ ਹੋ ਗਿਆ, ਕਹਿੰਦੇ ਹੋਰ ਕੀ ਰੱਖਿਆ। ਉਹਨੇ ਕਿਹਾ ਗੁਰੂ ਤਾਂ ਜਾਣਦੇ ਹਾਂ ਚਰਨਾਂ 'ਤੇ ਢਹਿ ਪਿਆ, ਪਾਤਸ਼ਾਹ ਅਸੀਂ ਮਾੜੇ ਬੰਦੇ ਹਾਂ, ਮੈਨੂੰ ਨਹੀਂ ਸੀ ਪਤਾ ਵੀ ਗੁਰੂ ਵਿੱਚ ਸ਼ਕਤੀ ਹੁੰਦੀ ਹੈ, ਅਸੀਂ ਤਾਂ ਸਮਝਦੇ ਸੀ ਵੀ ਐਵੇਂ ਹੀ ਮੁੰਡਾ ਬਿਠਾ ਤਾ ਅਸੀਂ ਗੁਰੂਆਂ ਦਾ, ਅਤੇ ਅਸੀਂ ਉਹ ਗੁਰੂ ਬਣਾਉਣਾ ਪਬਲਿਸਿਟੀ ਕਰਕੇ। ਪਾਤਸ਼ਾਹ ਮੈਨੂੰ ਬਖਸ਼ ਲੈ। ਕਹਿੰਦੇ ਹੋਰ ਦੱਸ ਕੀ ਰੱਖਿਆ। ਕਹਿੰਦਾ 29 ਮੋਹਰਾਂ ਮੈਂ ਰੱਖੀਆਂ ਮਹਾਰਾਜ, ਉਹ ਵੀ ਮੈਂ ਘਰ ਤੋਂ ਲਿਆ ਦਿੰਦਾ, ਹੋਰ ਰੇਸ਼ਮ ਦਾ ਵਸਤਰ ਤੁਹਾਡੇ ਵਾਸਤੇ ਭੇਜਿਆ ਉਹ ਵੀ ਮੈਂ ਲਿਆ ਦਿੰਦਾ। ਮਹਾਰਾਜ ਕਹਿੰਦੇ ਸਾਨੂੰ ਧਨ ਦਾ ਲੋਭ ਨਹੀਂ ਹੈ, ਇਹ ਆਉਂਦਾ ਇਹ ਆਉਂਦਾ ਅਸੀਂ ਸਫਲ ਕਰ ਦਿੰਦੇ ਹਾਂ, ਵੱਧ ਜਾਵੇ ਅਸੀਂ ਲੁਟਾ ਵੀ ਦਿੰਦੇ ਹਾਂ। ਗੁਰੂ ਮਹਾਰਾਜ ਨੇ ਕਿੰਨਾ ਸੋਨਾ ਦਰਿਆ ਸੁੱਟਿਆ, ਉਸ ਵੇਲੇ ਦੇ ਅੰਕੜਿਆਂ ਦੇ ਹਿਸਾਬ ਨਾਲ 9 ਕਰੋੜ ਦਾ ਸੀ, ਅਤੇ ਅੱਜ ਦਾ ਭਾਅ ਲਾ ਲਓ ਤੁਸੀਂ, ਉਸ ਵੇਲੇ 5-6 ਰੁਪਈਏ ਤੋਲਾ ਹੁੰਦਾ ਸੀ ਅਤੇ ਹੁਣ 4500 'ਤੇ ਜਾ ਪਹੁੰਚਿਆ, ਆਪੇ ਹੀ ਗਿਣ ਲਿਓ ਵੀ ਕਿੰਨੇ ਅਰਬਾਂ ਦਾ ਸੀ। ਕਹਿੰਦੇ ਲੋਭ ਨਹੀਂ ਹੈ ਸਾਨੂੰ ਦਲਚਿਆ, ਇਹ ਤਾਂ ਭਾਵਨਾਵਾਂ ਨਾਲ ਆਉਂਦੀਆਂ, ਅਸੀਂ ਉਹ ਮਾਇਆ ਨੂੰ ਸਫਲ ਕਰਦੇ ਹਾਂ, ਉਹਨਾਂ ਦਾ ਬੀਜਿਆ ਹੋਇਆ ਸ਼ੁਭ ਖੇਤ 'ਚ ਬੀਜਦੇ ਹਾਂ ਤਾਂ ਕਿ ਇੱਥੇ ਵੀ ਅਤੇ ਦਰਗਾਹ ਵਿੱਚ ਵੀ ਉਹਨਾਂ ਨੂੰ ਵੱਧ ਜਾਵੇ। ਕਹਿੰਦੇ ਐਂ ਕਰ, ਹੁਣ ਉਹ ਜਿਹੜੇ ਪ੍ਰੇਮੀ ਨੇ ਭੇਜਿਆ ਉਹਦੀ ਵਿਥਿਆ ਤੂੰ ਇੱਥੇ ਸੰਗਤ ਨੂੰ ਸੁਣਾ। ਕਹਿੰਦਾ ਸੱਚੇ ਪਾਤਸ਼ਾਹ ਪਹਿਲਾਂ ਮੈਨੂੰ ਮਾਫ਼ ਕਰ। ਉਸ ਵੇਲੇ ਭਾਈ ਹਰਦਿੱਤਾ ਜੀ ਹੱਥ ਬੰਨ ਕੇ ਖੜ ਗਏ, ਕਹਿੰਦੇ ਪਾਤਸ਼ਾਹ ਸਿੱਖ ਹਮੇਸ਼ਾ ਭੁੱਲਦਾ, ਗੁਰੂ ਹਮੇਸ਼ਾ ਬਖਸ਼ਦਾ ਆ, ਕਿਰਪਾ ਕਰੋ। ਕਹਿੰਦੇ ਬਖਸ਼ ਤਾਂ ਦਿੰਦੇ ਹਾਂ, ਪਰ ਇਹ ਉਸ ਸਿੱਖ ਦੀ ਵਿਥਿਆ ਸੁਣਾਵੇ ਜਿਹਨੇ ਇਹ ਭੇਜਿਆ। ਉਸ ਵੇਲੇ ਕਹਿਣ ਲੱਗਿਆ ਕਿ ਪਾਤਸ਼ਾਹ ਇਹ ਜੋ ਵਸਤਾ ਨੇ ਮੁਲਤਾਨ ਦਾ ਮਸ਼ਹੂਰ ਸਿੱਖ ਹੈ, ਸਿੱਖੀ ਦਾ ਪ੍ਰਚਾਰ ਕਰਨ ਵਾਲਾ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਵਾਲਾ,
ਯਥਾ ਸ਼ਕਤ ਦਾਨ ਕਰਦਾ ਹੈ, ਲੰਗਰ ਚਲਾਉਂਦਾ ਹੈ, ਹੋਰ ਗੁਰਪੁਰਬ ਮਨਾਉਂਦਾ ਹੈ, ਸੇਵਾ ਬਹੁਤ ਕਰਦਾ ਹੈ, ਪਰ ਹੈ ਬੜਾ ਅਮੀਰ, ਕਾਰੋਬਾਰ ਬਹੁਤ ਸੋਹਣਾ ਚੱਲਦਾ ਹੈ। ਪਰ ਐਸਾ ਹੋਇਆ ਕਿ ਇੱਕ ਵਾਰੀ ਮੁਲਤਾਨ ਵਿੱਚ ਡਾਕਾ ਪਿਆ ਅਤੇ ਡਾਕੂ ਦਾ ਨਾਂ ਕਿਸੇ ਨੇ ਦੱਸਤਾ ਕਿ ਰੂਪਾ। ਉਸ ਵੇਲੇ ਕੁਤਵਾਲ ਇਹਨਾਂ ਨਾਲ ਖਾਰ ਖਾਂਦਾ ਸੀ, ਇਹਦੀ ਅਮੀਰੀ ਨਾਲ ਖਾਰ ਖਾਂਦਾ ਸੀ, ਕਾਜ਼ੀ ਖਾਰ ਖਾਂਦਾ ਸੀ, ਵੀ ਸਿੱਖੀ ਦਾ ਪ੍ਰਚਾਰ ਕਰਦਾ, ਕਿਤੇ ਡਿੱਕੇ ਆ ਗਿਆ ਤਾਂ ਇਸ ਨੂੰ ਅਸੀਂ ਸਜ਼ਾ ਦੇਵਾਂਗੇ। ਲੇਕਿਨ ਸੱਚੇ ਪਾਤਸ਼ਾਹ ਜੋ ਮੁਲਤਾਨ ਦਾ ਹਾਕਮ ਹੈ, ਉਹ ਬੁੱਧੀਵਾਨ ਹੈ, ਪਰਮੇਸ਼ੁਰ ਤੋਂ ਡਰਨ ਵਾਲਾ ਹੈ। ਭਾਈ ਰੂਪੇ ਨੂੰ ਫੜ ਲਿਆ ਗਿਆ। ਉਸ ਵੇਲੇ ਕੁਤਵਾਲ ਨੇ ਕੇਸ ਬਣਾ ਕੇ ਚਲਾਨ ਕਰ ਦਿੱਤਾ, ਕਾਜ਼ੀ ਦੇ ਪਾਸ ਪਹੁੰਚ ਜਾਂਦਾ ਹੈ, ਕੋਰਟ ਲੱਗ ਜਾਂਦੀ ਹੈ ਅਤੇ ਉਹ ਹਾਕਮ ਨੇ ਕਿਹਾ ਕਿ ਮੈਂ ਖੁਦ ਇਸ ਦਾ ਫੈਸਲਾ ਕਰਾਂਗਾ। ਸੱਚੇ ਪਾਤਸ਼ਾਹ ਨਜਾਇਜ਼ ਫੜਿਆ ਗਿਆ। ਉਸ ਵੇਲੇ ਭਾਈ ਰੂਪੇ ਦੇ ਮਨ ਦੇ ਅੰਦਰ ਜੋ ਲਹਿਰਾਂ ਚੱਲੀਆਂ, ਜੋ ਆਪਦੀਆਂ ਬੇਨਤੀਆਂ ਕਰੀਆਂ, ਉਹਨਾਂ ਦੇ ਵਿੱਚੋਂ ਇਸ ਤਰ੍ਹਾਂ ਦਾ ਭਾਵ ਆਉਂਦਾ ਹੈ, ਪੜੋ ਪਿਆਰ ਦੇ ਨਾਲ। ਕੋਈ ਕਿਸੇ ਦਾ ਕਿਸੇ ਦਾ ਕੋਈ ਮੇਰਾ ਤੂੰ ਹੈ ਇੱਕੋ ਮਾਲਕਾ, ਕਿਸੇ ਦਾ ਕਿਸੇ ਦਾ ਕੋਈ ਮੇਰਾ ਤੂੰ ਹੈ ਇੱਕੋ ਮਾਲਕਾ, ਸਕਲ ਦੁਆਰ ਕੁਛ
छाज कै गयो तुहारू द्वार। वह गए की लाज अस गोविंद दास द्वार। इस तरह दियां बेनतियां वार वार प्रभु अगे करदा है, क्योंकि आपनूं पता ही है कि औरंगजेब दा समां है। हिंदू तो कोई गलती हो जावे तो गलती माफ नहीं कीती जांदी, बहुत बुरी तरह दे नाल उसनूं सजावां मिलदियां है। पातशाह गवाहियां भुगतनियां शुरू हो गईयां, एक नहीं दो नहीं बेअंत गवाहियां, 80 गवाहियां उहदे खिलाफ भुगत गईयां। उस वेले जिहड़ा हाकम सी उह कहण लग्या कि रूपे हुण तां कोई शक नहीं है, ते मैं तैनूं चांस दिंदा कि तूं भी कुछ कह। कहण लग्या महाराज, सिख कदे चोरी नहीं करिया करदा, सिख कदे झूठ नहीं बोलता, सिख कदे किसे नूं पराए नूं पराई निंदिया नहीं करता, चुगली नहीं करता। साढ़े गुरु का हुक्म है, बाबा वैर ना करिए काहू घट घट अंदर वरम सवा। सिख किसे नाल वैर नहीं करता, वह तो हर रोज़ संझ सवेरे बाणी पढ़न तो बाद अंदरों कहता है नानक नाम चढ़दी कला तेरे बाणे सरबत का। सो मेरे को एक अरदास तो बगैर होर कोई चीज़ नहीं है। मैं अरदास मैं तो परमेश्वर नूं कहना मेरे को सच है, सच तो वड्डी कोई चीज़ नहीं है। सो उस वेले अंतरात्मे इस तरह दियां अरदासां करदा जिवें रखी सी द्रौपदी आके एवें मेरी लाज रख लै। द्रौपदी आके एवें मेरी लाज रख लै। ਸਾਸ ਨੇ ਮੱਥੇ ਵਾਲ ਦਰੋਪਤੀ ਆਉਂਦੀ ਜੂਏ ਵਿੱਚ ਹਾਰ ਗਏ, ਕੋਈ ਵੀ ਸਹਾਰਾ ਨਾ ਰਿਹਾ। ਪਾਂਡਵ ਆਪਣੇ ਆਪ ਨੂੰ ਵੀ ਉਹਨਾਂ ਨੇ ਹਾਰ ਦਿੱਤਾ।
ਇਸ ਨੂੰ ਵੀ ਹਾਰਤਾ, ਬੜੀਆਂ ਇਸਨੇ ਦਲੀਲਾਂ ਦਿੱਤੀਆਂ ਕੋਰਟ ਵਿੱਚ ਆ ਕੇ। ਹੁਕਮ ਹੋ ਗਿਆ ਦੂਤਾਂ ਨੂੰ, ਫਰਮਾਇਓ ਨੰਗੀ ਕਰੋ ਪੰਚਾਲੀ ਬੰਦੀ। ਕਹਿਣ ਲੱਗੀ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਉਹ ਹਾਰ ਗਏ ਫਿਰ ਉਹਨਾਂ ਦਾ ਸਾਰੀਆਂ ਚੀਜ਼ਾਂ ਤੁਸੀਂ ਲੈ ਲਈਆਂ ਅਤੇ ਮੈਨੂੰ ਕਿਵੇਂ ਹਾਰ ਦਿੱਤਾ। ਬੜਾ ਉਹਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਕਿਹਾ, ਭੀਸ਼ਮ ਪਿਤਾਮਾ ਨੂੰ ਕਿਹਾ, ਦਰੋਣਾਚਾਰੀਆਂ ਨੂੰ ਕਿਹਾ, ਕਿਰਪਾਚਾਰੀਆਂ ਨੂੰ ਕਿਹਾ, ਅਤੇ ਜੋ ਬਾਦਸ਼ਾਹ ਜੀ ਧ੍ਰਿਤਰਾਸ਼ਟਰ ਉਸ ਨੂੰ ਵੀ ਅਪੀਲ ਕੀਤੀ, ਕੋਈ ਟੱਸ ਤੋਂ ਮਸ ਨਾ ਹੋਇਆ। ਦੁਰਯੋਧਨ ਦੇ ਕ੍ਰੋਧ ਮੂਹਰੇ ਕਿਸੇ ਨੂੰ ਬੋਲਣ ਦਾ ਹੌਸਲਾ ਨਾ ਮਿਲਿਆ। ਹੁਕਮ ਦੇ ਤਾ ਕਿ ਇਹਦੇ ਵਸਤਰ ਉਤਾਰ ਦਿਉ, ਸਾਰੀ ਸਭਾ ਦੇ ਸਾਹਮਣੇ ਨਗਨ ਕਰੋ। ਇਸ ਉਸ ਵੇਲੇ ਪੰਜੇ ਪਾਂਡਵ ਵੇਖਦੇ ਔਖੜ ਰੁੱਧੀ ਨਾਰ ਜਿਨ੍ਹਾਂ ਦੀ ਹਾਰੇ ਹੋਏ ਬੈਠੇ ਨੇ, ਗੁਲਾਮ ਬਣੇ ਹੋਏ, ਕੁਛ ਨਹੀਂ ਕਰ ਰਹੇ। ਜਦ ਕੋਈ ਵੀ ਚਾਰਾ ਨਾ ਰਿਹਾ ਉਸ ਵੇਲੇ, ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋ ਇਹਨਾਂ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਵੀ ਭੱਜ ਖਲੇ। ਭੱਜੋ ਸਭੇ ਆਸਰਾ ਚੁੱਕੇ ਸਭ ਸਰਾ, ਕੋਈ ਦੁਨੀਆਂ ਦਾ ਆਸਰਾ ਬਾਕੀ ਨਾ ਰਹਿ ਜਾਵੇ। ਐਸੀ ਅਵਸਥਾ ਦੇ ਵਿੱਚ ਚਿੱਤ ਆਵੇ ਜੇ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਵੋ, ਜੇ ਪਾਰ ਬ੍ਰਹਮ ਚਿੱਤ ਆ ਜਾਵੇ ਤਾਂ ਮਹਾਰਾਜ ਕਹਿੰਦੇ ਪਿਆਰਿਓ ਫਿਰ ਤੱਤੀ ਵਾਹ ਨਹੀਂ ਲੱਗਿਆ ਕਰਦੇ। ਉਹ ਤਾਂ ਕਦੇ ਵੀ ਨਾ ਹਾਰਦਾ ਜਿਹਦੇ ਹੋ ਜਾ ਵੱਲ, ਕਦੇ ਵੀ ਨਾ ਹਾਰਦਾ ਜਿਹਦੇ ਹੋ ਜਾ ਵੱਲ, ਕਦੇ ਨਾ ਹਾਰਦਾ ਜਿਹਦੇ ਹੋ ਜਾ ਵੱਲ, ਕਦੇ ਨਾ ਹਾਰ ਸਦਾ ਭਗ ਦੀਵਾਨ ਹੈ ਹੋਂ ਤਿਸ ਨਮਸਕਾਰ। ਜਿਹਦੇ ਵੱਲ ਹੋ ਜਾਵੇ ਵਾਹਿਗੁਰੂ ਉਹਦੀ ਹਾਰ ਨਹੀਂ ਹੋਇਆ ਕਰਦੀ, ਚਾਹੇ ਸਾਰਾ ਸੰਸਾਰ ਇੱਕ ਪਾਸੇ ਹੋਵੇ। ਪ੍ਰਹਲਾਦ ਦੇ ਨਾਲ ਝਗੜਾ ਪੈ ਜਾਂਦਾ ਹੈ ਹਰਨਾਕਸ਼ ਦਾ, ਪ੍ਰਹਲਾਦ ਨਾਮ ਜਪਦਾ ਹੈ, ਉਹ ਕਹਿੰਦਾ ਰੱਬ ਹੈ ਕੋਈ ਨਹੀਂ, ਇਹ ਮੇਰੀ ਰਿਆਇਆ ਨੂੰ ਲੋਕਾਂ ਨੂੰ ਗਲਤ ਪ੍ਰਪਾਟੀ 'ਚ ਪਾ ਰਿਹਾ, ਕੋਈ ਰੱਬ ਨਹੀਂ ਹੈ ਸੰਸਾਰ ਦੇ ਅੰਦਰ, ਰਾਜਾ ਹੀ ਰੱਬ ਹੋਇਆ ਕਰਦਾ, ਜਿਹਦੇ ਹੱਥ 'ਚ ਪਾਵਰ ਹੈ ਕਿਸੇ ਨੂੰ ਮਾਰ ਦੇਵੇ ਕਿਸੇ ਨੂੰ ਜਿਉਂਦਾ ਰੱਖ ਲਵੇ। ਉਹ ਬੱਚੇ ਨਾਲ ਬੜੇ ਸਵਾਲ ਜਵਾਬ ਹੁੰਦੇ ਨੇ, ਕਹਿੰਦਾ ਪਿਤਾ ਤਾਰੇ ਕਿਹਨੇ ਬਣਾ ਤੇ, ਦਰਿਆ ਕਿਹਨੇ ਬਣਾ ਤੇ, ਪਹਾੜ ਕਿਹਨੇ ਬਣਾ ਤੇ, ਸਮੁੰਦਰ ਕਿਹਨੇ ਬਣਾ ਤੇ, ਆਹ ਬ੍ਰਹਿਮੰਡ ਕਿਸੇ ਨੇ ਰਚ ਦਿੱਤਾ। ਆਪਣੇ ਆਪ ਤਾਂ ਕੋਈ ਚੀਜ਼ ਰਚੀ ਨਹੀਂ ਜਾਂਦੀ, ਰਚਣ ਵਾਲਾ ਹੁੰਦਾ ਹਰੇਕ ਚੀਜ਼ ਦਾ, ਕਰਤੇ ਤੋਂ ਬਗੈਰ ਕਿਰਤ ਅੱਜ ਤੱਕ ਨਹੀਂ ਹੋਈ, ਕਿਰਤ ਕਰਤਾ ਹੁੰਦਾ ਹੈ।
ਅਤੇ ਫਿਰ ਮੇਰੇ ਨੇਤਰ ਖੁੱਲ੍ਹੇ ਨੇ, ਮੈਨੂੰ ਪਰਮੇਸ਼ੁਰ ਘੱਟ ਘੱਟ ਦੇ ਵਿੱਚ ਵਿਆਪਕ ਨਜ਼ਰ ਆਉਂਦਾ। ਤੂੰ ਕਹਿੰਦਾ ਹੈ ਨਹੀਂ, ਤੇਰੇ ਨੇਤਰ ਬੰਦ ਨੇ। ਉਹ ਝਗੜਾ ਇੰਨਾ ਵਧਿਆ ਕਿ ਪ੍ਰਹਲਾਦ ਨੂੰ ਵੱਡੀਆਂ ਅਤੇ ਵੱਡੀਆਂ ਸਜਾਵਾਂ ਦਿੱਤੀਆਂ ਨੇ, ਜ਼ਹਿਰੀਲੇ ਨਾਗਾਂ ਦੇ ਵਿੱਚ ਬਿਠਾ ਦਿੱਤਾ ਵੀ ਆਪੇ ਨਾਗ ਕੱਟਣਗੇ, ਮਰ ਜਾਏਗਾ। ਸਜ਼ਾ ਹੋਇਆ ਕਰਦੀ ਸੀ ਉਹਨਾਂ ਦਿਨਾਂ 'ਚ। ਸਵੇਰੇ ਆ ਕੇ ਦੇਖਦੇ ਨੇ ਨਾਗ ਖੇਲ ਕਰ ਰਹੇ ਨੇ, ਉਹਨੂੰ ਕੁਛ ਕਹਿ ਨਹੀਂ ਰਹੇ। ਕੱਢ ਲਿਆ ਹਨੇਰੀ ਘੋਲੜੀ ਦੇ ਵਿੱਚ, ਤਹਿਖਾਨੇ 'ਚ ਬੰਦ ਕਰਤਾ। ਉੱਥੇ ਵੀ ਦੇਖਦੇ ਹਾਂ ਵੀ ਇਹਦੇ ਅੰਦਰ ਤਾਂ ਕੋਈ ਪ੍ਰਕਾਸ਼ ਹੋ ਰਿਹਾ, ਇਹਨੂੰ ਤਾਂ ਹਨੇਰਾ ਲੱਗੇ ਨਹੀਂ ਰਿਹਾ। ਪਹਾੜ ਤੋਂ ਸਿੱਟਦੇ ਨੇ, ਗ੍ਰੈਵੀਟੇਸ਼ਨ ਦੀ ਸ਼ਕਤੀ ਬਦਲ ਗਈ। ਇੱਕ ਥਾਂ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਅੱਗ ਨੇ ਕਿਉਂ ਨਾ ਜਾਲਿਆ, ਪਾਣੀ ਨੇ ਕਿਉਂ ਨਾ ਡੋਬਿਆ, ਪਹਾੜ ਤੋਂ ਸਿੱਟ ਕੇ ਉਹਦੇ ਸੱਟਾਂ ਕਿਉਂ ਨਾ ਲੱਗੀਆਂ। ਗਿਰ ਤਰ ਜਵਾਲਾ ਪੈ ਰੱਖਿਓ, ਰਾਜਾ ਰਾਮ ਮਾਇਆ ਫੇਰੀ। ਵਾਹਿਗੁਰੂ ਨੇ ਜਿਹੜਾ ਪ੍ਰਕਿਰਤੀ ਦਾ ਅਸੂਲ ਸੀ ਫੇਰ ਦਿੱਤਾ ਉਹਦੇ ਵਾਸਤੇ। ਪਾਣੀ ਡੋਬਦਾ ਨਹੀਂ ਹੈ, ਜਲ ਅਗਨੀ ਵਿੱਚ ਕੱਟਿਆ, ਜਲੇ ਨੂੰ ਡੁੱਬੇ ਗੁਰਪ੍ਰਸਾਦ। ਉਹਦੀ ਉਹ ਪਾਈ ਹੋਈ ਸ਼ਕਤੀ ਹੈ, ਉਹਨੇ ਸ਼ਕਤੀ ਦਾ ਉਹਦਾ ਕੰਮ ਅੱਗ ਦਾ ਜਾਲਣ ਦਾ ਅਤੇ ਪਾਣੀ ਦਾ ਡੋਬਣ ਦਾ, ਗ੍ਰੈਵਿਟੀ ਦਾ ਸਾਰੇ ਹੀ ਅਸੂਲ ਕੱਟ ਕੇ ਉਹਦੀ ਰਾਖੀ ਕੀਤੀ ਹਰ ਥਾਂ 'ਤੇ। ਅਖੀਰ ਥੰਮ ਤਪਾ ਲਿਆ, ਕਹਿਣ ਲੱਗਿਆ ਮੇਰੇ ਸਾਹਮਣੇ ਇਹਨੂੰ ਪਾ। ਕਿੰਨੀ ਕਿੰਨੀ ਦੂਰ ਤੱਕ ਸੇਕ ਮਾਰਦਾ, ਨੇੜੇ ਨਹੀਂ ਕੋਈ ਜਾ ਸਕਦਾ, ਲਾਲ ਸੁਰਖ ਹੋਇਆ। ਕਹਿੰਦਾ ਇਹਦੇ ਵਿੱਚ ਵੀ ਹੈ, ਕਹਿੰਦਾ ਕੋਈ ਥਾਂ ਹੈ ਹੀ ਨਹੀਂ ਪਿਤਾ ਜੀ, ਕਿਉਂ ਗਲਤੀ ਕਰਦਾ, ਕੋਈ ਥਾਂ ਐਸੀ ਨਹੀਂ ਜਿੱਥੇ ਵਾਹਿਗੁਰੂ ਨਾ ਹੋਵੇ, ਉਹਦੇ ਬਗੈਰ ਕੋਈ ਥਾਂ ਨਹੀਂ ਹੈ। ਤਿਸ ਤੇ ਭਿੰਨ ਨਾ ਹੀ ਕੋ ਥਾਂ, ਕੋਈ ਭਿੰਨ ਥਾਂ ਹੋਵੇ ਤਾਂ ਮੈਂ ਦੱਸਾਂ। ਆਹ ਕੀ ਤੂੰ ਪੁੱਛਦੇ, ਜਾ ਕੇ ਜੱਫੀ ਪਾ ਲਈ। ਹੈਰਾਨ ਹੋ ਗਿਆ ਵੀ ਇਹ ਤਾਂ ਠੀਕ ਜਲਿਆ ਹੀ ਨਹੀਂ ਹੈ। ਕਹਿਣ ਲੱਗਿਆ ਇਹਦੇ ਅੰਦਰ ਕੋਈ ਜਾਦੂ ਹੈ, ਕੋਈ ਕਲਾਮ ਹੈ, ਕਿਉਂਕਿ ਨਾਰਦ ਕੋਲ ਪਲਿਆ ਹੈ। ਮੈਨੂੰ ਦੱਸ ਇਹਦੇ 'ਚ ਰੱਬ ਹੈ। ਕਹਿੰਦਾ ਹਾਂ। ਕ੍ਰੋਧ 'ਚ ਆਇਆ ਹੋਇਆ ਜਾ ਕੇ ਗੁਰਜ ਮਾਰੀ, ਚਾਰ ਹਿੱਸਿਆਂ 'ਚ ਫਾਟ ਕੇ ਕੀ ਦੇਖਦਾ, ਛਾਲਾਂ ਮਾਰਦਾ ਨਿਕਲਦਾ ਅੱਧਾ ਆਦਮੀ ਅੱਧਾ ਸ਼ੇਰ। ਹਰ ਯੁੱਗ ਯੁੱਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਨਾਕਿਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ। ਉਹਦੇ ਵੱਲ ਹੋ ਗਿਆ ਬੱਚੇ ਦੇ, ਨਹੀਂ ਹਾਰ ਹੋਈ। ਭਾਈ ਤਲੋਕਾ ਗਜਨੀ ਦੇ ਵਿੱਚ ਨਵਾਬ ਦੀਆਂ ਫੌਜਾਂ ਦਾ ਜਰਨੈਲ ਹੈ, ਨਵਾਬ ਦਾ ਬੜਾ ਟਰਸਟਡ ਬੰਦਾ। ਦੋ ਗੱਲਾਂ ਕਰਕੇ, ਇੱਕ ਤਾਂ ਉਹਦਾ ਸੁਭਾਏ ਬਹੁਤ ਚੰਗਾ ਸੀ, ਦੂਸਰਾ ਨਵਾਬ ਨੂੰ ਇਹ ਪਤਾ ਸੀ ਵੀ ਇਹ ਸਿੱਖ ਹੈ ਗੁਰੂ ਨਾਨਕ ਦਾ। ਸਿੱਖ ਜੋ ਹੈ ਕਦੇ ਵਫਾਦਾਰੀ ਤੋਂ ਦੂਰ ਨਹੀਂ ਹੁੰਦਾ, ਇਹ ਹਮੇਸ਼ਾ ਵਫਾਦਾਰ ਹੁੰਦਾ, ਇਹ ਕਿਰਤਕਾਨ ਨਹੀਂ ਬਣਦਾ। ਜੇ ਕਹੋ ਵੀ ਸਾਰੇ ਸਿੱਖ ਇਸ ਤਰ੍ਹਾਂ ਨਹੀਂ, ਜਿਹੜਾ ਜੁੜਿਆ ਹੋਇਆ ਗੁਰੂ ਦੇ ਨਾਲ, ਜਿਹਦੇ ਅੰਦਰ ਨਾਮ ਦੀ ਰੌ ਚੱਲਦੀ ਹੈ, ਜਿਹਦੇ ਨੇਤਰ ਖੁੱਲ੍ਹੇ ਹੋਏ ਨੇ, ਜਿਸ ਨੂੰ ਸਿੱਖੀ ਦਾ ਦਰਜਾ ਪ੍ਰਾਪਤ ਹੈ। ਪੰਜ ਤਰ੍ਹਾਂ ਦੀ ਸਿੱਖੀ ਦੱਸੀ ਹੈ ਮਹਾਰਾਜ ਨੇ, ਵੇਖਦੀ ਸਿੱਖੀ ਹੈ, ਦੇਖਾ ਦੇਖੀ ਦੀ ਸਿੱਖੀ ਹੈ, ਹਿਰਸ ਦੀ ਸਿੱਖੀ ਹੈ, ਭਾਵਨੀ ਦੀ ਅਤੇ ਸਿਦਕ ਦੀ। ਭਾਵਨੀ ਅਤੇ ਸਿਦਕ ਵਾਲਾ ਪ੍ਰਵਾਨ ਹੁੰਦਾ ਹੈ, ਤਿੰਨ ਜਿਹੜੇ ਨੇ ਉਹ ਭੇਖਾ ਪੇਖੀ ਵਾਲੇ, ਉਹ ਨਹੀਂ ਕਿਸੇ ਕੰਮ ਦੇ ਹੁੰਦੇ, ਉਹਦਾ ਆਪਣਾ ਮਤਲਬ ਕੱਢਣ ਵਾਸਤੇ ਭੇਖਤਾ ਰਿਹਾ ਹੁੰਦਾ। ਸੋ ਪੂਰਨ ਗੁਰਸਿੱਖ ਸੀ, ਗੁਰਸਿੱਖ ਦੇ ਉੱਤੇ ਵਿਸ਼ਵਾਸ ਹੁੰਦਾ ਸਾਰੀ ਸ੍ਰਿਸ਼ਟੀ ਨੂੰ, ਗੁਰਸਿੱਖ ਧੋਖਾ ਨਹੀਂ ਦਿੰਦਾ। ਉਸਨੇ ਕਿਹਾ ਆਪਣਾ ਨਿੱਜੀ ਬੋਡੀਗਾਰਡ ਦੇ ਵਿੱਚ ਜਨਰਲ ਰੱਖਿਆ ਉਹਨੂੰ। ਬਥੇਰਾ ਇਸਲਾਮ ਵਾਲਿਆਂ ਨੇ ਕਿਹਾ ਕਿ ਹਿੰਦੂ ਹੈ ਜਾਤ ਦਾ, ਇਹ ਧੋਖਾ ਦੇਵੇਗਾ। ਉਹ ਕਹਿੰਦਾ ਬਿਲਕੁਲ ਨਹੀਂ ਧੋਖਾ ਦਿੰਦਾ, ਇਹ ਗੁਰੂ ਦਾ ਸਿੱਖ ਹੈ, ਸਿੱਖ ਜਿਹੜਾ ਉਹ ਕਦੇ ਧੋਖਾ ਨਹੀਂ ਦੇਵੇਗਾ। ਸੋ ਉਸ ਵੇਲੇ ਇੱਕ ਮੁਹਿੰਮ ਦੇ ਅੰਦਰ ਐਸੀ ਕੋਈ ਘਟਨਾ ਵਾਪਰੀ ਕਿ ਇਸ ਨੂੰ ਇਹ ਪਸ਼ਚਾਤਾਪ ਲੱਗਿਆ ਭਾਈ ਤਲੋਕੇ ਨੂੰ, ਅਤੇ ਉਹਨੇ ਕਾਠ ਦੀ ਤਲਵਾਰ ਧਾਰਨ ਕਰ ਲਈ। ਚੁਗਲ ਨੂੰ ਜਦ ਪਤਾ ਲੱਗਿਆ, ਉਹਨੇ ਕਿਹਾ ਵੀ ਇੱਦੋਂ ਵਧੀਆ ਮੌਕਾ ਨਹੀਂ ਫੇਰ ਮਿਲਣਾ, ਅਤੇ ਹੁਣ ਇਹਨੂੰ ਫਸਾਓ। ਉਸ ਵੇਲੇ ਚੁਗਲੀ ਕਰਤੀ ਕਿ ਨਵਾਬ ਸਾਹਿਬ ਜਿਸ ਦੇ ਜਨਰਲ ਕਾਠ ਦੀ ਤਲਵਾਰ ਪਾਵੇ ਅਤੇ ਫਿਰ ਕੋਈ ਸੰਕਟ ਆ ਬਣੇ ਅਤੇ ਉਹ ਤੁਹਾਡੀ ਰਾਖੀ ਕਿਵੇਂ ਕਰੇਗਾ, ਤੁਸੀਂ ਉਹਦੇ 'ਤੇ ਭਰੋਸਾ ਕਰਕੇ ਉਸ ਨੂੰ ਆਪਣਾ ਨਿੱਜੀ ਬੋਡੀਗਾਰਡ ਦੇ ਵਿੱਚ ਜਨਰਲ ਬਣਾਇਆ, ਤੁਸੀਂ ਆਪਣੀ ਸਿਕਿਉਰਿਟੀ ਰਿੰਗ ਦਾ ਉਹਨੂੰ ਇੰਚਾਰਜ ਬਣਾਇਆ, ਉਹ ਆਪ ਇਹ ਗਲਤ ਹੈ, ਤੁਹਾਡੀ ਰਾਖੀ ਕੀ ਕਰੇਗਾ।
ਕਹਿਣ ਲੱਗੇ ਹੋ ਨਹੀਂ ਸਕਦਾ ਕਿ ਭਾਈ ਤਰੋਕਾ ਐਸੀ ਗੱਲ ਕਰੇ। ਕਹਿਣ ਲੱਗਿਆ ਮਹਾਰਾਜ ਮੈਨੂੰ ਕੋਈ ਵੱਡੇ ਤੇ ਵੱਡਾ ਡੰਨ ਦੇ ਦਿਓ, ਜੇ ਮੈਂ ਗਲਤ ਹੋਇਆ, ਜੇ ਉਹ ਗਲਤ ਹੋਇਆ। ਨਵਾਬ ਕਹਿਣ ਲੱਗਿਆ ਦੇਖ, ਜੇ ਉਹਨੇ ਮੇਰੇ ਨਾਲ ਟ੍ਰੈਚਰੀ ਕਰੀ, ਧੋਖਾ ਦਿੱਤਾ, ਸਜਾਏ ਮੌਤ ਉਹਨੂੰ ਹੋਏਗੀ, ਜੇ ਤੈਂ ਗਲਤ ਬੋਲਿਆ ਤਾਂ ਤੈਨੂੰ ਹੋਏਗੀ। ਹੁਣ ਸੋਚ ਲੈ। ਕਹਿਣ ਲੱਗਿਆ ਮੈਂ 100% ਠੀਕ ਹਾਂ। ਉਸ ਵੇਲੇ ਨਵਾਬ ਨੇ ਭਾਈ ਤਰੋਕੇ ਨੂੰ ਬੁਲਾਇਆ, ਕਹਿਣ ਲੱਗੇ ਭਾਈ ਤਰੋਕਾ ਮੈਂ ਹੁਣੇ ਹੀ 5 ਮਿੰਟ ਦੇ ਅੰਦਰ ਅੰਦਰ ਸਾਰੀ ਫੌਜ ਦਾ ਇੰਸਪੈਕਸ਼ਨ ਕਰਨਾ ਚਾਹੁੰਦਾ, ਸਾਰੀ ਫੌਜ ਹੁਣੇ ਫਾਲਨ ਕਰੋ ਜਾ ਕੇ। ਨਵਾਬ ਨਾਲ ਤੁਰ ਪੈਂਦਾ ਹੈ ਅਤੇ ਪਰੇਡ ਗਰਾਊਂਡ ਬਿਗਲ ਵੱਜ ਜਾਂਦਾ ਹੈ, ਸਾਰੀ ਫੌਜ ਇਕੱਠੀ ਹੋ ਜਾਂਦੀ ਹੈ 5 ਮਿੰਟਾਂ ਦੇ ਅੰਦਰ। ਉਹਨੇ ਕਿਹਾ ਕਿ ਮੈਂ ਸ਼ਸਤਰ ਦੇਖਣੇ ਚਾਹੁੰਦਾ ਸਾਰਿਆਂ ਦੇ, ਜੁੱਧਾਂ ਜੰਗਾਂ ਦੇ ਅੰਦਰ ਬਹੁਤ ਸਾਰੇ ਟੁੱਟ ਚੁੱਕੇ ਨੇ, ਕੱਟ ਲੱਗੇ ਹੋਏ ਨੇ, ਵਰਛਿਆਂ ਦੀਆਂ ਆਣੀਆਂ ਟੁੱਟੀਆਂ ਹੋਈਆਂ ਅਤੇ ਤਲਵਾਰਾਂ ਦੇ ਧਾਰਾਂ ਦੇ ਉੱਤੇ ਕੱਟ ਲੱਗੇ ਹੋਏ ਨੇ, ਸੋ ਹੁਕਮ ਦੇ ਕਾਸ਼ਨ ਦੇ ਕੇ ਸਾਰੇ ਹਥਿਆਰ ਕੱਢੋ, ਤੁਸੀਂ ਵੀ ਖੜ੍ਹ ਜਾਓ ਜਾ ਕੇ ਲਾਈਨ। ਸਾਰਿਆਂ ਦੇ ਹਥਿਆਰ ਨਵਾਬ ਕਾਲੀ ਕਾਲੀ ਦੂਰੋਂ ਦੂਰੋਂ ਦੇਖਦਾ ਹੋਇਆ ਭਾਈ ਤਲੋਕੇ ਵੱਲ ਨੂੰ ਵੱਧ। ਉਸ ਵੇਲੇ ਭਾਈ ਤਲੋਕਾ ਗੁਰੂ ਮਹਾਰਾਜ ਦੇ ਚਰਨਾਂ 'ਚ ਪਹੁੰਚ ਜਾਂਦਾ, ਗੁਰੂ 6ਵੇਂ ਪਾਤਸ਼ਾਹ, 5ਵੇਂ 6ਵੇਂ ਪਾਤਸ਼ਾਹ ਮਹਾਰਾਜ ਕਾਲ ਤਖ਼ਤ 'ਤੇ ਬਿਰਾਜਮਾਨ ਨੇ। ਉਸ ਵੇਲੇ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ, ਇਸ ਵੇਲੇ ਮੇਰੇ ਮਨ 'ਚ ਕੋਈ ਖਟਾਈ ਨਹੀਂ ਹੈ, ਤੂੰ ਜਾਣਦਾ। ਮੈਂ ਜਿਸ ਕਾਰਨ ਇਹ ਕਾਠ ਦੀ ਤਲਵਾਰ ਤਲਵਾਰ ਧਾਰਨ ਕਰੀ ਹੈ ਉਹ ਵੀ ਤੂੰ ਜਾਣਦਾ। ਮੈਂ ਤੇਰਾ ਸਿੱਖ ਹਾਂ, ਇਹਨੇ ਸਿੱਖ ਜਾਣ ਕੇ ਮੇਰੇ 'ਤੇ ਵਿਸ਼ਵਾਸ ਕਰਿਆ। ਹੁਣ ਪਾਤਸ਼ਾਹ ਤੇਰੀ ਕਿਰਪਾ ਹੈ, ਨਹੀਂ ਸਿੱਖੀ ਬਦਨਾਮ ਹੋ ਜਾਏਗੀ। ਅਰਦਾਸਾਂ ਕਰਦਾ ਇਸ ਤਰ੍ਹਾਂ, ਰੱਖੀ ਮਾਲਕਾ ਪੈਜ ਨਾਮ ਆਪਣੇ, ਰੱਖੀ ਮਾਲਕਾ ਪੈਜ ਨਾਮ ਆਪਣੇ, ਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾ। ਹੇ ਪਾਤਸ਼ਾਹ ਮੇਰੀ ਹੁਣ ਭੈਜ ਰੱਖ ਲਓ, ਜਿਸ ਤਰ੍ਹਾਂ ਆਪਨੇ ਡੁੱਬਦਾ ਹੋਇਆ ਹਾਥੀ ਬਚਾਇਆ ਸੀ ਤੰਦੂਏ ਦੇ ਤੰਦ ਕੱਟ ਕੇ,
ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲਓ ਬੰਨੋ, ਰਾਮ ਕਹਿਤ ਬੰਧਨ ਤੇ ਟੁੱਟ। ਉਸੇ ਵੇਲੇ ਜਾਦੇ ਦੀ ਵਾਰੀ ਆਉਂਦੀ ਹੈ, ਕਹਿੰਦੇ ਭਾਈ ਤਲੋਕੇ ਸਾਵਧਾਨ ਹੋ ਜਾ। ਉਸ ਵੇਲੇ ਨਵਾਬ ਆਪਣੇ ਕਹਿਣ ਲੱਗਿਆ ਕਿ ਆਪਣੀ ਤਲਵਾਰ ਕੱਢ, ਇੱਧਰੋਂ ਇਹ ਤਲਵਾਰ ਕੱਢਦਾ, ਉੱਧਰਲੇ ਪਾਸੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਅਕਾਲ ਤਖ਼ਤ 'ਤੇ ਖੜ੍ਹੇ ਹੋ ਕੇ ਇੱਕਦਮ ਤਲਵਾਰ ਬਾਹਰ ਕੱਢ ਲੈਂਦੇ। ਸ਼੍ਰੀ ਸਾਹਿਬ ਬਾਹਰ ਕੱਢਦੇ ਨੇ, ਨਵਾਬ ਦੋ ਕਦਮ ਪਿੱਛੇ ਹੋ ਗਿਆ ਦੇਖ ਕੇ ਵੀ ਇੰਨੀ ਚਮਕ, ਬਹੁਤ ਪ੍ਰਸੰਨ ਹੋਇਆ। ਕਹਿਣ ਲੱਗੇ ਭਾਈ ਤਲੋਕਾ, ਇੰਨੀ ਸੋਹਣੀ ਤਲਵਾਰ ਤਾਂ ਕਿੱਥੋਂ ਲੈ ਲਈ, ਕਿਹੋ ਜਿਹਾ ਸਟੀਲ ਲੱਗਿਆ ਹੋਇਆ, ਫਲਾਦ ਸੁੱਚਾ ਲੱਗਿਆ ਹੋਇਆ। ਬੜੀ ਤਾਰੀਫ ਕਰੀ ਉਸਨੇ, ਅਤੇ ਨਾਲ ਦੀ ਨਾਲ ਕਹਿਣ ਲੱਗਿਆ ਕਿ ਭਾਈ ਤਲੋਕਾ, ਅੱਜ ਤੋਂ ਬਾਅਦ ਤੇਰੀ ਤਨਖਾਹ ਅਸੀਂ ਦੁੱਗਣੀ ਕਰਦੇ ਹਾਂ, ਹਾਰ ਨਹੀਂ ਹੋਇਆ ਕਰਦੀ, ਇਸ ਤਰ੍ਹਾਂ ਫਰਮਾਨ ਕਰਦੇ ਹਾਂ। ਸੁਖ ਦੁੱਖ ਕੈਸਾ ਪਾਵੇ ਜਿਹਦਾ ਰਾਖਾ ਹੈ ਪਰਮਾਤਮਾ, ਸੁਖ ਦੁੱਖ ਕੈਸਾ ਪਾਵੇ ਜਿਹਦਾ ਰਾਖਾ ਹੈ ਪਰਮਾਤਮਾ, ਕੈਸਾ ਪਾਵੇ ਜਿਹਦਾ ਰਾਖਾ ਹੈ ਪਰਮਾਤਮਾ, ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਰਾਖਾ ਹੈ ਪ੍ਰਭੂ, ਚੁਗਲ ਨੂੰ ਦੰਡ ਮਿਲਦਾ ਹੈ ਅਤੇ ਇਸ ਨੂੰ ਪ੍ਰਮੋਸ਼ਨ ਮਿਲਦੀ ਹੈ। ਸੋ ਜਿਸਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਦਰੋਪਦੀ ਅਰਦਾਸਾਂ ਕਰਦੀ ਹੈ, ਹੇ ਪ੍ਰਭੂ ਹੁਣ ਕੋਈ ਨਹੀਂ ਤੇਰੇ ਬਿਲਾ, ਅੱਖੀਂ ਮੀਟ ਧਿਆਨ ਤਰ, ਹਾਹਾ ਕ੍ਰਿਸ਼ਨ ਕਰੇ ਬਿਲਾਂ ਦੀ। ਆਵਾਜ਼ ਦੇਤੀ ਪ੍ਰਭੂ ਨੂੰ, ਹੇ ਪ੍ਰਭੂ ਹੁਣ ਤੇਰੇ ਬਗੈਰ ਕੋਈ ਨਹੀਂ, ਤੂੰ ਹੀ ਮੇਰੀ ਰਾਖੀ ਕਰ ਸਕਦਾ। ਉਸ ਵੇਲੇ ਕੀ ਕੌਤਕ ਵਰਤਦਾ, ਕੱਪੜਾ ਹੀ ਨਹੀਂ ਲੈ ਰਿਹਾ ਉਸਦਾ, ਖਿੱਚੀ ਜਾਂਦਾ। ਦਸਵੇਂ ਗ੍ਰੰਥ 'ਚ ਲਿਖਿਆ ਹੋਇਆ ਕ੍ਰਿਸ਼ਨਾ ਅਵਤਾਰ 'ਚ ਕਿ ਸੱਤ ਦਿਨ ਦੋਏ ਭਾਈ ਖਿੱਚਦੇ ਰਹੇ, ਦੋਏ ਬੇਹੋਸ਼ ਹੋ ਕੇ ਗਿਰ ਗਏ ਅਤੇ ਕੱਪੜਾ ਨਹੀਂ ਲਿਆ, ਕੱਪੜਾ ਇੰਨਾ ਹੋ ਗਿਆ ਕਿਤੇ ਧਰਨ ਨੂੰ ਥਾਉ ਨਾ ਰਿਹਾ, ਕੱਪੜ ਕੋਟ ਸਾਰਿਆਂ ਥੱਕੇ ਦੂਤ ਨਾ ਪਾਰ ਪਰਾਂਦੇ, ਹੱਥ ਮਰੋੜਨ ਸਿਰ ਧੁਨਣ ਪੱਛੋ ਤਾਨ ਕਰਨ ਜਾਇ ਜਾਂਦੀ। ਭਾਈ ਰੂਪਾ ਕਹਿੰਦੇ, ਹੇ ਅਕਾਲ ਪੁਰਖ, ਤੂੰ ਜਿਸਦਾ ਕੋਈ ਨਾ ਹੋਵੇ, ਸੱਤ 'ਤੇ ਖੜਾ ਹੋਵੇ, ਤੂੰ ਉਹਦੀ ਰਾਖੀ ਕਰਦਾ, ਮੇਰੇ ਕੋਲ ਤਾਂ ਹੁਣ ਕੋਈ ਸਬੂਤ ਹੈ ਨਹੀਂ। ਮੇਰੇ ਕੋਲ ਜੇ ਸਬੂਤ ਹੈ ਤਾਂ ਕੇਵਲ ਤੇਰਾ ਹੈ, ਮੇਰਾ ਇਸ ਵੇਲੇ ਹੋਰ ਕੋਈ ਨਹੀਂ ਤੇਰੇ ਤੋਂ ਬਗੈਰ, ਕਿਰਪਾ ਕਰ। ਉਸ ਵੇਲੇ ਜਦ ਗਵਾਹੀਆਂ ਹੋ ਚੁੱਕੀਆਂ,
ਕਾਜੀ ਕਹਿਣ ਲੱਗਿਆ ਕਿ ਨਵਾਬ ਸਾਹਿਬ ਹੁਣ ਤਾਂ ਦੇਰ ਕਰਨ ਦੀ ਲੋੜ ਹੀ ਨਹੀਂ ਹੈ, ਕੋਈ ਇਹਦੀ ਸਫਾਈ ਦਾ ਗਵਾਹ ਨਹੀਂ ਪੇਸ਼ ਹੋ ਰਿਹਾ। ਉਹ ਕਹਿਣ ਲੱਗਿਆ ਦੇਖੋ ਮੈਨੂੰ ਪੁੱਛ ਲੈਣ ਦੇ। ਕਹਿਣ ਲੱਗੇ ਕਿਉਂ ਭਾਈ ਰੂਪਾ, ਇੱਕ ਪਾਸੇ ਤਾਂ ਤੇਰੀ ਰਿਪੋਰਟ ਹੈ ਕਿ ਤੂੰ ਧਨਾੜ ਹੈ, ਲੋਕਾਂ ਦੇ ਉੱਤੇ ਬੜੇ ਪਰਉਪਕਾਰ ਦੇ ਕੰਮ ਕਰਦਾ ਹੈ, ਬਹੁਤ ਸਾਰੀਆਂ ਸਹਾਇਤਾ ਦਿੰਦਾ, ਭੁੱਖੇ ਨੂੰ ਅੰਨ ਦਿੰਦਾ, ਨੰਗੇ ਨੂੰ ਕੱਪੜਾ ਦਿੰਦਾ, ਮੇਰਾ ਅੰਦਰੋਂ ਤਾਂ ਮਨ ਨਹੀਂ ਮੰਨਦਾ ਬਈ ਤੂੰ ਚੋਰ ਹੈ ਡਾਕੂ ਹੈ, ਪਰ ਪਿਆਰਿਆ ਮੈਂ ਵੀ ਕੀ ਕਰ ਸਕਦਾ, ਕਾਨੂੰਨ ਦੇ ਹਿਸਾਬ ਨਾਲ ਤੇਰੀਆਂ ਗਵਾਹੀਆਂ ਸਾਰੀਆਂ ਤੇਰੇ ਉਲਟ ਪੇਸ਼ ਹੋ ਗਈਆਂ ਨੇ, ਅਤੇ ਤੂੰ ਵੀ ਕੋਈ ਗਵਾਹੀ ਪੇਸ਼ ਕਰ। ਕਹਿਣ ਲੱਗਿਆ ਨਵਾਬ ਸਾਹਿਬ ਸਾਰੇ ਡਰੇ ਹੋਏ ਨੇ ਤੁਹਾਡੇ ਸ਼ਾਸਨ ਤੋਂ, ਜੇ ਮੈਂ ਇਹ ਕਹਾਂ ਬੁਰਾ ਨਾ ਮੰਨਿਓ, ਇਹ ਜੇ ਕੋਈ ਮੇਰੀ ਗਵਾਹੀ ਦੇਣ ਲੱਗਿਆ ਕੁਤਵਾਲ ਸਾਹਿਬ ਨੇ ਉਸ ਨੂੰ ਉਸੇ ਵੇਲੇ ਫੜ ਲੈਣਾ, ਕੋਈ ਮੁਕੱਦਮਾ ਬਣਾ ਦੇਣਾ, ਜਾਂ ਇਸਲਾਮ ਵਿੱਚ ਲੈ ਜਾਣਗੇ ਜਾਂ ਉਹਨੂੰ ਮਾਰ ਦੇਣਗੇ। ਅਤੇ ਹਾਲਤ ਜਿਹੜੀ ਹੈ ਸਾਡੇ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤੀ ਹੈ, ਸਾਰੇ ਕੂੜ ਦਾ ਹੋ ਗਿਆ ਵਰਤਾਰਾ, ਸੱਚ ਵਾਲਾ ਕਾਲ ਪੈ ਗਿਆ, ਕੂੜ ਦਾ ਹੋ ਗਿਆ ਵਰਤਾਰਾ, ਸੱਚ ਵਾਲਾ ਕਾਲ ਪੈ ਗਿਆ, ਜੋ ਸੱਚ ਨੂੰ ਪ੍ਰਗਟ ਕਰਨ ਵਾਲੇ ਬੰਦੇ ਨੇ ਉਹ ਸਾਰੇ ਡਰੇ ਹੋਏ ਨੇ, ਕੋਈ ਸਾਹਮਣੇ ਆਉਣ ਨੂੰ ਤਿਆਰ ਨਹੀਂ ਹੈ। ਡਰਨਾ ਹੋਵੇ ਤਾਂ ਅਸੀਂ ਕੀ, ਮੈਂ ਹਜ਼ਾਰ ਗਵਾਹੀ ਭੁਗਤਾ ਦਾ। ਇਸ ਵੇਲੇ ਤਾਂ ਜੇ ਕੋਈ ਗਵਾਹੀ ਹੈ ਮੇਰੇ ਸੱਚ ਦੀ ਗਵਾਹੀ ਹੈ, ਹੋਰ ਕੋਈ ਗਵਾਹੀ। ਕਹਿਣ ਲੱਗਿਆ ਨਵਾਬ ਕਾਜ਼ੀ ਨੂੰ ਕਿ ਦੇਖੋ ਅਸੀਂ ਗਵਾਹੀਆਂ ਭੁਗਤੀਆਂ ਨੇ ਇਹਦੇ ਖਿਲਾਫ਼, ਕਾਨੂੰਨੀ ਤੌਰ 'ਤੇ ਇਹਨੂੰ ਸਜ਼ਾ ਮਿਲਣੀ ਹੈ ਕਿ ਚੌਕ ਦੇ ਵਿੱਚ ਇਸ ਨੂੰ ਗੱਡ ਕੇ ਕੁੱਤੇ ਲਾ ਕੇ ਇਹਨੂੰ ਜਿਉਂਦੇ ਨੂੰ ਪੜਵਾਇਆ ਜਾਏਗਾ।
ਕਹਿਣ ਲੱਗੇ ਭਾਈ ਰੂਪਾ ਸਜ਼ਾ ਇੰਨੀ ਸਖ਼ਤ ਮਿਲਣੀ ਹੈ, ਤੂੰ ਕੋਈ ਚਾਰਾ ਨਹੀਂ ਕਰਦਾ। ਕਹਿੰਦਾ ਮਹਾਰਾਜ ਮੈਂ ਚਾਰਾ ਕੀ ਕਰਾਂ, ਕੋਈ ਸੱਚ ਦੇ ਸੱਚ ਦੀ ਕੀਮਤ ਦੇਣ ਨੂੰ ਤਿਆਰ ਨਹੀਂ, ਸੰਸਾਰ ਦਵੇਲ ਹੋ ਚੁੱਕਿਆ, ਮੌਤ ਦਾ ਡਰ ਹਰੇਕ ਦੇ ਸਿਰ ਦੇ ਉੱਤੇ ਹੈ। ਕਹਿੰਦੇ ਤੈਨੂੰ ਨਹੀਂ ਡਰ ਲੱਗਦਾ? ਕਹਿੰਦੇ ਮੇਰਾ ਗੁਰੂ ਤਾਂ ਇਹ ਕਹਿੰਦਾ ਸੋ ਡਰੇ ਜੋ ਪਾਪ ਕਮਾਉਂਦਾ ਧਰਮੀ ਵਿਕਸੇਤ, ਡਰਦੇ ਉਹਨੇ ਜਿਹੜੇ ਪਾਪ ਕਰਦੇ ਨੇ। ਜਿਹੜਾ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਦੇਖਦਾ ਹੈ ਉਹਨੂੰ ਤਾਂ ਕੋਈ ਡਰੇ ਨਹੀਂ ਹੋਇਆ ਕਰਦਾ, ਅਤੇ ਮੈਨੂੰ ਤਾਂ ਡਰ ਇਸ ਕਰਕੇ ਨਹੀਂ ਕਿਉਂਕਿ ਮੇਰਾ ਮਾਲਕ ਜਿਹੜਾ ਉਹਨੇ ਮੇਰੇ ਨੇਤਰ ਖੋਲ੍ਹ ਦਿੱਤੇ ਨੇ, ਅਤੇ ਸਾਰਿਆਂ ਦਾ ਮਾਲਕ ਅੱਲਾਹ ਘੱਟ ਘੱਟ ਦੇ ਵਿੱਚ ਵਿੱਚ ਵਿਆਪਕ ਮੇਰੇ ਨਾਲ ਹੈ। ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਹੀ, ਰੱਬ ਰਿਹਾ ਸਰਵਤਨ ਮੈਂ ਮਨ ਤਿਸੇ ਤਿਸੇ ਤਿਆਈ, ਤੂਤ ਨਹੀਂ ਵਿਛੜੈ ਸੋ ਸੰਗੀ ਗਨੀਐ, ਬਿਨਸ ਜੈ ਜੋ ਨੇ ਘੁਮੈ ਸੋ ਅਲਪ ਸੁਖਪਣੀ। ਮੇਰੇ ਗੁਰੂ ਨੇ ਦਿਖਾ ਦਿੱਤਾ ਕਿ ਹਰ ਥਾਂ ਦੇ ਉੱਤੇ ਪਰਮੇਸ਼ੁਰ ਹੈ, ਸੋ ਮੇਰਾ ਰਾਖਾ ਪਰਮੇਸ਼ੁਰ ਹੈ, ਮੈਨੂੰ ਡਰਨ ਦੀ ਕੀ ਲੋੜ ਹੈ। ਕਹਿਣ ਲੱਗੇ ਤੈਨੂੰ ਸਜਾਏ ਮੌਤ ਹੈ, ਕਹਿਣਾ ਚਾਹੁੰਦਾ ਹੈ। ਕਹਿੰਦਾ ਮਰਨ ਤੋਂ ਨਹੀਂ ਮੈਂ ਡਰਦਾ, ਕਬੀਰ ਜਿਸ ਮਰਨੇ 'ਤੇ ਜੱਗ ਡਰੈ ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈਐ ਪੂਰਨ ਪਰਮ। ਲੇਕਿਨ ਇਸ ਤੋਂ ਤਾਂ ਨਹੀਂ ਮੈਨੂੰ ਡਰ ਲੱਗਦਾ, ਪਰ ਮੈਂ ਇੱਕ ਬੇਨਤੀ ਕਰਦਾ ਕਿ ਜਿਹੜੀ ਤੁਸੀਂ ਸਜ਼ਾ ਮੈਨੂੰ ਦੇਣੀ ਚਾਹੁੰਦੇ ਹੋ ਉਹ ਸਜ਼ਾ ਮੈਨੂੰ ਜੇ ਤੁਸੀਂ ਮਾਰਨਾ ਵੀ ਹੈ ਤਾਂ ਕੋਈ ਸੁਖਾਲੀ ਜੀ ਮੌਤ ਦੇ ਦਿਉ, ਅਤੇ ਹੋਰ ਤਾਂ ਮੇਰੇ ਕੋਲ ਕੋਈ ਚੀਜ਼ ਨਹੀਂ ਹੈ ਜਿਹੜੀ ਮੈਂ ਪੇਸ਼ ਕਰਦਾ, ਮੈਂ ਬੇਨਤੀ ਕਰ ਚੁੱਕਿਆ। ਮੇਰੇ ਕੋਲ ਜੇ ਕੋਈ ਹੈ ਉਹ ਕੇਵਲ ਅਰਦਾਸ ਹੈ ਮੇਰੇ ਗੁਰੂ ਦੀ, ਮੇਰੇ ਗੁਰੂ 'ਤੇ ਮੇਰਾ ਭਰੋਸਾ ਹੈ। Thank you.
ਦੁਨੀਆ ਦੇਖਣ ਦੇ ਵੀ ਆਪਣਾ ਬਿਰਧ ਸਮਾਨ ਹੱਥ ਦੇ ਰੱਖੇ ਆਪਣੇ ਕੋ ਸਾਧ ਸਾਧਾਨ ਸਮਝੋ ਨਾਗਰ ਮੇਰਾ ਚੀਤ ਆਦਿਅੰਤ ਸੁਹਾਈ ਤਨ ਮਾਰਾ ਮੀਤ ਕਹਿਣ ਲੱਗਿਆ ਨਵਾਬ ਸਾਹਿਬ ਮੇਰੀ ਸੰਸਾਰ ਦੇ ਉੱਤੇ ਹੋਰ ਕੋਈ ਧਿਰ ਨਹੀਂ ਜੇ ਮੇਰੀ ਕੋਈ ਧਿਰ ਹੈ ਮੇਰਾ ਆਸਰਾ ਹੈ ਉਹ ਮੇਰਾ ਗੁਰੂ ਹੈ ਉਹ ਸੱਚ ਦਾ ਸਹਾਈ ਹੈ ਅਤੇ ਜਿੱਥੇ ਸੱਚ ਹੈ ਉਹਦੀ ਹਮਾਇਤ ਕਰਦਾ ਉਹਨੂੰ ਕੋਈ ਦੁੱਖ ਨਹੀਂ ਹੋਇਆ ਕਰਦਾ ਜਿੱਥੇ ਗੁਰੂ ਹੱਥ ਕਰੇ ਜਿੱਥੇ ਗੁਰੂ ਰਾਖੀ ਕਰੇ ਮਾਰੇ ਤਿਸ ਕੌਣ ਜੀ ਜਿਸ ਦਾ ਰਖਵਾਲਾ ਹੋਵੇ ਮਾਰੇ ਤਿਸ ਕੌਣ ਜੀ ਜਿਸ ਦਾ ਰਖਵਾਲਾ ਹੋਵੇ ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸਨੂੰ ਤੂੰ ਰਖਵਾਲਾ ਜਿੱਤਾ ਤਿੰਨੇ ਪਾ ਕਹਿਣ ਲੱਗੇ ਨਵਾਬ ਸਾਹਿਬ ਮੇਰੇ ਗੁਰੂ ਤੋਂ ਬਗੈਰ ਹੋਰ ਸੰਸਾਰ 'ਤੇ ਕੋਈ ਨਹੀਂ ਜਿਹੜਾ ਮੇਰੀ ਰਾਖੀ ਕਰੇ ਹਾਂ ਜੇ ਤੇਰੇ ਮਨ 'ਚ ਦਇਆ ਹੁੰਦੀ ਹੈ ਤਾਂ ਮੈਨੂੰ ਇਹ ਜੋ ਕੁੱਤਿਆਂ ਤੋਂ ਪੜਾ ਕੇ ਮਾਰਨ ਦੀ ਸਜ਼ਾ ਹੈ ਦੂਸਰੀ ਤਰ੍ਹਾਂ ਮਾਰਦੇ ਮੈਂ ਆਸਾਨੀ ਨਾਲ ਜਾਣ ਦੇਵਾਂ ਮੇਰੇ ਗੁਰੂ ਨੂੰ ਜੇ ਪਾਉਂਦਾ ਇਹੀ ਹੈ ਤਾਂ ਮੈਨੂੰ ਸਿਰ ਮੱਥੇ ਪਰਵਾਨ ਹੈ ਉਸ ਵੇਲੇ ਨਵਾਬ ਕਾਜੀ ਕਹਿਣ ਲੱਗਿਆ ਸਜ਼ਾ ਤਾਂ ਮੇਰੇ ਕੋਲ ਲਿਖੀ ਹੋਈ ਹੈ ਨਵਾਬ ਸਾਹਿਬ ਹੁਕਮ ਕਰੋ ਕਹਿਣ ਲੱਗਿਆ ਸਜ਼ਾ ਤਾਂ ਮੈਂ ਠੀਕ ਹੈ ਪ੍ਰਵਾਨ ਕਰੂੰਗਾ ਜੋ ਲਿਖੀ ਹੈ ਪਰ ਬਈ ਪਿਆਰਿਆ ਮੇਰੇ ਮਨ ਦੇ ਮੇਰੀ ਕਲਮ ਨਹੀਂ ਚੱਲਦੀ ਕਿਉਂਕਿ ਵਾਰ ਵਾਰ ਮੈਨੂੰ ਇਹ ਖਿਆਲ ਆਉਂਦਾ ਹੈ ਕਿ ਭਾਈ ਰੂਪਾ ਗੁਰੂ ਨਾਨਕ ਦਾ ਸਿੱਖ ਹੈ ਗੁਰੂ ਨਾਨਕ ਦਾ ਸਿੱਖ ਕਦੇ ਵੀ ਵਧੀਆਂ ਨਹੀਂ ਕਰ ਸਕਦਾ ਕਦੇ ਝੂਠ ਨਹੀਂ ਬੋਲ ਸਕਦਾ ਕਦੇ ਧੋਖਾ ਨਹੀਂ ਦੇ ਸਕਦਾ ਜਿਸ ਵਕਤ ਕਾਜੀ ਨੂਰਦੀਨ ਆਇਆ ਅਹਿਮਦ ਸ਼ਾਹ ਅਬਦਾਲੀ ਦੇ ਨਾਲ 15,000 ਨਵਾਬ ਕਲੈਤ ਦਾ ਫੌਜ ਲੈ ਕੇ ਅਤੇ ਅਬਦਾਲੀ ਬਹੁਤ ਬੜੀ ਫੌਜ ਲੈ ਕੇ ਆਉਂਦੇ ਨੇ ਉਸ ਵੇਲੇ ਘੱਲੂਘਾਰਾ ਹੋਏ ਨੂੰ 6 ਮਹੀਨੇ ਬੀਤ ਚੁੱਕੇ ਇਹ ਲਿਖਦਾ ਸੀ ਲਿਖਾਰੀ ਸੀ ਹਿਸਟੋਰੀਅਨ ਸੀ ਮੁਅਰਖ ਸੀਗਾ ਤਾਰੀਖ ਲਿਖਣ ਵਾਲਾ ਅਤੇ ਇਸ ਨੇ ਅੱਖਾਂ ਦੇ ਨਾਲ ਜੋ ਲੜਾਈ ਦੇਖੀ ਹੈ ਇਹਨੇ ਜੰਗਨਾਮਾ ਕਰਕੇ ਇੱਕ ਕਿਤਾਬ ਲਿਖੀ ਹੋਈ ਹੈ ਪੰਜਾਬੀ 'ਚ ਵੀ ਮਿਲਦੀ ਹੈ ਉਹਦੇ ਵਿੱਚ ਉਹਨੇ ਬੜਾ ਹਾਲ ਲਿਖੇ ਨੇ ਬੜੀਆਂ ਬਾਤਾਂ ਲਿਖੀਆਂ ਨੇ ਵੀ ਇਹ ਕਿਵੇਂ ਲੜਦੇ ਨੇ
ਅਤੇ ਦੇਸ਼ ਵਿੱਚ ਜਾ ਕੇ ਲਿਖਦਾ ਹੈ ਕਿ ਜੇ ਕਿਸੇ ਨੇ ਵਰਛਾ ਚਲਾਉਣਾ ਸਿੱਖਣਾ ਹੈ ਤਾਂ ਸਿੱਖਾਂ ਤੋਂ ਸਿੱਖੋ, ਜੇ ਕਿਸੇ ਨੇ ਤਲਵਾਰ ਚਲਾਉਣੀ ਸਿੱਖਣੀ ਹੈ ਉਹਨੇ ਤੇ ਸਿੱਖੋ। ਅਖੀਰ ਦੇ ਉੱਤੇ ਇੱਕ ਗੱਲ ਲਿਖਦਾ ਹੈ, ਕਹਿਣ ਲੱਗਿਆ ਪਿਆਰਿਓ ਮੈਨੂੰ ਇੱਕ ਗੱਲ ਤੁਹਾਡੀ ਚੰਗੀ ਨਹੀਂ ਲੱਗਦੀ, ਤੁਸੀਂ ਉਹਨਾਂ ਨੂੰ ਸੱਗ ਕਹਿੰਦੇ ਹੋ, ਸੱਗ ਸੱਗ ਕੁੱਤੇ ਨੂੰ ਕਹਿੰਦੇ ਨੇ, ਸਿੰਘ ਸ਼ੇਰ ਨੂੰ ਕਹਿੰਦੇ ਨੇ, ਅੱਖਰਾਂ 'ਚ ਹਾਹੇ ਦਾ ਫਰਕ ਹੈ। ਕਹਿੰਦਾ ਸੱਗ ਨਾ ਕਹੋ, ਉਹ ਵਾਕਈ ਸਿੰਘ ਨੇ ਸ਼ੇਰ ਨੇ। ਕਹਿਣ ਲੱਗਿਆ ਉਹ ਸਾਰਾ ਦਿਨ ਉਹਨਾਂ ਦਾ ਮੁੱਖ ਹਿਲਦਾ ਰਹਿੰਦਾ, ਕੋਈ ਕਲਾਮ ਪੜ੍ਹਦੇ ਰਹਿੰਦੇ ਨੇ ਹਰ ਵਕਤ। ਦੂਸਰਾ ਉਹ ਕਦੇ ਝੂਠ ਨਹੀਂ ਬੋਲਦੇ, ਕਦੇ ਕਿਸੇ ਨੂੰ ਧੋਖਾ ਨਹੀਂ ਦਿੰਦੇ, ਕਦੇ ਪਰਾਈ ਇਸਤਰੀ ਵੱਲ ਉੱਚੀ ਨਿਗਾਹ ਕਰਕੇ ਨਹੀਂ ਝਾਕਦੇ, ਜੇ ਕੋਈ ਆ ਵੀ ਜਾਵੇ ਜੰਗ 'ਚ ਉਸ ਨੂੰ ਬਾਇਜ਼ ਤਰੀਕੇ ਨਾਲ ਵਾਪਸ ਕਰ ਦਿੰਦੇ। ਔਰਤ ਤੋਂ ਕਦੇ ਖੋਹਦੇ ਨਹੀਂ ਹੈ। ਜਿਸ ਵਕਤ ਮਹਾਰਾਜਾ ਰਣਜੀਤ ਸਿੰਘ ਇਹ ਆਇਆ ਸ਼ਾਹਜਮਾਨ ਇੱਥੇ ਦਿੱਲੀ ਲਾਹੌਰ ਦੇ ਅੰਦਰ, ਇਹਨੇ ਲਾਹੌਰ ਖਾਲੀ ਕਰਾ ਲਿਆ ਅਤੇ ਮਹਾਰਾਜਾ ਗੁਜਰਾਂਵਾਲ ਵਾਲੇ ਪਰ ਰਿਟਾਇਰ ਹੋ ਗਿਆ, ਪਛਪਾ ਹੋ ਗਿਆ। ਇਸ ਨੇ ਇਹਦੇ ਅਮੀਰਾਂ ਨੇ ਇੱਕ ਗੱਲ ਕਹੀ ਵੀ ਇਸ ਵੇਲੇ ਕੋਈ ਸਿੱਖ ਨਹੀਂ ਹੈਗਾ ਜਿਹੜਾ ਮੁਕਾਬਲਾ ਕਰੇ, ਐਵੇਂ ਮਾੜੀ ਮੋੜੀਆਂ ਟੁਕੜੀਆਂ ਨੇ, ਕੋਈ ਖਾਸ ਬਾਤ ਨਹੀਂ ਹੈ, ਤੁਸੀਂ ਆਰਾਮ ਨਾਲ। ਮਹਾਰਾਜਾ ਰਣਜੀਤ ਸਿੰਘ ਨੂੰ ਖਬਰ ਪਹੁੰਚਦੀ ਹੈ, ਉਹ ਕਹਿਣ ਲੱਗਿਆ ਇਹਨੂੰ ਤਾਂ ਦੱਸਣਾ ਚਾਹੀਦਾ ਆਪਣੀ ਹੋਂਦ ਬਾਰੇ। 20 ਜਵਾਨ ਨਾਲ ਲੈਂਦਾ, ਘੋੜਿਆਂ 'ਤੇ ਚੜ੍ਹ ਕੇ ਸਰਪਟ ਦਰਾ ਕੇ ਖੁੱਲ੍ਹੇ ਦਰਵਾਜ਼ਿਆਂ 'ਚ ਲਾਹੌਰ ਦੇ ਅੰਦਰ ਵੜ ਜਾਂਦੇ। ਪਹਿਰਾਦਾਰਾਂ ਨਾਲ ਝੜਪ ਹੋਈ, ਕੁਛ ਨੱਠ ਗਏ ਕੁਛ ਮਾਰੇ ਗਏ, ਅਤੇ ਉਸੇ ਵੇਲੇ ਸੰਮਨ ਬੁਰਜ ਦੇ ਹੇਠ ਆ ਕੇ ਮਹਾਰਾਜਾ ਰਣਜੀਤ ਸਿੰਘ ਆਵਾਜ਼ ਦਿੰਦਾ ਹੈ ਕਿ ਸ਼ਾਹਜਮਾਨ, ਮੇਰਾ ਦਾਦਾ ਚੜ੍ਹ ਸਿੰਘ ਤੇਰੇ ਦਾਦੇ ਨਾਲ ਯੁੱਧ ਕੀਤਾ ਸੀ ਉਹਨੇ, ਅਤੇ ਜੇ ਤੇਰੇ 'ਚ ਹਿੰਮਤ ਹੈ ਤੂੰ ਆ, ਮੈਂ ਇਕੱਲਾ ਖੜ੍ਹਾ। ਤੂੰ ਫੌਜਾਂ ਦੇ ਨਾਲ ਖੜ੍ਹਾ ਹੈ, ਮੈਂ ਇਕੱਲਾ, ਜੇ ਹਿੰਮਤ ਆ। ਤਿੰਨ ਵਾਰੀ ਆਵਾਜ਼ ਦਿੱਤੀ, ਇਹ ਤਿੰਨ ਵਾਰੀਆਂ ਦੇ ਵਿੱਚ ਹੀ ਸਿੰਘ ਅੰਦਰ ਚਲੇ ਗਏ। ਉਹਨਾਂ ਨੇ ਜਾ ਕੇ ਗਹਿਣੇ ਲੁੱਟ ਲਏ ਜੋ ਪਾਏ ਹੋਏ ਸਨ ਬੇਗਮਾਂ ਦੇ, ਅਤੇ ਬੇਗਮਾਂ ਨੂੰ ਆਦਰ ਦੇ ਨਾਲ ਕਹਿਤਾ ਵੀ ਤੁਸੀਂ ਇੱਕ ਪਾਸੇ ਹੋ ਜਾਓ ਸਾਰੀਆਂ, ਉਹਨਾਂ ਨੂੰ ਨਹੀਂ ਕੁਛ ਵੀ ਕਿਹਾ। ਅਤੇ ਉਸੇ ਤਰ੍ਹਾਂ ਦੇ ਨਾਲ ਜਿਵੇਂ ਬਿਜਲੀ ਦੀ ਚਾਲ ਆਏ, ਬਿਜਲੀ ਦੀ ਚਾਲ ਨਿਕਲ ਗਏ। ਬਾਅਦ ਵਿੱਚ ਇਹ ਵਿਚਾਰਨ ਲੱਗਿਆ ਕਿ ਦੇਖੋ ਸਾਡੇ ਯਾਰ ਉਹਨਾਂ ਦੇ ਵਿੱਚ ਕਿੰਨਾ ਫਰਕ ਹੈ, ਅਸੀਂ ਤਾਂ ਬੇਗਮਾਂ ਨਾਲ ਲੈ ਜਾਣੀਆਂ ਸੀ ਸਾਰੀਆਂ, ਲੁੱਟ ਲੈਣੀਆਂ ਸੀ, ਮਾਰ ਦੇਣੀਆਂ ਸੀ। ਉਹਨਾਂ ਨੇ ਬੇਗਮਾਂ ਨੂੰ ਪੁੱਛਿਆ, ਉਹ ਕਹਿੰਦੇ ਸਾਨੂੰ ਕੁਛ ਨਹੀਂ ਕਿਹਾ, ਉਹ ਕਹਿੰਦੇ ਡਰੋ ਨਾ, ਤੁਸੀਂ ਸਾਡੀਆਂ ਭੈਣਾਂ, ਸਿੱਖ ਨਹੀਂ ਕਦੇ ਵੀ ਕਿਸੇ ਪਰ ਇਸਤਰੀ ਵੱਲ ਦੇਖਦਾ, ਉਹ ਯੁੱਧ ਹੋਣਾ ਵੱਖਰਾ ਬਾਤ ਹੈ। ਉਸ ਉਹ ਲਿਖਦਾ ਨੂਰਦੀਨ ਕਿ ਝੂਠ ਨਹੀਂ ਬੋਲਦੇ, ਇਹ ਸੁੱਤੇ ਦੇ ਉੱਤੇ ਵਾਰ ਨਹੀਂ ਕਰਦੇ, ਜਗਾ ਕੇ ਕਹਿੰਦੇ ਨੇ ਵੀ ਉੱਠ ਸਾਵਧਾਨ ਹੋ, ਨੇ ਸ਼ਸਤਰੇ ਦੇ ਉੱਤੇ ਵਾਰ ਨਹੀਂ ਇਹ ਕਰਦੇ, ਨਾ ਇਹਨਾਂ ਨੂੰ ਕਹੋ ਕੁੱਤੇ, ਇਹ ਸੱਚਮੁੱਚ ਸ਼ੇਰ ਨੇ। ਸੋ ਨਵਾਬ ਕਹਿਣ ਲੱਗਿਆ, ਉਹਦੇ ਮਨ 'ਚ ਪੱਕਾ ਸੀ, ਕਹਿੰਦਾ ਕਾਜੀ ਸਾਹਿਬ ਭਾਵੇਂ ਸਾਰੀਆਂ ਗਵਾਹੀਆਂ ਇਹਦੇ ਉਲਟ ਭੁਗਤ ਗਈਆਂ, ਪਰ ਇਹ ਗੁਰੂ ਨਾਨਕ ਦੇ ਨਿਸ਼ਚੇ ਵਾਲਾ ਸਿੱਖ ਹੈ, ਮੈਂ ਇਹਨੂੰ ਕਿਹਾ ਸੁਗੰਧ ਖਾ, ਇਹ ਸੁਗੰਧ ਨਹੀਂ ਖਾਂਦਾ, ਮੈਂ ਪਹਿਲਾਂ ਵੀ ਸਿੱਖ ਦੇਖੇ ਨੇ ਸਹੁੰ ਨਹੀਂ ਖਾਇਆ ਕਰਦੇ। ਇਹ ਇੱਕੋ ਗੱਲ ਕਹਿੰਦਾ, ਜੇ ਮੇਰੇ ਸੱਚ ਦੇ ਉੱਤੇ ਤੁਹਾਨੂੰ ਯਕੀਨ ਹੈ ਤਾਂ ਤੁਸੀਂ ਪ੍ਰਵਾਨ ਕਰ ਲਓ, ਮੈਂ ਗੁਰੂ ਨੂੰ ਇਸ ਮਾਮਲੇ 'ਚ ਨਹੀਂ ਲਿਆਉਣਾ। ਸੋ 15 ਦਿਨ ਵਾਸਤੇ ਮੈਂ ਮੁਲਤਵੀ ਕਰਦਾ, ਮੇਰੇ ਅੰਦਰ 100% ਆਵਾਜ਼ ਆ ਰਹੀ ਹੈ ਕਿ ਕਸੂਰਵਾਰ ਨਹੀਂ। ਕਹਿਣ ਲੱਗੇ ਕਿਉਂ ਭਾਈ ਰੂਪਾ, ਤੇਰੀਆਂ ਹੱਥਕੜੀਆਂ ਬੇੜੀਆਂ ਲਾਹ ਦਿੰਦੇ ਹਾਂ, ਤੂੰ ਅੱਜ ਤੋਂ 15 ਦਿਨ ਬਾਅਦ ਆ ਜਾਏਗਾ। ਕੋਤਵਾਲ ਕਹਿਣ ਲੱਗਿਆ, ਨਵਾਬ ਸਾਹਿਬ ਇਹ ਭੱਜ ਜਾਣੇ ਨੇ, ਅਤੇ ਭੱਜ ਕੇ ਇਹਨਾਂ ਦਾ ਗੁਰੂ ਅਨੰਦਪੁਰ ਸਾਹਿਬ ਹੈ, ਉੱਥੇ ਚਲੇ ਜਾਣਾ ਇਹਨਾਂ ਨੇ, ਫਿਰ ਕਿਹਨੂੰ ਫੜਾਂਗੇ ਅਸੀਂ, ਐ ਨਾ ਕਰੋ। ਕਹਿੰਦਾ ਨਹੀਂ, ਮੈਂ ਵਿਸ਼ਵਾਸ ਕਰਦਾ ਵੀ ਸਿੱਖ ਨੇ ਜੋ ਵਚਨ ਕਰਤਾ ਉਹ ਕਦੇ ਝੂਠਾ ਨਹੀਂ ਹੋਏਗਾ, ਚਾਹੇ ਮੌਤ ਕਿਉਂ ਨਾ ਉਹਨੂੰ ਮਿਲਣੀ ਹੋਵੇ, ਉਹਨੇ ਆਪਣੇ ਆਪ ਆ ਜਾਣਾ। ਕਿਉਂ ਭਾਈ ਰੂਪਾ, ਅਤੇ ਤੂੰ ਜੰਮ ਨਹੀਂ ਦੇ ਸਕਦਾ ਆਪਣੇ ਗੁਰੂ ਦੀ? ਕਹਿਣ ਲੱਗਿਆ ਨਵਾਬ ਸਾਹਿਬ, ਮੇਰੇ ਉੱਤੇ ਜੇ ਤੁਹਾਨੂੰ ਉਤਬਾਰ ਹੈ ਤਾਂ ਤੁਸੀਂ ਮੌਜ ਹੈ, ਮੈਂ 15ਵੇਂ ਦਿਨ ਆ ਜਾਵਾਂਗਾ, ਚਾਹੇ ਸਜਾਏ ਮੌਤ ਦੇ ਦਿਓ, ਚਾਹੇ ਕੁਛ ਕਰ ਦਿਓ, ਇੱਕ ਗੱਲ ਕਰ ਦਿਓ ਬਈ, ਸੁਖਾਲਾ ਮਾਰ ਦਿਓ। 15 ਦਿਨਾਂ ਬਾਅਦ ਭਾਈ ਰੂਪਾ ਆ ਜਾਂਦਾ ਕੋਰਟ ਦੇ ਵਿੱਚ, ਅਤੇ ਪੇਸ਼ੀ ਹੁੰਦੀ ਹੈ, ਨਵਾਬ ਸ਼ਸ਼ੋਪੰਜ ਪਿਆ ਹੋਇਆ ਵੀ ਮੈਂ ਕੀ ਲਿਖਾਂ, ਇਹਨੇ ਨੂੰ ਕੀ ਦੇਖਦੇ ਨੇ, ਗੁਰੂ ਮਹਾਰਾਜ ਨੇ ਪ੍ਰੇਰਨਾ ਕਰੀ, ਸਹਾਇਤਾ ਕਰੀ। ਤਲੰਬੇ ਦਾ ਜੋ ਥਾਣੇਦਾਰ ਸੀ ਉਹਨੇ ਸਾਂਢਣੀ ਸਵਾਰ ਦੇ ਰਾਹੀਂ ਇੱਕ ਰੁੱਕਾ ਭੇਜ ਦਿੱਤਾ,
ਬਹੁਤ ਤੇਜ਼ੀ ਨਾਲ ਸਮਝਾਇਆ ਕਿ ਮਿੰਟ ਨਾ ਲਈ ਫਟਾਫਟ ਜਾ ਕੇ ਇਹ ਦੇ ਦੀ, ਕਿਉਂਕਿ ਮੈਨੂੰ ਪਤਾ ਲੱਗਿਆ ਇੱਕ ਭਾਈ ਰੂਪਾ ਹੋਰ ਫੜਿਆ ਹੋਇਆ ਇਹਦੀ ਥਾਂ 'ਤੇ। ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਨਵਾਬ ਸਾਹਿਬ ਜੋ ਰੂਪਾ ਡਾਕੂ ਹੈ ਉਹ ਮੈਂ ਗ੍ਰਿਫਤਾਰ ਕਰ ਲਿਆ, 7-8 ਦੇ ਸਾਥੀ ਵੀ ਫੜ ਲਏ, ਅਤੇ ਜਿੱਥੇ ਮਾਲਕ ਹੋਇਆ ਸੀ ਉਹ ਵੀ ਮੈਂ ਕੱਢ ਲਿਆ, ਅਤੇ ਇਹਨੇ ਦੱਸਿਆ ਕਿ ਮੁਲਤਾਨ ਵਿੱਚ ਮੈਂ ਹੀ ਡਾਕਾ ਮਾਰਿਆ ਸੀ। ਉਸ ਵੇਲੇ ਵਾਇਜ਼ ਤਰੀਕੇ ਨਾਲ ਕਾਜੀ ਵੱਲ ਦੇਖਦੇ ਨੇ ਅਤੇ ਉਹਦੇ ਵੱਲ ਦੇਖਦਾ ਨਵਾਬ ਕੋਤਵਾਲ ਵੱਲ, ਕਿਉਂ ਕੋਤਵਾਲ ਸਾਹਿਬ ਇਹ 80 ਬੰਦੇ ਤਾਂ ਲਿਆਂਦੇ, ਹੁਣ ਆਪੇ ਹੀ ਦੱਸੇ ਸਾਰੇ ਝੂਠੇ ਨੇ ਕਿ ਸੱਚੇ ਨੇ। ਨੀਵੀਂ ਪਾਈ ਖੜਾ ਕਾਜੀ ਨੂੰ, ਕਹਿਣ ਲੱਗਿਆ ਕਾਜੀ ਸਾਹਿਬ ਤੈਨੂੰ ਮੈਂ ਇਨਸਾਫ ਕਰਨ ਦੇ ਉੱਤੇ ਲਾਇਆ, ਅਤੇ ਤੂੰ ਹੀ ਦੱਸ ਕੇ ਇੱਕ ਗਰੀਬ ਆਦਮੀ ਮਾਰਿਆ ਜਾਣਾ ਸੀ, ਉਹ ਵੀ ਬਹੁਤ ਟੋਰਚਰ ਕਰਕੇ ਕੁੱਤਿਆਂ ਤੋਂ ਬੁੜਵਾ ਕੇ, ਅਤੇ ਜਦੋਂ ਇਹ ਅਸਲੀ ਭੇਤ ਖੁੱਲ੍ਹਣਾ ਸੀ ਜਾਂ ਤਾਂ ਅਸੀਂ ਭੇਤ ਦਬਾਉਣਾ ਸੀ, ਇਹ ਜੇ ਪ੍ਰਗਟ ਹੁੰਦਾ ਤਾਂ ਕਿੰਨੀ ਬਦਨਾਮੀ ਹੋਣੀ ਸੀ। ਉਸ ਵੇਲੇ ਬੜੀ ਛੇਤੀ ਬੋਲੇ, ਕਹਿੰਦੇ ਮਹਾਰਾਜ ਨਵਾਬ ਸਾਹਿਬ ਆਦਮੀ ਤਾਂ ਭੁੱਲ ਕਰਨਾ ਆਦਮੀ ਦਾ ਖਮੀਰ ਹੈ, ਆਦਮੀ ਹਮੇਸ਼ਾ ਹਿਊਮਨ ਇਜ਼ ਐਰਰ ਗਲਤੀ ਕਰਦਾ ਹੈ। ਕਹਿੰਦੇ ਇਹ ਗੱਲ ਨਹੀਂ ਹੈ, ਜੇ ਕੋਈ ਹੋਰ ਹੁੰਦਾ ਮੈਂ ਤੁਹਾਨੂੰ ਸਜ਼ਾ ਦੇਣੀ ਸੀ। ਅਤੇ ਭਾਈ ਰੂਪੇ ਨੂੰ ਵਾਇਜ਼ ਤਰੀਕੇ ਨਾਲ ਕਹਿਣ ਲੱਗੇ, ਭਾਈ ਰੂਪਾ ਤੈਨੂੰ ਬੜੀ ਅਸੀਂ ਖੇਚਲ ਦਿੱਤੀ, ਅਤੇ ਤੂੰ ਜਾ ਕੇ ਅਸੀਂ ਤੈਨੂੰ ਹੁਣ ਰਿਹਾ ਕਰਦੇ ਹਾਂ, ਅਤੇ ਨਾਲ ਮੈਂ ਪਰਸਨਲੀ ਖਿਮਾ ਮੰਗਦਾ, ਜੋ ਕੁਛ ਤੇਰੇ ਨਾਲ ਹੋਇਆ ਉਹ ਵਾਧੂ ਹੋਇਆ। ਉਸ ਵੇਲੇ ਭਾਈ ਰੂਪਾ ਗੁਰੂ ਦੇ ਚਰਨਾਂ 'ਚ ਧਿਆਨ ਧਰਿਆ ਅਤੇ ਨਾਲ ਦੀ ਨਾਲ ਇਸ ਤਰ੍ਹਾਂ ਦੇ ਨਾਲ ਪ੍ਰਾਰਥਨਾ ਕਰਦਾ, ਜਿਨ ਕਲ ਰਾਖੀ ਮੇਰੀ ਸਤਿਗੁਰ ਨਾਨਕ ਤੋਂ ਬਲਿਆਰ ਨੇ, ਜਿਨ ਕਲ ਰਾਖੀ ਮੇਰੀ ਸਤਿਗੁਰ ਨਾਨਕ ਤੋਂ ਬਲਿਆਰ ਨੇ, ਜਿਨ ਕਲ ਰਾਖੀ ਮੇਰੀ ਸਤਿਗੁਰ ਨਾਨਕ ਤੋਂ ਬਲਿਆਰ ਨੇ, ਜੋ ਆਪਨੇ ਹੁਕਮ ਕੀਤਾ ਹੈ ਇਹ ਜਿਸ ਗੁਰਸਿੱਖ ਨੇ ਭੇਟਾ ਭੇਜੀ ਹੈ ਉਹ ਮੈਂ ਆਪ ਜੀ ਦੇ
ਪਾਸ ਉਸਦੀ ਜੋ ਆਪਣੇ ਕਿਹਾ ਵੀ ਉਹਦੀ ਕਹਾਣੀ ਸੁਣਾ ਦੇਣਾ ਕਿਵੇਂ ਵਰਤੀ। ਪਾਤਸ਼ਾਹ ਤੇਰੀ ਮਿਹਰ ਹੈ ਅਤੇ ਉਸਨੇ ਜੋ ਮੈਨੂੰ ਦਿੱਤਾ ਸੀ 58 ਮੋਤੀ ਦਿੱਤੇ ਸੀ ਸੁੱਚੇ, ਮੈਂ ਉਹਨਾਂ 100 ਮੋਤੀਆਂ ਦੇ ਵਿੱਚੋਂ 58 ਮੋਤੀ ਆਪ ਰੱਖ ਲਏ ਅਤੇ 29 ਮੋਹਰਾਂ ਮੈਂ ਆਪ ਰੱਖ ਲਈਆਂ ਅਤੇ ਕੁਝ ਮੈਂ ਵਸਤਰ ਰੱਖ ਲਏ। ਪਾਤਸ਼ਾਹ ਮੈਂ ਲੋਭੀ ਹਾਂ, ਕਿਰਪਾ ਕਰ, ਹੁਣ ਮੇਰੇ ਵਾਸਤੇ ਕੋਈ ਦਰ ਨਹੀਂ ਹੈ, ਤੇਰੀ ਕਿਰਪਾ ਦੇ ਉੱਤੇ ਮੈਨੂੰ ਆਸ ਹੈ, ਕਿਰਪਾ ਕਰ ਮੈਨੂੰ ਬਖਸ਼ ਦੇ। ਤੇਰੇ ਵਰਗਾ ਨਾਮ ਦਿਆਲ ਸੱਚੇ ਪਾਤਸ਼ਾਹ, ਮੇਰੇ ਵਰਗਾ ਪਾਪੀ ਕੋਈ ਨਾ। ਵਰਗਾ ਨਾਮ ਦਿਆਲ ਸੱਚੇ ਪਾਤਸ਼ਾਹ, ਮੇਰੇ ਵਰਗਾ ਪਾਪੀ ਕੋਈ ਨਾ। ਤੇਰੇ ਵਰਗਾ ਨਾਮ ਦਿਆਲ ਸੱਚੇ ਪਾਤਸ਼ਾਹ, ਮੇਰੇ ਵਰਗਾ ਪਾਪੀ ਕੋਈ ਨਾ। ਵਰਗਾ ਨਾਮ ਦਿਆਲ ਸੱਚੇ ਪਾਤਸ਼ਾਹ, ਮੇਰੇ ਵਰਗਾ ਪਾਪੀ ਕੋਈ ਨਾ। ਤੇਰੇ ਵਰਗਾ ਨਾ ਦਿਆਲ ਸੱਚੇ ਪਾਤਸ਼ਾਹ, ਹੋ ਅਪਰਾਧੀ ਗੁਨਾਹਗਾਰ ਹੋ, ਗੁਨਾਹਗਾਰ ਹੋ, ਗੁਨਾਹਗਾਰ ਹੋ ਬੇਮੁਖ ਮੰਦਾ, ਹੋ ਅਪਰਾਧੀ ਗੁਨਾਹਗਾਰ ਹੋ, ਯਾਰ ਜੋਹਾਰ ਹੋ, ਜੋਹਾਰ ਹੋ, ਜੋਹਾਰ ਹੋ ਪਰ ਕਰ ਜੋ ਹੰਦਾ, ਤੋਰੇ ਯਾਰ ਜੋਹਾਰ ਹੋ ਪਰ ਕਰ ਜੋ ਹੰਦਾ। ਦੋਸ਼ ਰਾਮ ਖੋਰ ਹੈ, ਰਾਮ ਖੋਰ ਹੈ, ਰਾਮ ਖੋਰ ਠੰਗ ਦੇ ਚੰਦਾ, ਨਿੰਦਕ ਦੋਸ਼ ਰਾਮ ਖੋਰ ਠੰਗ ਦੇ ਚੰਦਾ। ਕਾਮ ਕ੍ਰੋਧ ਮਦ ਲੋਭ ਮੋਹ, ਮਦ ਲੋਭ ਮੋਹ, ਲੋਭ ਮੋਹ ਹੰਕਾਰ ਕਰੰਦਾ, ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰੰਦਾ। ਕਿਰਤ ਗਾਣਿਆ, ਕਿਰਤ ਗਾਣਿਆ, ਕਿਰਤ ਨਰ ਖੰਦਾ, ਦੇ ਸਾਸ ਕਾਤੀਆ ਕਿਰਤ ਗਾਣ ਕੋਈ ਨਰ ਖੰਦਾ।
सिमर मरीदा टाटिया हो टाटिया टाटिया सतगुर वचनता सिमर मरीदा टाटिया सतगुर वचनता बादशाह तैं मेरा पाप गेड़ दिता सारिया के सामने हूँ मैनू बख्श ला। मैं नहीं सी समझता मैं तेनों एक बालक समझता सी मेरे हिरदे के अंदरों गुरु का कोई सत्कार नहीं सीगा निकल गया सी सत्कार मैं दुनिया के वागू सोचन लग गया तो सच्चे पातशाह मैं ये भुल की थी। महाराज कहिंदे दपाई दलचा साढ़े वालों तू बख्शिया पर एक तेनू असी दसते हैं कि माया जो है ये नागनीय नू बनाई दा इहनू सफल ही करीदा दान करके सफल ही करीदा नेक कम्मां दे विच खर्च करीदी है फिर ये सफली हुंदी है फिर सुख दिंदी है। नहीं यही माया जिहड़ी है माया ममता मोहनी जिन बिन दंता जग खाया बगैर दंदा ते ये संसार नू खा जांदी है। मनमुख खाधे गुरमुख उभरे जिन सच नाम चितला जिन्हां ने सच्चे नाल नाम नाल चित लाया है वह तो उभर जाते हैं बाकी तो सारे संसार नू ये खाए जांदी है। माया होई नागनी जगत रही लपटाए इसकी सेवा जो करे तिसी को फिर खाए ये सेवा नहीं मानती यदि जिहड़ा सेवा करता है उहनू ये खा जाती है। दूसरा यह हुंदा है कि परमेश्वर भुल जाता है वाहगुरु नूं याद करन वास्ते मानस जन्म मिलिया है पर माया दे असर विच आ के इन माया जगदीश गसाई तुमरे चरण विसारे किंचित प्रीत ना उपजे जन को जन कहाँ करे विचार। सो इस करके प्रेमिया माया वल नहीं लाईदा। दरअसल गल ये है कि तुसी लोग पूजा दा तान खाने पूजा दे तान ने तुहाडी मत मार दित्ती गुरु तों तुहाडा नेचा उठ गया प्रतीत दी गल है सारी जिन्ना चिर अंदर प्रतीत नहीं आई उन्नी देर तक कोई तरक्की नहीं होया करती जो बिन प्रतीति कपटी कूड़ी कूड़ी अखी मीट दे तिनका उतर जाएगा झूठ गवान। एवें पोज करना अंदरों प्रतीत नहीं अंदरों हिलिया होया कहिंदे दलचिया फिर पार नहीं लंघदा। माया तो खबरदार हो माया जाल वसारिया पीतर चोग बनाए तृष्णा पंखी वसिया निकस ना पाए माए ਪੰਖੀ ਬਿਰਖ ਛਾਵੜੇ ਉਡੇ ਚੌਦਿਸ ਜਾਏ ਜੇਤਾ ਉਡੇ ਦੂਹ ਕਨੋ ਦਾਜੇ ਤੇ ਬੁਲਾ। ਸੱਚ ਨੂੰ ਪਛਾਣ ਸੱਚ ਤੇਰੇ ਅੰਦਰ ਹੈ ਬਾਹਰ ਨਹੀਂ ਹੈ। ਗੁਰੂ ਤੋਂ ਗੁਰੂ ਦੇ ਮੰਤਰ ਦਾ ਜਾਪ ਕਰ ਇਸ ਮੰਤਰ ਨੇ ਤੇਰੇ ਅੰਦਰੋਂ ਛੌੜ ਕੱਟ ਦੇਣੇ ਨੇ ਨੇਰੇ ਦੇ ਤੇਰੇ ਅੰਦਰ ਨਰਮਾਈ ਆ ਜਾਣੀ ਹੈ ਪ੍ਰਕਾਸ਼ ਆ ਜਾਣਾ ਅਤੇ ਤੈਂ ਸੱਚ ਦੀ ਪਛਾਣ ਕਰ ਲੈਣੀ ਅਤੇ ਸੱਚਾ ਹੋਰ ਇਹਦੇ ਤੋਂ ਸੱਚ ਤਾਂ ਭਰ ਜਾਣੀ ਹੈ ਜਾਂ ਇਹਦੇ ਸੱਚਾ ਹੋਏ ਰਿਦੇ ਦੀ ਸੱਚਾਈ ਨਾਲ ਤਰਨਾ ਪਿਆਰਿਆ ਆਹ ਜਿਹੜਾ ਤੂੰ ਵੱਡਾ ਡੰਬਰ ਕਰਿਆ ਭੇਖ ਬਣਾਇਆ ਬਸੰਤ ਬਣਿਆ ਹੋਇਆ ਇਹ ਤੈਨੂੰ ਡੋਬ ਦੇਗੀ। ਉਸ ਵੇਲੇ ਮਹਾਰਾਜ ਕਹਿਣ ਲੱਗੇ ਪਿਆਰਿਓ ਇਹ ਪ੍ਰਤੀਤ ਤੋਂ ਹੀਣੇ ਸੀ ਜਿਹੜਾ ਵੀ ਬੰਦਾ ਪ੍ਰਤੀਤ ਤੋਂ ਹੀਣਾ ਹੋ ਜਾਏਗਾ ਉਹ ਨਾਮ ਨਹੀਂ ਜਪ ਸਕੇਗਾ। ਪ੍ਰਤੀਤ ਜੀ ਜਿਸਦੇ ਮਨ ਵਿੱਚ ਹੈ ਵਾਜੀ ਗੁਰਜੀ ਪ੍ਰਤੀਤ ਜਿਸਦੇ ਮਨ ਵਿੱਚ ਹੈ ਵਾਜੀ ਹੈ ਗੁਰ ਕੀ ਪ੍ਰਤੀਤ ਜੀ
ਕਹਿ ਮਨ ਗੁਰ ਕੀ ਪ੍ਰਤੀਤ। ਸ਼ਰਤ ਇਹ ਤਿਸ ਜਾਣ ਆਵੇ ਹਰ ਪ੍ਰਭ ਚੀਰ, ਜੇ ਪ੍ਰਤੀਤ ਨਹੀਂ ਆਉਂਦੀ ਹਿਰਦੇ ਦੇ ਅੰਦਰ ਫਿਰ ਤਾਂ ਕੋਈ ਬਾਤ ਨਹੀਂ ਬਣਦੀ। ਕਹਿੰਦੇ ਭਾਈ ਦਲਚਿਆ, ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ਹੀਦ ਹੋ ਜਾਣਾ ਤੂੰ ਨਹੀਂ ਸਮਝ ਸਕਦਾ। ਉਹ ਬਹੁਤ ਵੱਡੀ ਕਿਰਿਆ ਸੀ, ਪਾਪਾਂ ਦੇ ਹੜ ਨੂੰ ਉਹਨਾਂ ਨੇ ਆਪਣੇ ਖੂਨ ਦੀ ਸੀਸ ਦੀ ਬਲੀਦਾਨ ਦੇਣ ਤੋਂ ਬਾਅਦ ਉਹਨਾਂ ਦਾ ਪਵਿੱਤਰ ਖੂਨ ਜਿਹੜਾ ਹੈ ਉਹ ਸੱਚਾਈ ਲਿਆਏਗਾ, ਪ੍ਰਕਾਸ਼ ਕਰੇਗਾ, ਮੁਰਦਿਆਂ ਨੂੰ ਜਿਉਂਦੇ ਕਰੇਗਾ। ਤੈਨੂੰ ਇਸ ਖੇਲ ਦਾ ਪਤਾ ਨਹੀਂ। ਅਤੇ ਗੁਰੂ ਜੇ ਚਾਹੁੰਦਾ ਕਿਸ ਦੀ ਤਾਕਤ ਸੀ ਕਿ ਉਹਨੂੰ ਸ਼ਹੀਦ ਕਰ ਦਿੰਦਾ, ਲੇਕਿਨ ਗੁਰੂ ਨਹੀਂ ਚਾਹਿਆ। ਨਾਟਕ ਚੇਟ ਕੀਏ ਕੁਕਾਜਾ, ਪ੍ਰਭ ਲੋਕਨ ਕੋ ਆਵਤ ਲਾਜਾ। ਪ੍ਰਭੂ ਦੇ ਲਈ ਲੋਕ ਜਿਹੜੇ ਨੇ ਰਿਧੀਆਂ ਸਿੱਧੀਆਂ ਸ਼ਕਤੀਆਂ ਨਹੀਂ ਦਿਖਾਇਆ ਕਰਦੇ, ਉਹਨਾਂ ਦੇ ਸਾਹਮਣੇ ਕੋਈ ਪਰਪਸ ਹੋਇਆ ਕਰਦਾ ਜਿਹਦੇ ਵਾਸਤੇ ਉਹ ਬਲੀਦਾਨ ਦਿੰਦੇ। ਸੋ ਇਸ ਤਰ੍ਹਾਂ ਜੇ ਗੁਰੂ ਦੀ ਪ੍ਰਤੀਤ ਇੰਨੀ ਹੋਵੇ ਕਿ ਪਾਰ ਬ੍ਰਹਮ ਪਰਮੇਸ਼ਰ ਅਤੇ ਗੁਰੂ ਇੱਕੋ ਨੇ, ਸੰਬੰਧ ਬਰੋਲ ਸਰੀਰ ਅਮ ਦੇਖਿਆ ਇੱਕ ਵਸਤੂ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਜਣਾ। ਇਹਦੇ ਵਾਸਤੇ ਮੈਂ ਇੱਕ ਬੇਨਤੀ ਕਰਦਾ ਕਿ ਆਹ ਬਹੁਤ ਜ਼ਿਆਦਾ ਕਿਤਾਬਾਂ ਛਪਣ ਲੱਗ ਗਈਆਂ, ਉਹ ਆਪਣੀ ਮਰਜ਼ੀ ਨਾਲ ਲਿਖੀ ਜਾਂਦੇ ਨੇ, ਸਧਾਰਨ ਬੰਦੇ ਦੇ ਉੱਤੇ ਅਸਰ ਹੋ ਜਾਂਦਾ ਉਹਦਾ। ਉਹ ਪ੍ਰਤੀਤ ਤੋਂ ਹੀਣੀਆਂ ਨੇ, ਉਹ ਮਨੁੱਖੀ ਅਕਲ ਦੇ ਨਾਲ ਗੁਰੂਆਂ ਨੂੰ ਤੋਲਣਾ ਚਾਹੁੰਦੇ, ਮਨੁੱਖ ਨਹੀਂ ਸਮਝ ਸਕਦਾ। ਇਹ ਤਾਂ ਰੂਹਾਨੀ ਨੇਤਰ ਮਿਲ ਜਾਵੇ ਅੰਦਰਲਾ, ਉਹਨੂੰ ਪਤਾ ਹੈ ਵੀ ਇਹ ਤਾਂ ਆਪ ਹੀ ਪਰਮੇਸ਼ਰ ਸੀ। ਗੁਰੂਆਂ ਦੀ ਤਾਂ ਗੱਲ ਛੱਡੋ, ਮਹਾਰਾਜ ਕਹਿੰਦੇ ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਆ, ਭੇਦ ਨਾ ਜਾਣੋ ਮੂਲ ਸਾਈ ਜਿਹੇ ਆ। ਉਹ ਤਾਂ ਸਾਈਂ ਵਰਗੇ ਹੁੰਦੇ ਨੇ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਇਹ ਐਵੇਂ ਤਾਂ ਨਹੀਂ ਲਿਖੇ ਹੋਏ ਬਚਨ, ਉਹ ਪਹਿਲਾਂ ਹੀ ਲਿਖਣ ਵੇਲੇ ਕਹਿੰਦੇ ਨੇ ਮੈਂ ਗੁਰੂਆਂ ਨੂੰ ਐਂ ਨਹੀਂ ਸਮਝਦਾ ਵੀ ਉਹ ਰੱਬ ਸੀ, ਮੈਂ ਇੱਕ ਆਦਮੀ ਸਮਝ ਕੇ ਉਹਨਾਂ ਦੇ ਗੁਣ ਲਿਖਦਾ, ਕਿਉਂਕਿ ਡਰਦੇ ਨੇ ਦੂਸਰਿਆਂ ਤੋਂ। ਉਹਨਾਂ ਨਾਲ ਸਾਡਾ ਨਿਸ਼ਚਾ ਟੁੱਟਦਾ ਹੈ, ਸਾਡਾ ਨਿਸ਼ਚਾ ਗੁਰੂ ਨਾਲ ਰਿਸ਼ਤਾ ਹੋ ਰਿਹਾ, ਦੁਨੀਆ ਚਾਹੇ ਕੁਛ ਕਹੀ ਜਾਵੇ। ਸੋ ਇਸ ਕਰਕੇ ਨਿਸ਼ਚੇ ਵਿੱਚ ਆਓ, ਗੁਰੂ ਨਾਲ ਪਿਆਰ ਕਰੋ। ਗੁਰੂ ਕਿੱਥੇ ਹੈ? ਗੁਰੂ ਦਸਵੇਂ ਪਾਤਸ਼ਾਹ ਜਦੋਂ ਸੰਸਾਰ ਤੋਂ ਜਾਣ ਲੱਗੇ ਉਸ ਵੇਲੇ ਇੱਕ ਆਪਣੇ ਖੇਲ ਕਰੀ ਕੌਤਕ ਦਿਖਾਇਆ, ਉਹ ਇਹ ਕਿ ਚਿਖਾ ਚਿਣੀ ਜਾ ਚੁੱਕੀ ਹੈ, ਆਲੇ ਦੁਆਲੇ ਉਹਦੇ ਕਨਾਤ ਲੱਗੀ ਹੋਈ ਹੈ। ਗੁਰੂ ਮਹਾਰਾਜ ਜਾਣ ਲੱਗੇ ਤਾਂ ਚਿਖਾ ਦੇ ਵਿੱਚੋਂ ਵਾਪਸ ਆ ਗਏ। ਜਥੇਦਾਰ ਸੰਤੋਖ ਸਿੰਘ ਮੁਖੀ ਸੀ ਉਸ ਥਾਂ ਦਾ, ਬਾਬਾ ਦੀਪ ਸਿੰਘ ਹੋਰ ਸਾਰੇ ਸੀਗੇ, ਅਤੇ ਕਹਿਣ ਲੱਗੇ ਵੀ ਗੁਰੂ ਮਹਾਰਾਜ ਆ ਗਏ, ਹੁਣ ਆਪਾਂ ਛੱਡਣੇ ਨਹੀਂ, ਬਾਹਾਂ ਨਹੀਂ ਛੱਡਣੀਆਂ। ਉਹ ਉਹਨਾਂ ਦੇ ਪਵਿੱਤਰ ਚਰਨਾਂ ਦੇ ਦੁਆਲੇ, ਲੱਤਾਂ ਦੇ ਦੁਆਲੇ ਜੱਫਾ ਮਾਰ ਲਿਆ, ਛਾਤੀ ਨਾਲ ਲਾ ਲਏ ਹੱਥ। ਹੈਰਾਨ ਹੋ ਗਏ ਵੀ ਉਹ ਤਾਂ ਹੁਣ ਜਿਵੇਂ ਖੜ੍ਹੇ ਨੇ ਅਤੇ ਹੱਥ ਸਾਡੇ ਛਾਤੀ ਨਾਲ ਲੱਗ ਗਏ। ਹੱਥ 'ਚ ਆਇਆ ਹੀ ਕੁਛ ਨਹੀਂ, ਗੁਰੂ ਮਹਾਰਾਜ ਮੁਸਕਰਾਉਂਦੇ ਨੇ, ਦੂਸਰੇ ਗੁਰਸਿੱਖ ਨੇ, ਤੀਸਰੇ ਨੇ, ਜਾਂ ਚਾਰ ਪੰਜ ਹੋ ਚੁੱਕੇ, ਸਾਰੇ ਹੈਰਾਨ ਹੋ ਜਾਂਦੇ ਨੇ ਵੀ ਮਹਾਰਾਜ ਛੂਹੇ ਨਹੀਂ ਜਾਂਦੇ, ਫੜੇ ਨਹੀਂ ਜਾਂਦੇ, ਦਿਖਦੇ ਨੇ। ਉਸ ਵੇਲੇ ਮਹਾਰਾਜ ਨੇ ਇੱਕ ਬਚਨ ਕਰਿਆ ਕਿ ਪੰਥ ਖਾਲਸਾ ਖੇਤੀ ਮੇਰੀ, ਕਰੋ ਸੰਭਾਲ ਮੈਂ ਤਿਸਕੇ। ਕਹਿੰਦੇ ਪਿਆਰਿਓ ਮੈਂ ਜਾਣਾ ਨਹੀਂ ਹਾਂ, ਮੈਨੂੰ ਮੈਂ ਬੋਲਾਂਗਾ ਤੁਹਾਡੇ ਨਾਲ, ਤੁਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਮੈਨੂੰ ਬੁਲਾਓ, ਮੈਂ ਤੁਹਾਡੇ ਨਾਲ ਗੱਲਾਂ ਕਰਾਂਗਾ, ਜੋ ਕੁਛ ਇੱਛੋਗੇ। ਪੰਜ ਗੁਰਸਿੱਖਾਂ ਨੂੰ ਬੁਲਾ ਕੇ ਅਰਦਾਸ ਕਰਾਓ, ਤੁਹਾਡੀਆਂ ਇੱਛਾ ਪੂਰੀਆਂ ਹੋਣਗੀਆਂ। ਜੋਤ ਗੁਰੂ ਦੇ ਵਿੱਚ ਹੈ, ਜੁਗਤ ਖਾਲਸੇ ਵਿੱਚ ਹੈ। ਜਦੋਂ ਪੰਜ ਸਿੰਘ ਗੁਰੂ ਦੇ ਤਾਬੇ, ਗੁਰੂ ਦੇ ਪਿਆਰੇ, ਇਹ ਗੱਲ ਥੋੜ੍ਹੀ ਸਮਝਣ ਵਾਲੀ ਹੈ। ਦੁਨੀਆ ਮਾਇਆ ਦੀ ਪਿਆਰੀ, ਗੁਰੂ ਦਾ ਪਿਆਰਾ ਕੋਈ ਕੋਈ ਹੁੰਦਾ ਹੈ, ਸਾਰੇ ਨਹੀਂ ਹੋਇਆ ਕਰਦੇ, ਰੇਅਰ ਹੋਇਆ ਕਰਦਾ ਹੈ। ਹੈਨ ਬਿਰਲੇ ਨਾ ਹੀ ਕਣੇ, ਫੈਲ ਫੱਕੜ ਸੰਸਾਰ। ਐਸੇ ਪਿਆਰਿਆਂ ਨੂੰ, ਐਸੇ ਪਿਆਰੇ ਜਦ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਹੋਣਗੇ ਉਸ ਵੇਲੇ ਉੱਥੇ ਮੈਂ ਵਰਤਾਂਗਾ। ਜਦੋਂ ਉਹਨਾਂ ਨੂੰ ਤੁਸੀਂ ਕੋਈ ਕਾਰਜ ਕਰਨਾ, ਪੰਜ ਸਿੰਘ ਗੁਰਸਿੱਖ ਬਾਣੀ ਪੜ੍ਹਨ ਵਾਲੇ ਘਰ ਵਿੱਚ ਬੁਲਾਓ, ਗੁਰੂ ਭਾਵਨਾ ਦੇ ਨਾਲ ਉਹਨਾਂ ਦੀ ਸੇਵਾ ਕਰੋ, ਅਤੇ ਉਹਦੇ ਬਾਅਦ ਪ੍ਰਸ਼ਾਦ ਵਗੈਰਾ ਛਕਾ ਕੇ ਅਰਦਾਸ ਕਰਾਓ, ਉਹਨਾਂ ਪੰਜਾਂ ਵਿੱਚ ਮੈਂ ਹੋਇਆ ਕਰਾਂਗਾ, ਮੈਨੂੰ ਗੈਰ ਹਾਜ਼ਰ ਨਾ ਜਾਣਿਓ, ਆਹ ਮੇਰਾ ਰੂਪ ਹੈ ਜੋ ਮੈਂ ਤੁਹਾਨੂੰ ਦਿਖਾਇਆ, ਜਿਹੜੇ ਮੈਂ ਗੌਤਮ ਕਰੇ ਨੇ, ਇਹ ਮੈਂ ਮਾਇਆ ਦਾ ਰੂਪ ਧਾਰ ਕੇ ਨਾਟਕ ਕੀਤਾ ਸਾਰਾ, ਉਹਦੇ ਨਾਲ ਮੇਰਾ ਕੋਈ ਲੇਸ਼ ਨਹੀਂ ਹੈ, ਸਾਰੀ ਚੀਜ਼ ਹੋਣੀ ਸੀ। ਸੋ ਇਸ ਕਰਕੇ ਗੁਰੂ ਨਹੀਂ ਕਦੇ ਕਿਤੇ ਜਾਇਆ ਕਰਦਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਅਤੇ ਸਦਾ ਸਮਰ। ਸੋ ਜਦੋਂ ਸਾਡੇ ਮਨ ਦੇ ਵਿੱਚ ਪ੍ਰਤੀਤ ਹੋ ਜੂਗੀ, ਗੁਰੂ ਨੂੰ ਹਾਜ਼ਰ ਨਾਲ ਦੇਖਾਂਗੇ,
ਆਪਣੇ ਨਾਲ ਮਹਿਸੂਸ ਕਰਾਂਗੇ। ਹੁਣ ਕਈਆਂ ਦਾ ਖਿਆਲ ਹੁੰਦਾ ਵੀ ਦਿਸਦੇ ਤਾਂ ਹੈ ਨਹੀਂ, ਭੂਤ ਦਿਸਦੇ ਨੇ, ਜਿਨ੍ਹਾਂ 'ਤੇ ਗੋਸਟ ਹੰਟਡ ਨੇ ਉਹ ਦੁਹਾਈ ਮਚਾਉਂਦੇ ਨੇ ਅਸੀਂ ਮਾਰ ਲਏ ਜੀ ਭੂਤਾਂ ਨੇ, ਉਹ ਕਿਹੜਾ ਦਿਸਦੇ ਨੇ। ਫਿਰ ਜੇ ਗੁਰੂ ਸਾਹਿਬ ਤਾਂ ਪਾਵਰਫੁੱਲ ਨੇ, ਜਾ ਕੇ ਮੜੀਆਂ ਮਸਾਣੀਆਂ ਨੂੰ ਮੱਥੇ ਟੇਕਦੇ ਹੋ, ਗੁਰੂ ਮਾੜੇ ਨੇ, ਉਹ ਮਰੇ ਹੋਏ ਬੰਦਿਆਂ ਨੂੰ ਮੱਥੇ ਟੇਕਦੇ ਹੋ, ਜਾ ਕੇ ਉਹਨਾਂ ਦੀਆਂ ਮੜੀਆਂ 'ਤੇ ਮੱਥੇ ਟੇਕ ਕੇ ਅਰਦਾਸਾਂ ਕਰਦੇ ਹੋ, ਗੁਰੂ ਗ੍ਰੰਥ ਸਾਹਿਬ ਦਾ ਜਿਉਂਦੇ ਜਾਗਦੇ ਗੁਰੂ ਨੇ ਤੋ ਤੇ ਇੱਥੇ ਨਹੀਂ ਕਰੂੰਗਾ, ਉਹ ਪ੍ਰਤੀਤ ਤੋਂ ਹੀਣੇ ਹੋ ਗਏ। ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਸੋ ਜਦੋਂ ਅਸੀਂ ਟੁੱਟ ਜਾਵਾਂਗੇ ਗੁਰੂ ਦੇ ਨਾਲ, ਗੁਰੂ ਦੀ ਪ੍ਰਤੀਤ ਸਾਡੇ ਤੋਂ ਚਲੀ ਜਾਏਗੀ, ਉਸ ਵੇਲੇ ਉਹੀ ਗੱਲ ਹੋਏਗੀ ਜਿਹੜੀ ਗੁਰੂ ਮਹਾਰਾਜ ਨੇ ਖੋਤੇ 'ਤੇ ਸ਼ੇਰ ਦੀ ਖੱਲ ਪਾ ਕੇ ਕੌਤਕ ਕਰਿਆ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਜਿਹੜੇ ਪ੍ਰੇਮੀ ਹਾਲ ਤੱਕ ਨਹੀਂ ਬੋਲੇ ਉਹ ਵੀ ਗੁਰਸਤੋਤਰ 'ਚ ਬੋਲਣ ਦਾ ਯਤਨ ਕਰ। ਵਾਹਿਗੁਰੂ ਬੋਲ ਕਦੇ ਨਾ ਲੋੜ, ਵਾਹਿਗੁਰੂ ਬੋਲ ਕਦੇ
ਵਾਹਿਗੁਰੂ ਜੀ। ਗੁਰੂ ਗ੍ਰੀ ਨਵਾਜ ਕੀਤਾ ਸਮੁੰਦ ਸਾਗਰ ਨੀਰ ਭਰਿਆ ਕਿਤੇ ਔਗਣ ਹਮਾਰੇ ਰਿਹਾ ਕਰੋ ਕਸ਼ਮੀਰ ਪਾਓ ਡੁਬਦੀ ਪੱਥਰ ਤਾਰੇ ਜੈ ਸ਼੍ਰੀ ਮਹਲਾ ਪੰਜਵਾਂ ਲੋੜੀਂਦਾ ਸਾਜਨ ਮੇਰਾ ਘਰ ਘਰ ਮੰਗਲ ਜਾਵੋ ਨੀਚੇ ਘਰ ਘਰ ਕਿਸੇ ਬਸੇਰਾ ਲੋੜੀਂਦਾ ਸਾਜਨ ਮੇਰਾ ਘਰ ਘਰ ਮੰਗਲ ਗਾਓ ਨੀਚੇ ਘਰ ਘਰ ਕਿਸੇ ਬਸੇਰਾ ਰਹੋ ਸੁਖ ਰਾਜਨ ਦੁਖ ਰਾਜਨ ਬਿਸਰੈ ਨਾ ਕਹੂ ਬੇਰਾ ਨਾਮ ਜਬਤ ਕੂੜ ਸੂਰ ਉਜਾਰਾ ਬਿਨਸੈ ਪਰਮ ਅੰਦੇਰਾ ਥਾਨ ਸਰੰਤਰ ਸਭ ਨੂੰ ਜਾਈ ਜੋ ਦਿਸੈ ਸੋ ਤੇਰਾ ਸਤ ਸੰਤ ਸੰਗ ਪਾਵੈ ਜੋ ਨਾਨਕ ਤਿਸ ਬੋਰ ਨਾ ਹੋਇਆ ਪਿਆ ਥਾਨ ਸਰੰਤਰ ਸਭ ਨੂੰ ਜਾਈ ਜੋ ਦਿਸੈ ਸੋ ਤੇਰਾ ਸੰਤ ਸੰਗ ਪਾਵੈ ਜੋ ਨਾਨਕ ਤਿਸ ਬੋਰ ਨਾ ਹੋਈ ਹੈ ਫੇਰਾ। ਵਾਹਿਗੁਰੂ ਜੀ ਕਾ ਖਾਲਸਾ।